ਦੇ ਨਾਮਵਰ ਗੁਰੂਕਾਰ ਨੇ, ਦੋ ਉਹਨਾਂ ਦੇ ਪੁੱਤਰ ਨੇ, ਇੱਕ ਨੂੰ ਯੂਰਪ ਦਾ ਭੂ ਸਵਾਰ ਹੈ, ਇੱਕ ਦੇ ਸਿਰ ਤੋਂ ਐਕਟਿੰਗ ਹੀ ਨਹੀਂ ਜਾਂਦੀ, ਹਰ ਵੇਲੇ ਐਕਟਿੰਗ ਐਕਟਿੰਗ ਐਕਟਿੰਗ। ਆਪਣੇ ਪੈਰਾਂ ਦੀ ਮਿੱਟੀ ਨਾ ਛੱਡੀਏ ਜਗੀਰਦਾਰਾ। ਆ ਤੂੰ ਸਹੀ ਕਹਿਣ ਦੇ ਜਮਾਦਾਰਾ। ਆ ਮੈਂ 5-7 ਐਵੇਂ ਲਾ ਦੇਣਾ, ਵੱਡੀ ਤਿਆਈ ਦੋ ਸਾਡੇ ਵੀ ਲਾ ਦੇਈਂ। ਆ ਮੈਂ ਨੱਕ ਪਾ ਦੇਵਾਂਗਾ ਤੇ ਬਾਕੀ ਦਾ ਜ਼ੇਵਰ ਤੇਰੀ ਮਾਂ ਪਾਏਗੀ। ਆ ਜਦੋਂ ਕੁੱਤੇ ਦੀ ਮੌਤ ਆਉਂਦੀ ਏ ਤੇ ਉਹਦਾ ਮੂੰਹ ਸ਼ਹਿਰ ਵੱਲ ਹੀ ਹੁੰਦਾ ਏ, ਪਰ ਮੈਨੂੰ ਤੇ ਅਫਸੋਸ ਹੈ ਤੇਰਾ ਮੇਰੇ ਵੱਲ। ਉਹ ਦਿਨ ਦੂਰ ਨਹੀਂ ਏ ਜਿਸ ਦਿਨ ਮੈਂ ਇਸ ਮੁਲਕ ਦਾ ਸਭ ਤੋਂ ਵੱਡਾ ਐਕਟਰ ਬਣ ਜਾਣਾ। ਹਾਂਜੀ, ਰਸਾਲਿਆਂ ਤੇ ਮੈਂ, ਅਖਬਾਰਾਂ ਤੇ ਮੈਂ, ਟੀਵੀ ਤੇ ਮੈਂ, ਖੰਬਿਆਂ ਤੇ ਮੈਂ, ਹਰ ਜਗ੍ਹਾ ਮੈਂ ਹੀ ਮੈਂ। ਬਿਲਕੁਲ ਜੀ। ਹਾਂ, ਤੈਨੂੰ ਪਤਾ ਹੀ ਨਹੀਂ ਸ਼ਹਿਜ਼ਾਦੇ ਸਟੂਡੀਓ ਮੇਰੀ ਕਿੰਨੀ ਕੋ ਇੱਜ਼ਤ ਹੈ। ਬੜੀ ਇੱਜ਼ਤ ਹੈ। ਇੱਕ ਫਿਲਮ ਹਿੱਟ ਹੋ ਗਈ, ਦੌਲਤ ਆ ਜਾਣੀ ਹੈ, ਕਾਰ, ਕੋਠੀ, ਬੈਂਕ ਬੈਲੈਂਸ। ਹਾਂਜੀ, ਫੇਰ ਜ਼ਿੰਦਗੀ ਦਾ ਮਜ਼ਾ ਆਉਣਾ। ਬਿਲਕੁਲ ਸ਼ਹਿਜ਼ਾਦੇ, ਮੈਂ ਸਟੂਡੀਓ ਨਾ ਜਾਵਾਂ ਗੇਟ ਨਹੀਂ ਖੁੱਲਦਾ। ਉਹ ਕਿਉਂ ਜੀ? ਮੇਰੇ ਕੋਲ ਤੇ ਚਾਬੀਆਂ ਹੁੰਦੀਆਂ। ਇਹ ਤੇ ਇੱਜ਼ਤ ਨਾ ਹੋਈ ਤਾਂ ਚੌਕੀਦਾਰੀ ਹੋ ਗਈ। ਸਹਿਮਾ ਸ਼ੂਟਿੰਗ ਕਰਕੇ ਸਿੱਧੀ ਮੈਨੂੰ ਆ ਕੇ ਪੁੱਛਦੀ ਹੂ ਕੀ ਟਿਸ਼ੂ ਕਿੱਥੇ ਨੇ। ਸ਼ਹਿਜ਼ਾਦਿਆ ਤੈਨੂੰ ਪਤਾ ਹੀ ਨਹੀਂ, ਇਹ ਇੱਕ ਫਿਲਮ ਹਿੱਟ ਹੋ ਲੈਂਦੇ ਉਸ ਤੋਂ ਬਾਅਦ ਦੌਲਤ, ਕੋਠੀ, ਕਾਰ, ਬੈਂਕ ਬੈਲੈਂਸ, ਫਿਰ ਜ਼ਿੰਦਗੀ ਦੇ ਮਜ਼ੇ ਆਉਣੇ ਨੇ। ਜੇ ਸਭ ਕੁਝ ਤੁਹਾਡੇ ਕੋਲ ਹੋਣਾ ਤਾਂ ਤੁਸੀਂ ਦੁਨੀਆ ਤੇ ਨਹੀਂ ਹੋਣਾ। ਮੈਂ ਕਿੱਥੇ ਤੁਹਾਡੇ ਘਰ ਹੋਣਾ ਹੈ? ਉਹ ਬੇਵਕੂਫਾ, ਗਰੀਬ ਬੰਦੇ ਦੀ ਤਾਂ ਜ਼ਿੰਦਗੀ ਕੋ ਨਹੀਂ। ਏਡੇ ਮਹਿੰਗਾਈ ਦੇ ਦੌਰ 'ਚ ਗਰੀਬ ਬੰਦਾ ਤੇ ਦਵਾਈ ਨਹੀਂ ਲੈ ਸਕਦਾ। ਕੱਲ ਮੈਂ ਬਿਮਾਰ ਹੋ ਗਿਆ, ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਗਿਆ, ਉਹਦੇ ਕਲੀਨਿਕ ਦੇ 3 ਦਰਵਾਜ਼ੇ, ਇੱਕ ਤੇ ਲਿਖਿਆ 100 ਰੁਪਈਆ ਫੀਸ, ਦੂਸਰੇ ਤੇ 50 ਰੁਪਈਏ, ਤੀਸਰੇ ਤੇ ਮੁਫਤ। ਮੈਂ ਕਿਹਾ ਪੈਸੇ ਬਚਣਗੇ, ਮੁਫਤ ਇਲਾਜ ਕਰਾਓ। ਇੰਜ ਕਰਕੇ ਮੁਫਤ ਵਾਲੇ ਦਰਵਾਜ਼ੇ 'ਚ ਵੜਿਆ, ਅੱਗੋਂ ਗਰਾਊਂਡ 'ਚ ਨਿਕਲ ਗਿਆ। ਵਾਪਸ ਆ ਕੇ ਮੈਂ ਡਾਕਟਰ ਨੂੰ ਕਿਹਾ, ਮੈਂ ਕਿਹਾ ਮੈਂ ਗਰਾਊਂਡ 'ਚ ਚਲਾ ਗਿਆ। ਕਹਿੰਦਾ ਫਿਰਿਆ ਤੁਰਿਆ ਕਰ, ਠੀਕ ਹੋ ਜਾਏਗਾ। ਮੈਂ ਕਿਹਾ ਜਨਾਬ ਮੈਨੂੰ ਦਵਾਈ ਦਿਓ। ਕਹਿੰਦਾ ਤੈਨੂੰ ਕੀ ਬਿਮਾਰੀ? ਮੈਂ ਕਿਹਾ ਜਦੋਂ ਮੈਂ ਤੁਰਨਾ ਮੇਰੇ ਗੋਡਿਆਂ 'ਚ ਪੀੜ ਹੁੰਦੀ ਹੈ। ਅੱਗੋਂ ਡਾਕਟਰ ਕਹਿੰਦਾ ਮੈਂ ਕੀ ਕਰਾਂ, ਮੇਰੇ ਬੈਠਿਆਂ ਹੁੰਦੀ ਹੈ। ਮੈਂ ਕਿਹਾ ਉਹ ਵੀ ਕੋਈ ਸ਼ੇਖ ਕੰਜੂਸ ਹੋਣਾ, ਤੈਨੂੰ ਪਤਾ ਸ਼ੇਖ ਕਿੱਦਾਂ ਕੰਜੂਸ। ਸ਼ੇਖ ਹੀ ਤੇ ਸ਼ਹਿਜ਼ਾਦੇ ਕੰਜੂਸ ਹੁੰਦੇ ਨੇ। ਟੀਵੀ 'ਚ ਪੱਖਾ ਚੱਲਣ ਡਿਆ ਹੋਏ ਸ਼ੇਖ ਸਾਹਿਬ ਘਰ ਦਾ ਬੰਦ ਕਰ ਦਿੰਦੇ, ਐ ਜੂ ਚੱਲਣ ਡਿਆ। ਕੱਲ ਸ਼ੇਖਾਂ ਦੇ ਘਰੋਂ ਬਿੱਲੀ ਨਿਕਲ ਕੇ ਰੋਣ ਲੱਗ ਪਈ। ਮੈਂ ਬਿੱਲੀ ਨੂੰ ਪੁੱਛਿਆ, ਮੈਂ ਕਿਹਾ ਰੋਣੀ ਕਿਉਂ ਹੈ? ਕਹਿੰਦੀ ਸ਼ੇਖ ਸਾਹਿਬ ਨੇ ਨਾਲੇ ਮੈਨੂੰ ਮਾਰਿਆ, ਨਾਲੇ ਮੇਰਾ ਚੂਹਾ ਖੋ ਲਿਆ। ਦੱਸ ਮੇਰਾ ਯਾਰ ਇੱਕ ਸਲੀਮ ਸ਼ੇਖ ਸਮਨਾਬਾਦ ਰਹਿੰਦਾ, ਮੈਂ ਉਹਨੂੰ ਈਦ ਦੀ ਮੁਬਾਰਕ ਦੇਣ ਗਿਆ। ਮੈਂ ਕਿਹਾ ਈਦ ਮਿਲ ਕੇ ਆਉਣੇ, ਮੈਂ ਜਾ ਕੇ ਕਿਹਾ, ਮੈਂ ਕਿਹਾ ਸ਼ੇਖ ਸਾਹਿਬ ਈਦ ਮੁਬਾਰਕ, ਤੇ ਮੂੰਹ ਲਮਕਾ ਕੇ ਬੈਠਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਪੁੱਤਰ ਹੋਇਆ। ਮੈਂ ਕਿਹਾ ਫਿਰ ਤੇ ਡਬਲ ਮੁਬਾਰਕ। ਕਹਿੰਦਾ ਉਹ ਤੇ ਠੀਕ ਹੈ, ਈਦ ਤੋਂ ਬਾਅਦ ਹੋ ਜਾਂਦਾ, ਫਤਰਾਨਾ ਤੇ ਬਚਦਾ। ਪੁੱਤਰ ਦੀ ਖੁਸ਼ੀ ਨਹੀਂ, ਫਤਰਾਨੇ ਦਾ ਦੁੱਖ ਹੈ। ਨਾਲ ਦਾ ਤਾਰ ਸ਼ੇਖਾਂ ਦਾ ਹੀ, ਆਹੋ ਨਾਲ ਉਹਨਾਂ ਦੇ ਬਲਬ ਦੀ ਰੋਸ਼ਨੀ ਇੱਥੇ ਪੈਂਦੀ। ਅੱਛਾ, ਪਰਸੋਂ ਦਾ ਬਿੱਲ ਲੈਣ ਆ ਗਈ। ਵੱਡੇ ਵੱਡੇ ਸ਼ੇਖ ਸਾਹਿਬ ਨੇ ਸਾਰੇ ਬੱਚੇ ਇਕੱਠੇ ਕੀਤੇ,
ਉਹਨਾਂ ਨੂੰ ਕਹਿੰਦਾ ਵੀ ਜਿਹੜਾ ਬੱਚਾ ਰਾਤ ਦੀ ਰੋਟੀ ਨਹੀਂ ਖਾਏਗਾ ਉਹਨੂੰ 5-5 ਰੁਪਈਏ ਮਿਲਣਗੇ। ਸਾਰਿਆਂ ਬੱਚਿਆਂ ਰੋਟੀ ਛੱਡ ਦਿੱਤੀ, 5-5 ਰੁਪਈਏ ਦੇ ਦਿੱਤੇ। ਦਿਨ ਚੜਿਆ, ਸ਼ੇਖ ਸਾਹਿਬ ਨੇ ਸਾਰੇ ਬੱਚੇ ਇਕੱਠੇ ਕੀਤੇ, ਕਹਿੰਦੇ ਵੀ ਜਿਹੜਾ ਬੱਚਾ ਰਾਤ ਵਾਲੇ 5-5 ਦੇਗਾ ਉਹਨੂੰ ਨਾਸ਼ਤਾ ਮਿਲੇਗਾ। ਉਹਨਾਂ ਪੈਸੇ ਵੀ ਬਚਾਏ ਰੋਟੀ। ਸ਼ੇਖਾਂ ਦੇ ਖਿਲਾਫ ਇੰਨੀਆਂ ਗੱਲਾਂ ਕਰਨ ਦਿਆ, ਹਾਂ ਉਹਨਾਂ ਨੇ ਤੇਰੀ ਭੈਣ ਨੂੰ ਟੈਨਸ਼ਨ ਦਿੱਤੀ। ਜ਼ਲੀਲ ਆਖਦੀ, ਤੈਨੂੰ ਪਤਾ ਘਰ ਦੇ ਵਿੱਚ ਕੀ ਹੋਣ ਡਿਆ? ਕਦੀ ਘਰ ਦੇ ਵਿੱਚ ਵੀ ਧਿਆਨ ਦਿਆ ਕਰ, ਘਰ ਦੇ ਕੰਮ ਕਿੰਨੇ ਕਰਨੇ ਨੇ? ਹੋਇਆ ਕੀ ਹੈ? ਹੋਇਆ ਕੀ ਹੈ? ਇਹ ਦੋਧੀ ਨੇ ਪਤਾ ਕੀ ਚੰਨ ਚੜਾਇਆ ਹੀ? ਆ ਦੁੱਧ ਚੜ੍ਹਦੇ, ਜਿਹੜਾ ਦੁੱਧ ਦੇਣ ਆਉਂਦਾ ਦੁੱਧ ਦੇਣ ਵਾਸਤੇ ਆਇਆ, ਮੈਨੂੰ ਕਹਿੰਦਾ ਭਾਂਡਾ ਲੈ ਕੇ ਆ। ਮੈਂ ਭਾਂਡਾ ਲੈ ਕੇ, ਮੈਂ ਕਿਹਾ 2 ਕਿਲੋ ਦੁੱਧ ਪਾ ਦੇ। 2 ਕਿਲੋ ਦੁੱਧ ਪਾ ਕੇ ਤੇ ਮੇਰੇ ਸਾਹਮਣੇ ਦੁੱਧ 'ਚ ਪਾਣੀ ਪਾ ਦਿੱਤਾ ਉਹਨੇ। ਪਾਣੀ? ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਦੁੱਧ 'ਚ ਕਿਉਂ ਪਾਣੀ ਪਾਇਆ? ਬਜਾਏ ਸ਼ਰਮਿੰਦਾ ਹੋਣ ਦੇ ਅੱਗੋਂ ਤੜੀ ਲਾ ਕੇ ਕਹਿੰਦਾ ਮੈਂ ਤੇ ਪਾਵਾਂਗਾ ਪਾਣੀ। ਕੀ ਆਂਦਾ? ਮੈਂ ਤੇ ਪਾਵਾਂਗਾ ਪਾਣੀ। ਸਾਲਿਆ ਕਿਉਂ ਪਾਏਗਾ ਪਾਣੀ? ਤੇਰੀ ਜੁੱਤ ਕਿਸ ਤਰ੍ਹਾਂ ਹੋਈ? ਕਿਉਂ ਪਾਏਗਾ? ਅੱਲਾ ਦਾ ਨੂਰ ਹੈ ਤੇ ਪਾਣੀ ਪਾਉਣਾ ਹੈ। ਉਹ ਕਹਿੰਦੇ ਉਹਦੀ ਗੱਲ ਹੀ ਤਾਂ ਦੱਸਣ ਦੇ ਆ। ਕਿਲੋ ਦੇ ਕਿੰਨੇ ਪੈਸੇ ਲੈਂਦਾ? ਉਹ 16 ਲੈਂਦਾ। ਪੂਰੇ ਲੈਂਦਾ ਨਾ? ਆਹੋ। ਤੇ ਪਾਣੀ ਕਿਉਂ ਪਾਉਣਾ ਹੈ? ਇਹ ਕੱਲ ਦਾ ਵਾਕਿਆ ਜੀ। ਇਹ ਵਾਕਿਆ ਕੱਲ ਦਾ? ਹਾਂਜੀ। ਤੇ ਕੁੱਤੇ ਦੇ ਪੁੱਤਰਾ ਦੱਸਣ ਅੱਜ ਦਿਓ। ਮਾਫ ਕਰ ਦੀ, 10 ਮੈਂ ਤੈਨੂੰ ਕੱਲ ਹੀ ਦੇਣਾ ਸੀ, ਕੱਲ ਮੈਨੂੰ ਲੱਭਾ ਕਿਉਂ ਨਹੀਂ ਹੋਏ? ਕੱਲ ਹੈ ਕਿੱਥੇ ਸਾਂ? ਓਏ ਚਵਲਾ ਜਿਹਾ, ਨਵੀਂ ਨਸਲ ਦੀਆਂ ਅੱਖਾਂ ਚੋਂ ਤੇ ਜੁਗਨੀ ਹਯਾ ਹੀ ਮੁੱਕ ਗਈ। ਦੀਦ ਹੀ ਨਹੀਂ ਰਹੀ। ਦੀਦ ਹੀ ਮੁੱਕ ਗਈ ਹੈ, ਸ਼ਰਮ ਹੀ ਉੱਡ ਗਈ ਹੈ। ਹਾਂਜੀ, 3 ਮੁੰਡੇ ਇਕੱਲੀ ਕੁੜੀ ਨੂੰ ਛੇੜਨ ਦਾ, ਇਹ ਤਾਂ ਬਗੈਰਤੀ ਹੈ। ਕੁੜੀ ਵਿਚਾਰੀ ਸ਼ਰਮ ਨਾਲ ਪਾਣੀ ਪਾਣੀ ਹੋਈ ਜਾਵੇ। ਬਸ਼ਰ ਕੀ ਔਰਤ? ਮੈਂ ਵੇਖਿਆ, ਮੈਂ ਉਹਨਾਂ ਨੂੰ ਜਾ ਕੇ ਕਿਹਾ ਸ਼ਰਮ ਕਰੋ, ਕਿਉਂ ਕੁੜੀ ਨੂੰ ਛੇੜਨ ਦਾ ਅਜੇ? ਤੇ ਬਜਾਏ ਸ਼ਰਮਿੰਦਾ ਹੋਣ ਦੇ ਕਹਿੰਦੇ ਅਸੀਂ ਤੇ ਛੇੜਾਂਗੇ। ਕੀ ਆਂਦੇ? ਨਹੀਂ ਤਾਂ ਛੇੜਾਂਗੇ। ਤੇਰੇ ਘਰ ਮਾਂ ਭੈਣ ਕੋਈ ਨਹੀਂ ਹੋਏ, ਕਿਉਂ ਛੇੜਨ ਆਏ? ਤੇਰੀ ਛੁੱਟ ਕਿਸ ਤਰ੍ਹਾਂ ਹੋਈ ਆ? ਲੋਕਾਂ ਦੀਆਂ ਬੱਚੀਆਂ ਛੇੜਨਾ ਹੈ? ਇਹ ਪਰਸੋਂ ਦਾ ਵਾਕਿਆ ਜੀ। ਤੇ ਬੱਚੀ ਕਿੰਨਾਂ ਦੀ ਸੀ? ਸਾਡੀ ਜੀ। ਤੇ ਘਰੋਂ ਨਿਕਲਣ ਕਿਉਂ ਦਿੱਤੀ ਹੋ? ਤੁਹਾਨੂੰ ਪਤਾ ਜ਼ਮਾਨਾ ਖਰਾਬ ਹੈ, ਤੁਸੀਂ ਬਾਹਰ ਕਿਉਂ ਕੱਢੀ ਹੋ? ਪਹਿਲੋਂ ਆਪ ਉਧਰੀ ਸੀ। ਆਪ ਉਧਰੀ ਸੀ? ਮੇਰੇ ਕੋਲ ਸੁਣ, ਕੱਲ ਕੀ ਹੋਇਆ? ਮੈਨੂੰ ਕੰਮ ਹੈ। ਮੇਰੇ ਕੋਲ ਸੁਣ, ਕੱਲ ਕੀ ਹੋਇਆ? ਦਫਾ ਕਰ, ਕੱਲ ਮੈਂ ਇੱਥੇ ਹੈ ਹੀ ਨਹੀਂ ਸਾਂ। ਮੈਂ ਤੇ ਇੱਥੇ ਹੀ ਸਾਂ। ਮੈਂ ਮਾਨੋ ਵਾਲਾ ਗਿਆ ਸਾਂ। ਤੇ ਕੱਲ ਮੈਂ ਬੱਸ 'ਚ ਚੜਿਆ। ਅੱਛਾ। 3 ਬੰਦੇ ਆ ਕੇ ਸੀਟ ਤੇ ਬੈਠੇ ਨੇ। ਉਹ ਸ਼ੇਖੂ ਪੂਰੇ ਤਰੀਕ ਤੇ ਚੱਲੇ ਨੇ, ਜਾਣਦੇ ਉਹਨਾਂ ਨੂੰ। ਸੁਣ ਤੇ ਲੈ, ਕਿੱਧਰ ਚੱਲੇ ਨੇ? 3 ਬੰਦੇ ਸੀਟ ਤੇ ਬੈਠੇ ਨੇ। ਅੱਛਾ। ਕੰਡਕਟਰ ਕੋਲ ਆਇਆ। ਅੱਛਾ। ਉਹਨੇ ਕਿਹਾ ਵੀ ਕਿਰਾਇਆ ਕੱਢੋ। ਅੱਛਾ। 2 ਨੇ ਤਾਂ ਕਿਰਾਇਆ ਦੇ ਦਿੱਤਾ। ਅੱਛਾ। 1 ਅੱਗੋਂ ਕਹਿੰਦਾ ਨਹੀਂ ਦਿੰਦਾ। ਕੀ ਆਂਦਾ? ਲੈ ਕਿਉਂ ਨਹੀਂ ਦਿੰਦਾ? ਐਵੇਂ ਨਹੀਂ ਦਿੰਦਾ, ਉਹਨੇ ਬੱਸ ਬਣਾਈ ਆਖਰ, ਕਮਾਈ ਲਈ ਦੇ ਉਹਨੂੰ। ਪਾਗਲ, ਲੜਾਈ ਕਿਉਂ ਹੈ? ਤੇ ਭਾਜੀ ਜਾਣਾ ਕਿੱਥੇ ਗਏ? ਫੈਸਲਾਬਾਦ ਜੀ। ਤੇ ਬਾਹ ਕਸੂਰ ਵਾਲੀ ਗੱਡੀ 'ਚ ਗਿਆ? ਭਾਵੇਂ ਗੱਡੀ ਕਸੂਰ ਜਾਣੀ ਹੈ ਆਹ, ਤੇ ਸਾਲਿਆ ਲਿਖ ਕੇ ਕਿਉਂ ਨਹੀਂ ਲਾਇਆ? ਲਿਖ ਕੇ ਕਿਉਂ ਨਹੀਂ ਲਾਇਆ? ਇਹ ਹੈਗੇ ਬੁੱਧ ਦਾ ਵਾਕਿਆ। ਹੋਰ ਤੋਂ ਬੁੱਧ ਤੋਂ ਬਾਅਦ ਮੈਨੂੰ ਨਹੀਂ ਮਿਲਣਾ। ਅੱਗੇ ਜੁਮੇ ਦਾ ਜੁਮਾ ਵੀ ਆਉਣਾ, ਥੱਲੇ ਸਵੈਟਰ ਪਾ ਲੈ। ਜੁਗਣੀ ਯਾਰ, ਮੈਂ ਕੱਪੜੇ ਡਰਾਈ ਕਲੀਨ ਵਾਸਤੇ ਦਿੱਤੇ ਸਨ,
ਘਰ ਵੀ ਨਹੀਂ ਹੈਗੇ ਜਿਹੜਾ ਦੁਕਾਨ ਤੇ ਪਤਾ ਕਰਕੇ ਆ ਕਿੱਥੇ ਨੇ ਉਹ ਤੁਹਾਡਾ ਬੋਸਕੀ ਦਾ ਸੂਟ ਹਾਂ ਉਹ ਤੁਸੀਂ 3 ਦਿਨ ਪਾਇਆ ਹੁਣ ਮਲੇਸ਼ੀਆ ਦਾ ਹੋ ਗਿਆ ਅਟਾਈ ਜਦੋਂ ਲਈ ਸੀ ਚਿੱਟੇ ਰੰਗ ਦੀ ਸੀ ਇਹਨੇ ਹੱਥ ਲਾ ਲਾ ਕਾਲੀ ਕਰ ਲਈ ਇਹ ਬੇਵਕੂਫਾ ਸਾਰਾ ਘੱਟ ਤਲੀਮ ਦਾ ਅਸਰ ਹੈ ਤਰੱਕੀ ਯਾਫਤਾ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਅੱਛਾ ਜੀ ਕੀ ਸਮਝਿਓ ਮੇਰਾ ਜ਼ਿਹਨ ਪਾਕਿਸਤਾਨ ਵਿੱਚ ਹੈ ਹੀ ਨਹੀਂ ਹਾਂਜੀ ਮੇਰਾ ਦਿਮਾਗ ਤੇ ਯੂਰਪ ਵਿੱਚ ਹੈ ਕਿ ਨਿਊਯਾਰਕ ਦੀਆਂ ਸੜਕਾਂ ਹੋਣ ਤੇਰੇ ਹੱਥ 'ਚ ਝਾੜੂ ਹੋਏ ਤੇ ਭਰੇ ਸ਼ਾਪਰ ਵੀ ਹੂੰਝ ਕੇ ਲੈ ਜਾ 30 ਸਾਲ ਹੋ ਗਏ ਨੇ ਮੈਨੂੰ ਇਸ ਘਰ ਦੇ ਵਿੱਚ ਇੰਗਲਿਸ਼ ਦਾ ਇੱਕ ਫਿਕਰਾ ਸੁਣਨ ਲਈ ਮੇਰੇ ਕੰਨ ਤਰਸ ਗਏ ਨੇ ਓਏ ਜਾਹਲੋ ਤੁਹਾਨੂੰ ਪਤਾ ਨਹੀਂ ਯੂਰਪ ਵਿੱਚ ਕੀ ਮਜ਼ੇ ਨੇ ਅੱਛਾ ਕੀ ਮਜ਼ੇ ਨੇ ਯੂਰਪ ਦੇ ਵਿੱਚ ਕਲੱਬਾਂ 'ਚ ਜਾ ਕੇ ਬਲੈਕ ਲੇਬਲ ਪੀਣ ਦਾ ਕਿੰਨਾ ਸਵਾਦ ਆਉਂਦਾ ਤੁਹਾਨੂੰ ਕੀ ਪਤਾ ਬਲੈਕ ਲੇਬਲ ਤੁਹਾਨੂੰ ਪਤਾ ਕੀ ਨਹੀਂ ਤੁਹਾਨੂੰ ਕੀ ਪਤਾ ਜਨਾਬ ਬਾਗ 'ਚੋਂ ਭੰਗ ਵਾਲੇ ਪਾਪੜ ਖਾਣ ਵਾਲੇ ਗਰੀਬੋ ਯੂਰਪ ਤਰੱਕੀ ਯਾਫਤਾ ਲੋਕ ਰਹਿੰਦੇ ਤੂੰ ਕਿਉਂ ਯੂਰਪ ਦਾ ਨਾਂ ਲੈਣਾ ਜਿਹੋ ਜਿਹਾ ਤੇਰਾ ਮੂੰਹ ਹੈ ਨਾ ਤੂੰ ਕਹਿ ਕਾਲਾ ਸ਼ਾਹ ਕਾਕੂ ਕਿੱਥੇ ਕਾਲਾ ਸ਼ਾਹ ਕਾਕੂ ਸਾਧੋ ਕੀ ਪੱਤੋ ਕੀ ਮਰੀਦ ਕੀ ਸਾਨੂੰ ਕੀ ਬਲਕਿ ਤੂੰ ਆਪਣੇ ਮੂੰਹ ਦੇ ਹਿਸਾਬ ਨਾਲ ਨਾਂ ਲੈ ਭਾਈ ਫੇਰੂ ਜਿੱਥੇ ਇੱਕ ਭਾਈ ਫਿਰ ਕੇ ਆਉਂਦਾ ਤੈਨੂੰ ਤਾਂ ਪਤਾ ਤੁਹਾਡੇ ਵਾਲੀ ਤੇ ਆਉਂਦਾ ਸੀ ਸ਼ਫਕਤ ਚੀਮੇ ਨੂੰ ਵੇਖ ਕੇ ਬੜਕਾ ਮਾਰਨ ਵਾਲੇ ਹੋ ਮੈਨੂੰ ਇੱਕ ਦਿਨ ਫਿਲਮ ਵੇਖਣ ਗਿਆ ਸਿਨੇਮੇ 'ਚ ਜਾ ਕੇ ਬੈਠਿਆ ਸੁਲਤਾਨ ਰਾਈ ਨੇ ਸਕਰੀਨ ਤੇ ਆ ਕੇ ਕਿਹਾ ਓਏ ਅੱਜ ਮੈਂ ਸਾਰੇ ਕੰਜਰ ਮਾਰਦੇ ਨੇ ਉੱਠ ਕੇ ਕਹਿੰਦਾ ਭਾਈ ਮੈਂ ਤੈਨੂੰ ਕੀ ਕਿਹਾ ਕੌਨਫੀਡੈਂਸ ਲੈ ਇਹ ਕੌਨਫੀਡੈਂਸ ਨਹੀਂ ਹੈ ਬਗਾਰਤੀ ਜਰਾ ਦੂਰ ਹੋ ਕੇ ਖਲੋ ਕੀ ਤੂੰ ਛੱਡਣ ਲੱਗਾ ਵਨ ਮੈਨ ਸ਼ੋ ਪਰਫਿਊਮ ਲਾਇਆ ਸੁਣਨ ਦੇ ਆ ਦੱਸ ਉਹ ਕਿਹੜੇ ਪਰਫਿਊਮ ਦੀ ਗੱਲ ਕਰਨਾ ਓਏ ਤੂੰ ਤੇ 10,000 ਦਾ ਪਰਫਿਊਮ ਵੀ ਲਾ ਲੈ ਉਹਦੀ ਖੁਸ਼ਬੂ ਮਰ ਜਾਂਦੀ ਇਹਦੀ ਬੋ ਫੇਰ ਨਹੀਂ ਮਰਦੀ ਇਹ ਤੇ ਐਡਾ ਨਹਿਸ਼ ਹੈ ਤੋਬਾ ਅਸਤਗਫਾਰ ਇਹ ਜੁੱਤੀ ਲੈਣ ਵਾਸਤੇ ਜੁੱਤੀਆਂ ਵਾਲੀ ਦੁਕਾਨ 'ਚ ਵੜੇ ਇਹਨੂੰ ਵੇਖ ਕੇ ਜੁੱਤੀਆਂ ਆਪਸ 'ਚ ਗੱਲਾਂ ਸ਼ੁਰੂ ਕਰ ਦਿੰਦੀਆਂ ਭੈਣਾ ਉਹ ਆ ਗਿਆ ਇਹਦੇ ਨਾਲ ਮੈਨੂੰ ਹੀ ਨਾ ਟੋਰ ਦੇਣ ਇਹ ਤੇ ਬਾਥਰੂਮ 'ਚ ਵੜੇ ਇਹਨੂੰ ਵੇਖ ਕੇ ਲੋਟਾ ਘਬਰਾ ਕੇ ਫਲੱਸ਼ ਨੂੰ ਕਹਿ ਦਿੰਦਾ ਭਰਾਵਾ ਜਿਹੜੀ ਗੱਲ ਦਾ ਡਰ ਸੀ ਉਹੀ ਹੋਈ ਹੋ ਗੰਨਾ ਚੂਪੇ ਗੰਨਾ ਇਹਦੇ ਮੂੰਹ 'ਚ ਜਾ ਕੇ ਕਹਿ ਦਿੰਦਾ ਉਹ ਚਵਲੋ ਇਹਦੇ ਨਾਲੋਂ ਚੰਗਾ ਸੀ ਮੈਨੂੰ ਵੇਲਣੇ 'ਚ ਤੁੰਨ ਦਿੰਦੇ ਹੋ ਇਹਦੀ ਤੇ ਇੰਨੀ ਬੋਲ ਟ੍ਰੇਨ 'ਚ ਚੜੇ ਇੰਨ ਨੱਕ ਫੜ ਕੇ ਟੀਟੀ ਕੋਲ ਆ ਜਾਂਦਾ ਸਾਲਿਆ ਕਿਹਨੂੰ ਚੜਾ ਲਿਆ ਇਹ ਤੇ ਮੰਜੀ 'ਤੇ ਬਵੇ ਪਾਵੇ ਇੱਕ ਦੂਜੇ ਨੂੰ ਤਾਨੇ ਦੇਣ ਲੱਗ ਪੈਂਦੇ ਨੇ ਹੁਣ ਸੁਣਾਓ ਤੁਸੀਂ ਕਹਿੰਦੇ ਸੋ ਰਲ ਕੇ ਮੰਜੀ ਬਣਾ ਲਈਏ ਯਾਰ ਤੇਰੀ ਮੇਰੀ ਲੜਾਈ ਬਣਦੀ ਨਹੀਂ ਤੇਰੇ ਨਾਲ ਲੜਨਾ ਤੇ ਇੰਜ ਸਮਝ ਲਿਆ ਸਦਰ ਬੁਸ਼ ਨਾਲ ਮੰਨਾ ਛੋਲਿਆਂ ਵਾਲਾ ਲੜ ਪਿਆ ਇੱਧਰ ਇਹ ਸਦਰ ਬੁਸ਼ ਨੂੰ ਇਸ ਜੁੱਤੀ ਦਾ ਭਲਾ ਮੈਂ ਕਿਉਂ ਨਹੀਂ ਗੁੱਸਾ ਕੀਤਾ ਕਿਉਂ ਇਹ ਇਟਲੀ ਦੀ ਨਹੀਂ ਬਣੀ ਇਹ ਮਜ਼ੰਗੋ ਲਈ ਇਹਦਾ ਬੰਦਾ ਕੀ ਗੁੱਸਾ ਕਰੇ ਬੇਵਕੂਫ ਇਹ ਤੁਸੀਂ ਬੁਸ਼ ਹੋ ਸਦਰ ਬੁਸ਼ ਹੀ ਸਮਝ ਲਓ ਇਹ 11 ਸਤੰਬਰ ਤੋਂ ਬਾਅਦ ਅਜ਼ਾਬ ਆਇਆ ਬੁਸ਼ ਕੀ ਮਤਲਬ ਓਏ ਹੈਗਾ ਤੂੰ ਮੇਰਾ ਭਰਾ ਹੈ ਤੂੰ ਇੱਥੋਂ ਦੀ ਪੈਦਾਵਾਰ ਹੈ ਇੱਥੋਂ ਦੀਆਂ ਗੱਲਾਂ ਕਰਿਆ ਕਰ ਜਿਹੋ ਜਿਹਾ ਤੇਰਾ ਮੂੰਹ ਹੈ ਨਾ ਇੱਧਰ ਨੂੰ ਮੂੰਹ ਕਰਕੇ ਸਾਹ ਲੈ ਇਸ ਇਲਾਕੇ ਦਾ ਮੱਛਰ ਮਰੇ ਫਲਾਈ ਤੁਹਾਡਾ ਭਰਾ ਹੀ ਹੈ ਹਾਂਜੀ ਭਰਾ ਹੈ ਲਓ ਮੇਰੇ ਕੋਲ ਕਸਮ ਚੁਕਾ ਲਓ ਇਹ ਸ਼ੇਹੂਪੁਰੇ ਦਾ ਤੇ ਜਾਤੀ ਇਹਦੇ 6 ਭਰਾ ਇੰਜ ਦੇ ਨੇ ਅੱਛਾ ਜੀ ਮੈਂ ਇਹਨਾਂ ਦੇ ਕਾਰ ਗਿਆ ਸਾਰੇ ਭਰਾ ਕਮੀਜ਼ਾਂ ਲਾ ਕੇ ਵਿਹੜੇ ਸੁੱਤੇ ਅੱਛਾ ਮੈਂ ਕਿਹਾ ਬੰਦੇ ਸੁੱਤੇ ਇਹਨੇ ਗੱਡੀ ਦਾ ਇੰਜਣ ਖੁੱਲਾ ਇਹਨੂੰ ਪਤਾ ਨਹੀਂ ਸੀ ਲੱਗਣਾ ਕਿ ਇੰਜਣ ਖੁੱਲਾ ਉਹਦੇ ਅਚਾਨਕ ਇਹਦੇ ਹੱਥ 'ਚ ਗੇਅਰ ਆਇਆ ਇਹਨੇ ਕਿਹਾ ਇੰਜਣ ਖੁੱਲਾ ਮੇਰਾ ਜ਼ਿਹਨ
ਪਾਕਿਸਤਾਨ ਚ ਹੈ ਹੀ ਨਹੀਂ। ਉਹ ਗੁਲਜ਼ਾਰੂ ਗੁਲਜ਼ਾਰੂ ਕੀ ਮਤਲਬ? ਗੁਲਜ਼ਾਰੂ ਕਿਆ? ਹਾਂ ਦਾਨਿਆਲ ਮੇਰਾ ਨਾਮ ਹੈ। ਕੀ ਨਾਮ ਹੈ? ਦਾਨਿਆਲ। ਅਸਤਗਫਾ ਦਾਨਿਆਲ। ਉਹ ਦਾਨਿਆਲ ਖੂਬਸੂਰਤ ਹੁੰਦੇ ਨੇ, ਜਿਹੋ ਜਿਹਾ ਤੇਰਾ ਮੂੰਹ ਹੈ ਨਾ, ਤੂੰ ਆਪਣਾ ਨਾਂ ਰੱਖ ਤਫੈਲ ਸਪੀਕਰਾਂ ਵਾਲਾ, ਤੀਫਾ ਜੰਦਰਿਆਂ ਵਾਲਾ, ਮੀਦਾ ਧੁਰਾ, ਜੀਦਾ ਨਾਫ ਦਾ ਦਮ ਕਰਨ ਵਾਲਾ, ਕਾਕਾ ਢਿੱਡ ਪਾਟਾ, ਛੀਦਾ ਮਾਂ ਮਾਰ, ਇਹੋ ਜਿਹੇ ਨਾਂ ਰੱਖ। ਇਹ ਜਿਹੜੀਆਂ ਚੀਜ਼ਾਂ ਦੇ ਤੂੰ ਨਾਂ ਲੈਣ ਡਿਆ, ਇਹਨਾਂ ਨਾਲ ਮੇਰਾ ਜ਼ਿਹਨ ਹੀ ਨਹੀਂ ਮਿਲਦਾ। ਹਾਂ ਤੇਰਾ ਜ਼ਿਹਨ ਬਣ ਗਿਆ। ਦੇਖੋ ਤੁਸੀਂ ਦੱਸੋ ਮੈਂ ਤੁਹਾਡੇ ਖਾਣ ਨੂੰ ਕੀ ਲਿਆਵਾਂ? ਮੇਰੇ ਲਈ ਕਲੱਬ ਸੈਂਡਵਿਚ ਲੈ ਕੇ ਆਓ। ਮੰਗਣ ਕੌਣ ਡਿਆ ਕਲੱਬ? ਤੁਹਾਨੂੰ ਕੀ ਪਤਾ ਕਲੱਬ ਸੈਂਡਵਿਚ ਕੀ ਹੈ? ਮੂਲੀਆਂ ਵਾਲੀ ਰੋਟੀ ਖਾ ਕੇ ਅਗਲੇ ਦੀ ਤਬੀਅਤ ਬਾਜ਼ਾਰ ਕਰਨ ਵਾਲੇ ਗਰੀਬੋ, ਤੁਹਾਨੂੰ ਕੀ ਪਤਾ ਕਲੱਬ ਸੈਂਡਵਿਚ? ਤੁਸੀਂ ਵੀ ਆਪਣੇ ਰੰਗ ਦੇ ਮੁਤਾਬਕ ਚੀਜ਼ਾਂ ਮੰਗਾਓ ਨਾ। ਮਸਲਨ ਕਹੋ ਮੈਨੂੰ ਮਲੋਕਾਂ ਦਾ ਸ਼ੋਰਾ ਲਿਆ ਕੇ ਦਿਓ, ਲੋਕ ਨੂੰ ਤੜਕਾ ਲਾ ਦਿਓ, ਤੇਜ਼ਾਬ ਚ ਪੱਤੀ ਪਾ ਦਿਓ। ਗਰੀਬ ਆਦਮੀ ਨੇ ਮੇਰੇ ਸਾਹਮਣੇ ਨਾਂ ਲਵੋ ਇੰਟਰਨੈਟ ਦਾ, ਵਰਲਡ ਟ੍ਰੇਡ ਸੈਂਟਰ ਦਾ। ਪਤਾ ਵਰਲਡ ਟ੍ਰੇਡ ਸੈਂਟਰ ਕਿਆ ਥਾ? ਕੀ ਤੁਹਾਨੂੰ ਕੀ ਪਤਾ ਵਰਲਡ ਟ੍ਰੇਡ ਸੈਂਟਰ ਕੀ ਹੈ? ਗਿੱਲੀ ਕੰਧ ਥੱਲੇ ਆ ਕੇ ਮਰਨ ਵਾਲਿਓ। ਉਹ ਮਰੇ ਹੋ ਤੂੰ, ਇਹ ਇੰਜੀਨੀਅਰ ਏ। ਅੱਛਾ ਜੀ। ਗੋਹਾ ਖਾ ਕੇ ਦੱਸਦਾ ਮੱਝ ਨੇ ਕੱਟੀ ਦੇਣੀ ਕਿ ਕੱਟਾ, ਇਹਨੂੰ ਕੀ ਪਤਾ ਹੋਏ? ਕੋਈ ਐਵੇਂ ਨਹੀਂ ਹੈਗਾ ਚਵਲ ਜਿਹਾ। ਤਰੱਕੀ ਕੀ? ਉਹ ਮਰੇ ਤੂੰ, ਇਹ ਤਾਂ ਨਹਿਰ ਚ ਜਾ ਨਾ ਨਹਾਉਣ ਵਾਸਤੇ, ਇਹ ਨਹਿਰ ਚ ਛਾਲ ਮਾਰੇ ਪਾਣੀ ਬਾਹਰ ਆ ਜਾਂਦਾ ਜੀ, ਜਾਂ ਨਹਿਰ ਚ ਇਹ ਰਹਿ ਗਿਆ ਜਾਂ ਅਸੀਂ ਰਹਾਂਗੇ। ਔਰ ਜਦੋਂ ਦਾ ਨਹਿਰ ਚ ਨਹਾ ਕੇ ਨਿਕਲਿਆ, ਡੱਡੂਆਂ ਦੀਆਂ ਉਲਟੀਆਂ ਨਹੀਂ ਰੁਕੀਆਂ। ਮੌਸਮ ਇਹੋ ਜਿਹਾ ਫੂਡ ਪੋਇਜ਼ਨਿੰਗ ਹੋ ਗਈ ਹੋਈ। ਲੈ ਆਪਸ ਦੀਆਂ ਗੱਲਾਂ ਕਰੋ, ਮੈਂ ਤੁਹਾਡਾ ਕਿਸੇ ਦਾ ਕੰਮ ਨਹੀਂ ਕਰਨਾ। ਕਿਸੇ ਦਾ ਕੰਮ? ਭੈੜੇ ਮੂੰਹ ਵਾਲਿਆ, ਮੇਰੇ ਪਿਓ ਨੂੰ ਮਰਿਆ 10 ਸਾਲ ਹੋ ਗਏ ਨੇ, ਤੂੰ ਇੰਜ ਕਰ ਆਪਣੇ ਪਿਓ ਦਾ ਹੀ 40ਵਾਂ ਕਰ ਲੈ। ਉਹਨੂੰ ਮਰੇ 20 ਸਾਲ ਹੋ ਗਏ ਨੇ, ਕੀ ਗੱਲ ਕਰੋ? ਉਹ ਨਵੇਂ ਦਾ ਕਰ ਲੈ ਨਾ, ਜਿਹੜਾ ਸਾਂਗਲਾ ਹਿੱਲ ਤੋਂ ਲਿਆ, ਉਹ ਜਿਹੜਾ ਬੈਠਾ ਹੀ ਹਿੱਲਦਾ ਰਹਿੰਦਾ। ਓਏ ਗੱਲ ਸੁਣ, ਸਭ ਤੋਂ ਪਹਿਲੇ ਬਾਜ਼ਾਰ ਜਾ, ਜਾ ਕੇ ਮੇਰਾ ਦੁਪੱਟਾ ਲਗਾ ਕੇ ਲਿਆ, ਕਿਉਂਕਿ ਅੱਜ ਮੇਰੀ ਸਹੇਲੀ ਛੰਨੋ ਦੀ ਮਹਿੰਦੀ ਏ। ਕਿਉਂਕਿ ਅੱਜ ਮੇਰੀ ਸਹੇਲੀ ਛੰਨੋ ਦੀ ਟਕ 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 ਟਕ। ਆ ਲੋ ਬਾਬੇ ਆ ਗਿਆ ਜੀ ਉਹਦੇ 'ਚ। ਇਹੋ ਜਿਹੀਆਂ ਔਰਤਾਂ ਨਾ ਉਰਦੂ ਬੋਲਦੀਆਂ ਨੇ। ਮੈਨੇ ਸੁਬਹ ਸੁਬਹ ਬਰੱਸ਼ ਕੀਆ, ਮੇਰੇ ਦਾਂਤ ਚਿੱਟੇ ਹੋ ਗਏ। ਮੈਂ ਕੱਲ ਫਰੂਟ ਵਾਲੀ ਦੁਕਾਨ ਪੇ ਗਈ, ਵਹਾਂ ਇੱਕ ਦਰਜਨ ਮਿੱਠੇ ਚੂਪੇ। ਹਾਲਾਂਕਿ ਇਹ ਸਾਰੀ ਆਪਣੀ ਭੈਣ ਦੀ ਨਕਲ ਕਰ ਰਿਹਾ ਹੈ। ਹਾਂਜੀ, ਇਹਦੀ ਭੈਣ ਵੀ ਉਰਦੂ ਇੰਜ ਹੀ ਬੋਲਦੀ ਹੈ। ਅੱਛਾ। ਉਹ ਨਾ ਰਾਤ ਕੋ ਮੇਰਾ ਨਾ ਆਪਣੇ ਸ਼ੋਹਰ ਕੇ ਸਾਥ ਝਗੜਾ ਹੋ ਗਿਆ, ਔਰ ਉਹਨੇ ਮੇਰੀ ਧੁਨੀ ਮੇ ਠੂਡੇ ਮਾਰੇ। ਮਰੇ ਕਿਹੜਾ ਮਾਸਟਰ ਹੈ ਜਿਹਨੇ ਉਹਨੂੰ ਹੀ ਕਾਇਦਾ ਪੜਾਇਆ? ਤੁਸੀਂ ਬੜੇ ਚੁੱਪ ਬੈਠੇ ਹੋ ਬੱਟ ਸਾਹਿਬ। ਉਹ ਬੱਟ ਸਾਹਿਬ, ਜਾਨੂ ਮੈਂ ਤਿਆਈ ਤੁਹਾਡੇ ਵਾਸਤੇ ਪਾਣਾ ਇੱਕ। ਅੱਛਾ ਜੀ, ਇਹ ਕੀ ਹੈ? ਇਹ ਮੇਰੀ ਜਾਨੂ ਨੇ। ਤੂੰ ਗੰਨੇ ਵਾਲੀ ਟਰਾਲੀ 'ਚ ਵੱਜਣਾ? ਨਹੀਂ, ਮੂੰਹ ਪਾੜ ਕੇ ਉਹਨੂੰ ਜਾਨੂ ਹੀ ਕਹਿ ਦਿੱਤਾ ਏ। ਹਾਂ ਤੇ ਮੇਰਾ ਜਾਨੂ ਏ। ਨਹੀਂ ਤੈਨੂੰ ਕੋਈ ਲੱਥੀ ਚੜੀ ਨਹੀਂ ਹੈਗੀ? ਵੇ ਕੀ ਬਕਵਾਸ ਕਰ ਰਿਹਾ ਏ। ਇਹ ਜਾਨੂ ਏ? ਇਹੋ ਜਿਹਾ ਬੰਦਾ ਤੇ ਖਾਬ 'ਚ ਆ ਜਾ, ਬੰਦਾ ਸਵੇਰੇ ਉੱਠ ਕੇ ਮੁਰਸ਼ਦਾਂ ਕੋਲੋਂ ਦਮ ਕਰਾਉਣ ਤੁਰ ਜਾਂਦਾ ਹੈ ਕਿ ਮੇਰੀ ਖਾਬ 'ਚ ਕੀ ਆਉਂਦਾ? ਤੂੰ ਜਾਨੂ ਕਹਿਣ ਡਈ ਏ, ਇਹਦੇ ਨਾਲ ਵਿਆਹ ਕਰਨਾ? ਹੋਰ ਕੀ ਹਕੀਕਾ ਕਰਨਾ? ਕੀ ਤੇਰੀ ਮੱਤ ਵਾ? ਇਹਦੇ ਨਾਲ ਵਿਆਹ ਕਰਨ ਦਾ ਫਾਇਦਾ ਕੀ ਹੋਣਾ ਤੈਨੂੰ? ਦੱਸ, ਲੋਕਾਂ ਨੇ ਕਿਹੜਾ ਸਾਲ ਬਾਅਦ ਕੀ ਹੋਇਆ? ਤੁਸੀਂ ਕਹਿਣਾ ਜੀ ਕਿਲੋ ਸਵਾਹ ਹੋਈ। ਆਹ 6 ਪਾਥੀਆਂ ਹੋਈਆਂ ਨੇ, ਉਹ ਇਹਦੇ ਨਾਲ ਵਿਆਹ ਕਿਉਂ ਕਰਨਾ ਤੂੰ? ਕਿਸੇ ਨੇ ਤੈਨੂੰ ਸਮਝਾਇਆ ਨਹੀਂ? ਕੀ ਮਤਲਬ? ਕਿਸੇ ਕੋਲੋਂ ਮਸ਼ਵਰਾ ਲੈ ਲੈ, ਕਿਸੇ ਨੂੰ ਪੁੱਛ ਲੈ। ਇਹ ਹਕੂਮਤ ਨੇ ਨਾਜ਼ਮ ਕਾਹਦੇ ਲਈ ਬਣਾਏ ਨੇ?
ਉਹਨਾਂ ਨੂੰ ਪੁੱਛ ਜਾ ਕੇ ਕਿ ਮੈਂ ਚੰਨ ਚੜਾਉਣ ਲੱਗੀ ਆ, 6 ਮਹੀਨੇ ਬਾਅਦ ਸੱਪ ਬਣ ਗਿਆ, ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ? ਤੁਹਾਨੂੰ ਕੀ ਬਦਵਾ ਸੀ ਕਿ ਦਾ ਧੀਏ ਤੇਰਾ ਘੁੰਡ ਸੂਰ ਹੀ ਚੁੱਕੇ? ਓਏ ਪ੍ਰਭੂ ਬਤਕ, ਜਾਨੂ ਤੁਸੀਂ ਇਹਨਾਂ ਦੀ ਗੱਲਾਂ ਦਾ ਜਵਾਬ ਕਿਉਂ ਨਹੀਂ ਦੇ ਰਹੇ? ਮੈਨੂੰ ਇੰਨੀ ਰਵਾਨੀ ਨਾਲ ਪੰਜਾਬੀ ਆਉਂਦੀ ਨੇ ਜੀ? ਉਹ ਤੇਰੇ ਸਦਕੇ ਪੰਜਾਬੀ ਮੂੰਹ ਤੇਰਾ ਰੋਟਕੀਆਂ ਤੋਂ ਵੀ ਬੁਰਾ ਏ ਪੰਜਾਬੀ। ਉਹ ਤੈਨੂੰ ਕੋਈ ਸਮਝਾਉਣ ਵਾਲਾ ਨਹੀਂ, ਇਹਦੇ ਨਾਲ ਵਿਆਹ ਕਰਕੇ ਕੀ ਕਰੇਗੀ? ਵਿਆਹ ਨਹੀਂ, ਤੂੰ ਇਹਨਾਂ ਵਿਆਹ ਨਹੀਂ ਕਰਨਾ ਚਾਹੁੰਦੀ, ਤੂੰ ਕੋਈ ਤਜਰਬਾ ਕਰਨਾ ਏ। ਤੂੰ ਜ਼ਰੂਰ ਇਹਨੂੰ ਸਾੜ ਕੇ ਚੰਬਲ ਦੀ ਦਵਾਈ ਬਣਾਉਣੀ ਜਾਂ ਗੰਜੇਪਨ ਦਾ ਇਲਾਜ ਲੱਭਣਾ। ਤੂੰ ਇਹਦੇ ਨਾਲ ਵਿਆਹ ਕਰੇਗੀ, ਤੁਹਾਡੇ ਤੇ ਬੱਚੇ ਵੀ ਪੂਛਲਾਂ ਵਾਲੇ ਹੋਣੇ ਨੇ। ਰਲ ਕੇ ਰੁਖ ਕੀਤਾ ਯਾਰ, ਮੈਂ ਜਾਣਦਾ ਇਸ ਮਾਸਰੇ ਨੂੰ, ਜਿਹੜਾ ਬੰਦਾ ਬਹੁਤਾ ਤਰੱਕੀ ਕਰ ਜਾ ਉਹਨੂੰ ਤੁਸੀਂ ਪਾਗਲ ਹੀ ਸਮਝਦੇ ਹੋ। ਉਹ ਮਰੇ, ਤੂੰ ਕੀ ਤਰੱਕੀ ਕੀਤੀ ਹੈ? ਰਿਛ ਨੂੰ ਕਿੱਕ ਲਾਤੀ ਹੈ ਜਾਂ ਤੂੰ ਖੋਤਾ ਸੀਐਨਜੀ ਤੇ ਕਰਤਾ, ਸੰਡੇ 'ਚ ਪੀਸੀਓ ਖੋਲ ਦਿੱਤਾ, ਜਾਂ ਕੋਈ ਕੁਕੜੀ ਆਜ਼ਾਦ ਕੀਤੀ ਹੈ ਜਿਹੜੀ ਮੇਂਗਨਾ ਕਰਦੀ ਹੈ? ਮਰੇ, ਕੱਲ ਗਲਾਸ 'ਚ ਮੇਂਗਨ ਪਾ ਕੇ ਕਹਿਣ ਡਿਆ ਸੀ ਬਈ ਡਿਸਪ੍ਰੀਨ ਤੋਂ ਯੂੰ ਹੱਲ ਹੋਤੀ ਹੈ। ਬਾਥਰੂਮ ਚ ਨਹਾਉਣ ਵਾਸਤੇ ਜਾਏ, ਟੂਟੀ ਖੋਲੇ, ਪਾਣੀ ਥੱਲੇ ਆ ਕੇ ਇਹਨੂੰ ਵੇਖ ਕੇ ਫੇਰ ਤਾਂ ਚੜ ਜਾਂਦਾ। ਤੂੰ ਪਾਣੀ ਦਾ ਮਾਮਾ ਸੋਹਰਾ ਹੈ ਸਾਹਿਬ ਜੀ, ਤੂੰ ਮੈਨੂੰ ਨਾਂਦਿਆਂ ਵੀ ਵੇਖਦਾ ਨਹੀਂ ਨਾ? ਨਾ, ਤੇਰਾ ਮੈਂ ਵੇਖਾਂ ਕੀ ਹੋ ਸਾਰੀ ਛੱਡੋ, ਤੁਹਾਨੂੰ ਮੈਂ ਰੁਪਈਆ 100 ਨਾਮ ਦਿਆਂਗਾ, ਤੁਸੀਂ ਆਪਣੇ ਪਿੰਡੇ ਦੀ ਕੋਈ ਸ਼ਾਇਦ ਚਿੱਟੀ ਵਹਾ ਦਿਓ। ਇਹ ਤੈਨੂੰ ਥੋੜ੍ਹੀ ਦੇਰ ਮਿਹਨਤ ਕਰਨੀ ਪੈਣੀ। ਮਿਹਨਤ? ਆ ਮੈਨੂੰ ਹਸਾਉਣਾ ਪੈਣਾ, ਮੈਂ ਦੰਦ ਕੱਢ ਦਿਆਂਗਾ। ਨਾ ਨਾ ਹੱਸੋ ਨਾ, ਇੱਥੋਂ ਤੱਕ ਸੇਕ ਆਉਂਦਾ। ਇਹਦੇ ਨਾਲ ਸ਼ਾਦੀ ਕਿਉਂ ਕਰਨਾ ਚਾਹੁੰਦੀ ਹੈ? ਕਿਉਂ ਚੈਲਸ ਹੋ ਮੇਰੇ ਚਾਲੂ ਕੋਲੋਂ? ਸਾਡੇ ਹੋ ਤੁਸੀਂ ਇਹਦੇ ਨਾਲ ਵਿਆਹ ਕਰਕੇ ਸਹੇਲੀਆਂ ਨੂੰ ਕੀ ਮੂੰਹ ਵਿਖਾਏਗੀ? ਕੀ ਮਤਲਬ? ਉਹ ਜਿੱਦੀ ਤੂੰ ਆਪ ਸੋਹਣੀ ਹੈ, ਤੂੰ ਬੰਦਾ ਵੀ ਕੋਈ ਗੁਲਬਰਗ ਦਾ ਘਰ ਹੈ ਜਿਹੜਾ ਖੂਬਸੂਰਤ, ਜਿਨ੍ਹਾਂ ਦਾ ਤੂੰ ਸਹੇਲੀਆਂ ਨੂੰ ਵੀ ਦੱਸੇ। ਉਹ ਨਾ ਸ਼ਾਜ਼ੀਆ, ਰਾਤ ਕੋ ਵਿੱਕੀ ਨਾ ਡਰਿੰਕ ਕਰਕੇ ਘਰ ਆ ਗਿਆ, ਮੈਂ ਤਾਂ ਖੌਫ ਸੇ ਸੋਈ ਨਹੀਂ। ਇਹਦੇ ਬਾਰੇ 'ਚ ਕੀ ਸਹੇਲੀਆਂ ਨੂੰ ਦੱਸੇਗੀ? ਨੀ ਪੀਨੋ, ਨੀ ਰਾਤੀ ਛੀਦਾ ਫੀਮ ਖਾ ਕੇ ਆ ਗਿਆ। ਮਗਰੋਂ ਲੱਥੇਗੀ, ਹਰ ਟਾਈਮ ਹੱਥ ਧੋ ਕੇ ਮੇਰੇ ਪਿੱਛੇ ਪਈ ਰਹਿਣੀ, ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰ ਸਕਦਾ।
ਮੇਰੇ ਕੈਰੀਅਰ ਦਾ ਮਸਲਾ ਯਾਰ। ਇਹ ਕੋਈ ਹਾਸੇ ਵਾਲੀ ਗੱਲ ਨਹੀਂ ਜਾਨੂ, ਇਸ ਦਿਨ ਦਾ ਇੰਤਜ਼ਾਰ ਤੇ ਮੈਂ ਬਚਪਨ ਤੋਂ ਕਰ ਰਹੀ ਹਾਂ ਕਿ ਕਦੋਂ ਤੁਸੀਂ ਮੇਰੇ ਘਰ ਡੋਲੀ ਲੈ ਕੇ ਆਓ, ਪਰ ਹੁਣ ਨਹੀਂ, ਹੁਣ ਮੇਰੀ ਮਾਂ ਨੇ ਟੁਆਣਾ ਫੈਮਿਲੀ 'ਚ ਮੇਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਵੈਰੀ ਗੁੱਡ, ਇਹਨਾਂ ਕੌਮਾਂ ਨੂੰ ਜਲਦੀ ਹੁੰਦੀ ਸ਼ਾਦੀ ਕਰਨ ਦੀ, ਕੀ ਸਮਝੋ ਮੇਰਾ ਕੋਈ ਐਸਾ ਇਰਾਦਾ ਨਹੀਂ ਹੈਗਾ। ਜਾਨੂ ਇੱਕ ਗੱਲ ਤੇ ਦੱਸੋ, ਜਦੋਂ ਸਾਡਾ ਵਿਆਹ ਹੋਏਗਾ ਸਾਡੇ ਬੱਚੇ ਕਿੰਨੇ ਹੋਣਗੇ? ਪਹਿਲੇ ਨੰਬਰ 'ਤੇ ਤੇਰਾ ਮੇਰਾ ਵਿਆਹ ਹੋ ਹੀ ਨਹੀਂ ਸਕਦਾ, ਜੇ ਫਰਜ਼ ਕਰੋ ਮੈਂ ਕੰਪਰੋਮਾਈਜ਼ ਕਰ ਲੈਂਦਾ ਵਾਂ। ਅੱਛਾ ਕੰਪਰੋਮਾਈਜ਼ ਕਰ ਲੈਂਦੇ ਹੋ ਯਾਰ, ਕੀ ਮੈਨੂੰ ਤੁਸੀਂ ਬੰਦਾ ਨਹੀਂ ਸਮਝਦੇ? ਜੇ ਮੈਂ ਕੰਪਰੋਮਾਈਜ਼ ਕਰ ਲੈਂਦਾ ਵਾਂ 100-150 ਬੱਚਾ ਤੇ ਹੋਏਗਾ। ਇੰਨੇ ਬੱਚੇ? ਆ ਮੈਨੂੰ ਗੁੱਸਾ ਹੀ ਬੜਾ। ਜਾਨੂ ਇਹ ਦੱਸੋ ਕਿ ਵਿਆਹ ਤੋਂ ਬਾਅਦ ਅਸੀਂ ਹਨੀਮੂਨ ਮਨਾਉਣ ਕਿੱਥੇ ਜਾਵਾਂਗੇ? ਡਿਫਰੈਂਟ ਤਰੀਕੇ ਨਾਲ। ਕੀ ਮਤਲਬ? ਜੰਗਲ 'ਚ। ਜੰਗਲ ਵਿੱਚ? ਤੇ ਜੇ ਜੰਗਲ ਵਿੱਚ ਸ਼ੇਰ ਆ ਗਿਆ ਤੇ ਫੇਰ? ਫੇਰ ਉਹ ਮਨਾਏਗਾ, ਮੈਂ ਵੇਖਾਂਗਾ। ਜਾਨੂ ਹੁਣ ਮੈਂ ਪੜ੍ਹਿਆ ਲਿਖਿਆ ਬੰਦਾ, ਸ਼ੇਰ ਅਨਪੜ੍ਹ ਜਾਹਲ, ਉਹਦਾ ਮੇਰਾ ਕੀ ਮੁਕਾਬਲਾ। ਅੱਛਾ ਜਾਨੂ ਇਹ ਦੱਸੋ ਕਿ ਸਾਡਾ ਵਿਆਹ ਕਦੋਂ ਹੋਵੇਗਾ ਤੇ ਕੀ ਹੋਵੇਗਾ? ਬਚਾਓ ਬਚਾਓ ਮੈਨੂੰ ਉਸਤਾਦ ਜੀ ਕੋਲੋਂ, ਬਚਾਓ ਮੈਨੂੰ। ਇੱਧਰ ਆ ਮੈਨਾਂ ਛੋਤੀ ਦਿਓ ਬੱਚੇ। ਓਏ ਨਾਲੇ ਪਰਾਂਦੇ ਵੇਚਣਾ ਨਹੀਂ ਮਾਈ ਦੇ ਆ ਬੱਚੇ ਆ। ਮਿਰਾਸੀ ਭਾਵੇਂ ਲਾਹੌਰ ਦਾ ਹੋਵੇ ਤੇ ਭਾਵੇਂ ਜੰਗ ਦਾ, ਹੁੰਦਾ ਦਲੇਰ। ਮੈਂ ਕੋਈ ਆਮ ਮਿਰਾਸੀ ਨਹੀਂ, ਮੈਂ ਰਾਜਪੂਤ ਮਿਰਾਸੀ। ਛੋਤੀ ਦਿਆ ਬੱਚੇ ਆ, ਤੈਨੂੰ ਮੈਂ ਆਖਿਆ ਸੀ ਪਾਣੀ ਤੱਤਾ ਕਰਕੇ ਤੇ ਵਿੱਚ ਫਟਕੜੀ ਪਾ ਕੇ ਲਾਇਆ, ਮੈਂ ਗਰਾਰੇ ਕਿੱਥੇ ਸਿਆ? ਮੈਂ ਰੋਜ਼ ਪਾਣੀ ਗਰਮ ਕਰਕੇ ਤੁਹਾਨੂੰ ਦੇਵਾਂ। ਅੱਛਾ, ਤੁਹਾਡੇ ਗਲੇ ਦੀ ਟਕੋਰ ਵੀ ਕਰਦਾ, ਲੇਕਿਨ ਤੁਹਾਡਾ ਗਲਾ ਹੈ ਕਾਵਾਂ ਵਰਗੀ ਆਵਾਜ਼ ਹੈ ਤੁਹਾਡਾ। ਗਾਵਾਂ ਵਰਗੀ ਆਵਾਜ਼ ਮੇਰੀ? ਸਾਰਾ ਜ਼ਮਾਨਾ ਮੈਨੂੰ ਆਉਂਦਾ ਤੇਰੀ ਆਵਾਜ਼ ਕੋਇਲ ਵਰਗੀ ਹੋਈ ਜੀ। ਕਿਹੜੀ ਕੋਇਲ ਵਰਗੀ? ਕਿਉਂ? ਸਾਰੀ ਜ਼ਿੰਦਗੀ 'ਚ ਇੱਕੋ ਹੀ ਫਿਲਮ ਦਾ ਗਾਣਾ ਮਿਲਿਆ। ਅੱਛਾ, ਚੂੜੀਆਂ ਫਿਲਮ ਦਾ। ਅੱਛਾ, ਉਹਨੇ ਗਾਣਾ ਗਾਇਆ ਉੱਡ ਕੋਠੇ ਉੱਤੋਂ ਕਾਵਾਂ, ਤੁਸੀਂ ਪਿੱਛੋਂ ਕਿਹਾ ਕਾਂ ਕਾਂ। ਦਫਾ ਹੋ ਜਾ, ਜਾ ਕੇ ਪਾਣੀ ਤੱਤਾ ਕਰਕੇ ਤੇ ਲੈ ਕੇ। ਪਾਣੀ ਤੱਤਾ ਕਰ ਸਾਥੀ, ਕੱਲ ਮੈਂ ਪਾਣੀ ਗਰਮ ਰੱਖਿਆ। ਅੱਛਾ, ਉਹ ਅੱਗ ਥੋੜੋ ਘੱਟ ਸੀ। ਅੱਛਾ, ਮੈਂ ਤੇਜ਼ ਕੀਤੀ ਹੈ ਪਾਣੀ ਨੇ ਮਾਰੇ ਬੁਲਬੁਲੇ। ਅੱਛਾ, ਤੇ ਵਿੱਚੋਂ ਆਵਾਜ਼ ਆਈ। ਕੀ ਭਲਾ? ਆ ਮੈਨੂੰ ਪਤਾ ਸੀ, ਮੈਨੂੰ ਪਤਾ ਸੀ ਆਵਾਜ਼ ਇਹੀ ਆਣੀ। ਪਾਣੀ ਤੱਤਾ ਕਰਕੇ ਲੈ। ਸਲਾਮ ਮਾਮਾ ਜੀ। ਵਾਲੇਕੁਮ ਸਲਾਮ ਜੀ। ਗੁੱਡ ਮਾਰਨਿੰਗ ਪਾਪਾ। ਤੇਰੇ ਮੂੰਹ ਚੋਂ ਅੰਗਰੇਜ਼ੀ ਚੰਗੀ ਲੱਗਦੀ ਹੈ। ਦਲੀਲ ਦੇ ਬੱਚੇ ਆ, ਅੰਗਰੇਜ਼ੀ ਉਹ ਬੋਲਦੇ ਨੇ ਜਿਨ੍ਹਾਂ ਦੇ ਨਾਨਕੇ ਮੁਲਕੋਂ ਬਾਹਰ, ਤੇਰੇ ਸਾਰੇ ਨਾਨਕੇ ਜੇਲ ਚ ਨੇ। ਵੇਂਦਾ ਵੇ ਕਿਵੇਂ ਛੋਤੀ ਦਾ ਬੱਚਾ, ਕੀ ਵੇਨਾ ਜਾ ਦਫਾ ਜਾ ਕੇ ਤੇ ਨਾਸ਼ਤਾ ਕਰ, ਮੇਰੀ ਫੁੱਫੀ ਨੇ ਚਾਹ ਤੇ ਰਸ ਮੰਗਾਇਆ। ਮੈਨੇ ਨੀ ਚਾਹ ਪੀਣੀ। ਵਜਾ ਜੂਸ ਪੀਣਾ ਮੈਨੇ। ਹਾਂ, ਤੇਰਾ ਮੂੰਹ ਵੀ ਜੂਸਾਂ ਵਾਲਾ। ਤੇਰੀ ਮਾਂ ਲੋਕਾਂ ਦਾ ਜੂਸ ਪੀਂਦੀ ਸੀ ਤੇ ਤੂੰ ਲੋਕਾਂ ਦਾ ਪੀ ਜਾਂਦਾ। ਪਰ ਮੈਂ ਕਿਹਾ ਖੈਰ ਤੇ ਹੈ ਜੀ ਮਾਮਾ ਜੀ, ਪਰਸੋਂ ਮੈਂ ਤੁਸੀਂ ਉੱਥੇ ਖਲੋਤੇ ਸੀ। ਹਾਂਜੀ। ਕੱਲ ਮੈਂ ਜਿਸ ਲੈ ਤੁਸੀਂ ਇੱਥੇ ਖਲੋਤੇ ਸੀ ਜੀ, ਅੱਜ ਇੱਥੇ ਖਲੋਤੇ ਹੋ, ਇਹ ਤੁਹਾਡੀਆਂ ਕਿਹੜੀਆਂ ਮੀਟਿੰਗਾਂ ਨੇ ਜਿਹੜੀਆਂ ਮੁੱਕਦੀਆਂ ਨੇ? ਮਾਮਾ ਜੀ ਐਕਚੁਅਲੀ ਗੱਲ ਐ ਸੀ ਕਿ ਅੱਜ ਮੇਰੀ ਸਹੇਲੀ ਛੰਨੋ ਦੀ ਮਹਿੰਦੀ ਹੈ ਤੇ ਮੈਂ ਗੁੱਡੂ ਜੀ ਨੂੰ। ਗੁੱਡੂ ਜੀ? ਮੈਨੂੰ ਇਸ ਘਰ ਦੇ ਵਿੱਚ ਇਹ ਇਖਤਲਾਫ ਹੈ ਅੱਬਾ ਜੀ ਕਿ ਮੈਨੂੰ ਕੋ ਮੇਰੇ ਸਿੱਧੇ ਨਾਲ ਨਾਲ ਨਹੀਂ ਬੁਲਾਉਂਦਾ। ਤੁਹਾਡਾ ਸਿੱਧਾ ਨਾਮ ਕੀ ਹੈ ਜੀ? ਦਾਨਿਆਲ। ਸੁਭਾਨ ਅੱਲਾ, ਇਹ ਕਿਸ ਖੋਤੀ ਨੇ ਰੱਖਿਆ ਸੀ? ਮੈਂ ਤੇਰਾ ਨਾਂ ਰੱਖਿਆ ਸੀ ਗੁਲਜ਼ਾਰ ਮੁਸੱਲੀ ਦਾਨਿਆਲ। ਮਾਮਾ ਜੀ ਗੱਲ ਤੇ ਦੱਸੋ, ਤੁਹਾਡੇ ਬਾਕੀ ਤੇ ਸਾਰੇ ਬੱਚੇ ਠੀਕ ਨੇ,
ਗੁੱਡੂ ਜੀ ਬਾਰੇ ਕੀ ਹੋਇਆ ਸੀ? ਬਸ ਇਹ ਵੀ ਇੱਕ ਵਕੂ ਹੈ। ਜਦੋਂ ਮੈਂ ਜੰਮਣ ਵਾਲਾ ਸੀ ਇਹਦੀ ਮਾਂ ਨੂੰ ਲੈ ਗਿਆ, ਮਰੀ ਮਰੀ ਪਹਾੜ ਦੇ ਉੱਤੇ ਪੈਦਾ ਹੋਇਆ, ਪਹਾੜ ਤੇ ਸੂਰਜ ਨੇੜੇ ਸੀ, ਜੰਮਦੇ ਗੋਜ ਗਿਆ। ਵੇਖਣ ਦੀ ਵੀ ਤਮੀਜ਼ ਇਸ ਨੂੰ ਕੋਈ। ਅੱਬਾ ਜੀ ਤੁਸੀਂ ਕਹਿੰਦੇ ਮੇਰੇ ਪਿਓ ਨਾਲ ਹੁੰਦੇ, ਹੋਰ ਮੈਂ ਤੇਰਾ ਮਾਮਾ ਹੋਣਾ ਸੀ, ਫਿਰ ਅਰੇ ਮੈਂ ਤੁਹਾਡਾ ਹੁੰਦਾ। ਪੈਸੇ ਲੈ ਬਾਹਰ ਉੱਠ ਕੇ ਖਲੋ, ਨਾ ਕੰਮ ਨਾ ਕਾਰ ਬਾਂਦਰ ਤਰ੍ਹਾਂ ਬਹਿ ਗਏ। ਇਹ ਕਿਤੇ ਤਿਆਰ ਹੋ ਕੇ ਜਾਣਾ ਪਾਪਾ, ਦੁਆ ਕਰੋ ਮੇਰਾ ਅੰਬੈਸੀ ਇੰਟਰਵਿਊ ਵੀਜ਼ਾ ਲੱਗਣ ਵਾਲਾ ਮੇਰਾ। ਤੇ ਮੁੜ ਕੀ ਉਸ ਨੂੰ ਮੈਂ ਯੂਰਪ ਜਾਊਂਗਾ ਪਾਪਾ, ਉੱਥੇ ਜਾ ਕੇ ਕੂੜੇ ਦੀਆਂ ਗੱਡੀਆਂ ਚਲਾਏਗਾ। ਕਿਉਂ ਪਾਪਾ, ਮੈਂ ਪੜ੍ਹਿਆ ਲਿਖਿਆ ਬੰਦਾ ਵਾ। ਤੂੰ ਕਿਹੜਾ ਪੜ੍ਹਿਆ ਲਿਖਿਆ, ਨਾ ਤੇਰੇ ਕੋਲ ਤਾਲੀਮ ਨਾ ਹੁਨਰ, ਉੱਥੇ ਜਾ ਕੇ ਤੂੰ ਕੀ ਕਰਸੇ? ਹਰ ਟਾਈਮ ਝਾੜਦੇ ਰਹਿੰਦੇ ਹੋ, ਯੂਰਪ ਜਾਣਾ ਚਾਹਤਾ ਹੂੰ, ਯੂਰਪ ਜਾ ਕੇ ਦਿਖਾਊਂਗਾ ਪਾਪਾ ਆਪਕੋ, ਮੈਂ ਹੀ ਤੁਹਾਡਾ ਨਾਂ ਰੋਸ਼ਨ ਕਰਨਾ। ਉੱਥੋਂ ਦੀ ਬੋਲੀ ਆਉਂਦੀ ਹੈ? ਬੋਲੀ ਕਿਉਂ ਨਹੀਂ ਆਉਂਦੀ, ਅੰਗਰੇਜ਼ੀ ਆਉਂਦੀ ਮੈਨੂੰ। ਕਿਵੇਂ? ਮੈਨੂੰ ਕਹੋ ਮਿਸਟਰ ਦਾਨਿਆਲ। ਮਿਸਟਰ ਦਾਨਿਆਲ ਸ਼ਟ ਅਪ, ਇਹ ਕਿਹੜਾ ਲਫ਼ਜ਼? ਓਏ ਸ਼ਾਮੀ ਚਲੋ, ਏ ਰੇਲ ਸਰ ਕਰ ਲਓ। ਠੀਕ ਹੈ ਸਾਜੀ। ਸਵੇਰੇ ਦੰਮੀ ਨਾਲ ਨੂਰ ਪੀਰੇ ਲਗਾਮ ਤੇ ਜਾਵਾਂ। ਸਾਜੀ ਸਲਾਮ। ਖੈਰ ਮੈਂ ਕੀ ਗੱਲ ਸੁਣ, ਓ ਜਿੰਨੀ ਤੇਰੀ ਜਾਨ ਹੈ ਉਹ ਦਫਾ ਕਰ ਇਸ ਕੰਮ ਨੂੰ, ਇਹ ਨਾ ਦਾ ਕੰਮ ਹੈ ਮੇਰਾ ਬੱਚਾ, ਜਾ ਕਸ਼ਮੀਰ ਕਿਧਰ ਲੜ ਮਾਰ। ਉਸਤਾਦ ਜੀ ਮੈਂ ਕਸ਼ਮੀਰ ਗਿਆ ਸਾਂ। ਅੱਛਾ ਜੀ। ਹਾਂਜੀ, ਸ਼ਹੀਦ ਹੋ ਕੇ ਵਾਪਸ ਆ ਗਏ। ਤੂੰ ਤੇ ਜ਼ਿੰਦਾ ਖਲੋਤਾ? ਉਸਤਾਦ ਜੀ ਸ਼ਹੀਦ ਜ਼ਿੰਦਾ ਹੁੰਦਾ ਹੈ। ਚਲਾਕੀ ਨਾ ਕਰ, ਇੱਥੇ ਬਹਿ ਜਾ, ਤੁਹਾਡਾ ਮੂੰਹ ਬੜਾ ਲਾਲ ਹੈ। ਹਾਂ ਮੇਰਾ ਮੂੰਹ ਬੜਾ ਕਿਉਂ ਲਾਲ ਹੈ? ਕਿਉਂ ਲਾਲ ਹੈ? ਗੁੱਸੇ ਨਾਲ। ਬਹਿ ਜਾ ਥੱਲੇ, ਚੱਲ। ਜਿਸ ਦਿਨ ਸੇ ਪਿਆ ਦਿਲ ਲੇ ਸੁਣਾ ਤਿੰਨ।
ਅੱਲਾ ਦਾ ਵਾਸਤੇ ਕਿਸੇ ਲਈ ਪਿਆਰ ਨਾਲ ਵੀ ਗੱਲ ਕਰ ਲਿਆ ਕਰ। ਮਾਸ਼ਾਅੱਲਾ ਕਿੱਡੀਆਂ ਵੱਡੀਆਂ ਤੇਰੀਆਂ ਅੱਖਾਂ ਨੇ, ਇਹ ਹੋਰ ਵੱਡੀਆਂ ਹੋ ਸਕਦੀਆਂ। ਕਿਵੇਂ? ਫਾਂਸੀ ਦੇਣੀ ਪੈਣੀ। ਅੰਤਿਆ ਫਾਂਸੀ ਦੇ ਆਪਣੇ ਨਾਲ ਚਮੂਣਿਆਂ ਨੂੰ। ਤਾਂ ਇਹ ਕਰਦੀ ਕੀ ਹੈ ਸਾਈਵਾਲ ਦੀ ਡਾੜੀ? ਚੰਗੀ ਬਲੀ ਤਾਂ ਨਹੀਂ ਬਰਦਾਨੀ ਔਰ ਤੈਨੂੰ ਵੇੜ ਜਾਖ ਦਿੱਤਾ। ਐਡੀ ਸੋਹਣੀ ਨੀਲੀ ਬਾਹਰ ਦੀ ਗਾਂ ਤਾਨੇ ਤਾਨੇ ਪਤਾਨਾ। ਆਪਣੀ ਭੈਣ ਦੇ ਵਿਆਹ ਦੀ ਸ਼ਰਾਬ ਪੀ ਕੇ ਕਹਿ ਰਿਹਾ ਸੀ ਉਹ ਬਾਜੀ ਛੇਵੀਂ ਤੋਂ ਫਚਲੀ ਬਾਜੀ ਛੇ ਮਾਈ ਬਾਜੀ ਐ ਮਾਈ ਅੱਲਾ ਮਾਫੀ ਦੇਵੇ ਐ ਮਾਈ ਸੁਬਾ ਸੁਬਾ ਜਾ ਕੇ ਮਾਮ ਦੇ ਨਾਮ ਦੀ ਜੇ ਕਿਸੇ ਔਰਤ ਦੇ ਉੱਤੇ ਇਲਜ਼ਾਮ ਨਹੀਂ ਲਾਈਦਾ ਹੁੰਦਾ ਤੁਸੀਂ ਨਾ ਜਾਇਆ ਕਰੋ ਯਾਰ ਛੜਾ ਮੁੱਤ ਤੇਰਾ ਵੀ ਨਾ ਮੁਰਾਦਾ ਸਲਾਮ ਅਲੈਕਮ ਬਾਹਰ ਆ ਤਾ ਮੈਂ ਸਲਾਮ ਤੋਂ ਕਿ ਤਰ ਆਇਆ ਨਾ ਚੂੜਿਆ ਆਪਾ ਮੈਂ ਤੇਰੇ ਲਈ ਤੋਹਫਾ ਲੈ ਕੇ ਆਇਆ ਕੀ ਐ ਲੋ ਬਰਫਾਨੀ ਖੋਤਾ ਜਾਣ ਇਹ ਬੰਦਾ ਤੁਹਾਡੇ ਖਿਲਾਫ ਤੁਹਾਡੇ ਪਿੱਛੇ ਵੀ ਗੱਲਾਂ ਕਰਦਾ ਬਗੈਰ ਮੈਂ ਆਪ ਆ ਰਹੀ ਹਾਂ ਬਹੁਤ ਤੇਰਾ ਮੈਂ ਕਿਹੜੀ ਦੀ ਗੱਲ ਦੱਸਦੀ ਨਹੀਂ
ਆਪਣੀ ਧੀ ਨੂੰ ਸਮਝਾ, ਖੁਦਾ ਦੇ ਵਾਸਤੇ ਐਡੀ ਝੂਟੀ ਤੂੰ ਸਮਝਾਉਂਦਾ ਕਿਉਂ ਨਹੀਂ ਉਹਨੂੰ? ਮੇਰੀ ਧੀ ਨੂੰ ਕੀ ਹੋਇਆ ਜੀ? ਉਹ ਗੁਜਰਾਂ ਦੀ ਤੇ ਬੱਟਾਂ ਦੀ ਉਹਨੇ ਲੜਾਈ ਕਰਾਤੀ ਤੇ ਜੱਟਾਂ ਦੀ ਟਿੰਡ ਹੋ ਗਈ। ਹਾਂ ਜੱਟਾਂ ਦੀ ਕਿ ਟਿੰਡ ਹੋ ਗਈ? ਸਵੇਰੇ ਸਵੇਰੇ ਨੇ ਮੇਰੇ ਨਾਲ ਕੀ ਕੀਤਾ ਈ? ਹਾਂ ਮੈਂ ਸਵੇਰੇ ਸਵੇਰੇ ਮੇਰੇ ਕੋਲ ਨੱਸੀ ਆਈਓ ਆ ਤੇ ਮੈਨੂੰ ਕਹਿੰਦੀ ਮਾਸੀ 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 ਤੇਰਾ ਪੁੱਤਰ ਦਿਲਦਾਰ ਨੇ ਫੀਕੇ ਬਰਫ ਵਾਲੇ ਦੀ ਕੁੜੀ ਕੱਢ ਲਈ ਓ ਵੇ। ਮੈਂ ਨੱਸੀ ਆਈ ਫੀਕੇ ਦੇ ਘਰ ਗਈ। ਜੇ ਤੂੰ ਨੱਸੀ ਨੱਸੀ ਜਾ ਰਹੀ ਸੀ ਇਹ ਕੀ ਕਹਿ ਰਹੀ ਸੀ? ਗਾਂ ਖੁੱਲ ਗਈ ਏ ਲੜਨ ਦਾ। ਹੋਰ ਕੋਈ ਗੱਲ ਨਹੀਂ ਹੁੰਦੀ ਮੇਰੀ ਮਾਸੂਮ ਜੀ ਬੱਚੀ ਹੈ ਉਹਦੇ ਮਗਰ ਤੁਸੀਂ ਪੈ ਗਏ। ਕੀ ਕਾ ਕਾ ਲਾਈ ਹੋਈ ਹੈ ਤੁਸੀਂ? ਕਾ ਕਾ ਓਏ ਜਨੀਰ ਐ ਚਲਣਾ ਐ ਐ ਵੀ ਉਹਦੇ ਝੂਠ ਵਿੱਚ ਪੇਸ਼ ਪੇਸ਼ ਸ਼ਾਮਲ ਹੈ ਗਈ। ਆਰਾਮ ਨਾਲ ਬਹਿ ਜਾ ਮਾਈ ਪਿੰਡੀ ਵਲ। ਪਿੰਡੀ ਤੇਰੀ ਮਾਂ ਮੈਂ ਪਿੰਡੀ ਤੇਰੀ ਭੈਣ ਮੈਂ ਪਿੰਡੀ ਤੇਰੀ ਤਾਈ ਹੈ ਪਿੰਡੀ ਤੂੰ ਅਗਲੇ ਰੱਬੀ ਨਾ ਕਬੀ ਬੇੜ ਮਾਰਿਆ ਖਾਨਾ ਖਰਾਬ ਦਾ ਪੁੱਤਰ ਐ ਪਿੰਡੀ ਹੈ ਐ ਤੇ ਹਲਵਾ ਕੱਦੂ ਹੈ। ਬਹੁਤ ਅੱਛੇ ਤੂੰ ਵੀ ਪਰਾ ਜਾਲ ਚਲਾ ਜਾ ਨਾ ਸਾਲੀਏ ਕਾਚਰਾ। ਅੱਲਾ ਦਾ ਰਾਹ ਤੇ ਜਨਾ ਜਨੇ ਹੋਣਾ ਮਾਈ ਫੁੱਫੇ ਪੁੱਟੜੀ ਲੜਾਈਆਂ ਕਰਾਉਂਗੀ ਬੱਲੇ ਤੇ। ਹਾਂ ਮੈਂ ਫੁੱਫੇ ਪੁੱਟਣੀਆਂ ਤੇਰੇ ਸਾਰੇ ਟੱਬਰ ਦੀਆਂ ਔਰਤਾਂ ਨੂੰ ਮੈਂ ਤਲਾਕ ਦੂ ਆਖੀ ਆਈਆਂ। ਮੈਂ ਤਲਾਕ ਮੈਂ ਤੈਨੂੰ ਹੁਣੀ ਨਹੀਂ ਬਣਨੀਗਾ। ਤੂੰ ਕੀ ਮੈਨੂੰ ਨਿਭੜੇਗਾ? ਆ ਖਾਲਾ ਐ ਬਾਹਰ ਆਈ ਜਾ ਸਾਡੇ ਬਾਰੇ ਦਾ ਕੰਮ ਆ ਫੜ ਨੀ ਬੈਠਾ ਆਰਾਮ ਨਾਲ ਰੱਖ ਖਬਰਦਾਰ ਚੱਲ ਗਈ ਅੰਦਰੋਂ ਬੈਠ ਖਬਰਦਾਰ ਨੀ ਮੈਂ ਚੰਦ ਪਾਲ ਕੇ ਤੇਰੇ ਹੱਥ ਤੇ ਫੜਾਉਂਗੀ। ਆ ਭਾਸ਼ਾ ਵੀ ਆਇਆ ਹੋਟੇ
ਹੌਲੀਆਂ ਨੂੰ ਜਾਇਆ ਕਰੋ ਕਿਆ ਤੁਸੀਂ ਜਾਂਦੇ ਨੇ ਤੇ ਪੌੜੀਆਂ ਉਹੀ ਉਹੀ ਕਰਦੀਆਂ ਨੇ ਤੂੰ ਵੀ ਉੱਥੇ ਖਲੋ ਕੇ ਆਈ ਆਈ ਕਰ ਬਾਈ ਜੀ ਅੱਲਾ ਦਾ ਵਾਸਤਾ ਨੇ ਅਗਰ ਮੇਰੀ ਧੀ ਨੇ ਕੋਈ ਗੁਸਤਾਖੀ ਕਰ ਵੀ ਦਿੱਤੀ ਹੈ ਤੇ ਤੁਸੀਂ ਮੈਨੂੰ ਮਾਫ਼ ਕਰ ਓਏ ਤੁਹਾਡੀ ਮਾਫੀ ਨੇ ਸਾਡੇ ਬੱਲੇ ਦਾ ਸਕੂਨ ਵਾਪਸ ਆ ਜਾਏਗਾ ਵੇ ਮੁਰਲੀ ਆਰਾਮ ਨਾਲ ਗੱਲ ਕਰ ਜੇ ਮੇਰਾ ਆਰਾਮ ਨਾਲ ਤੂੰ ਵੀ ਆਰਾਮ ਨਾਲ ਮੇਰਾ ਭਰਾਵਾ ਵੀ ਮੰਗਣ ਨੇ ਤਾਂ ਮਾਫ਼ ਕਰ ਦੇ ਚੁੱਪ ਚਾਪ ਠੀਕ ਹੈ ਸਾਡੀ ਕੁੜੀ ਝੂਠ ਬੋਲਦੀ ਇਹਨੂੰ ਪਦਾਇਸ਼ੀ ਬਿਮਾਰੀ ਹੈ ਸਾਨੂੰ ਇਲਾਜ ਆਉਂਦਾ ਹੈ ਕਿਹੜਾ ਇਲਾਜ ਕਰੇਗਾ ਤੂੰ ਇਹ ਕੀ ਕਰ ਸਾ ਇਲਾਜ ਕਰਾਂਗੇ ਕਿ ਓਹੋ ਖਬਰਦਾਰ ਮੇਰੇ ਘਰ ਆਈ ਤੇ ਮੈਂ ਵੇ ਕਹਿੰਦਾ ਮੰਗਣ ਆ ਜਾਂਦੀ ਹੈ ਮੰਗਣਾ ਤਾਂ ਪੜੋਸੀਆਂ ਦਾ ਹੱਕ ਹੁੰਦਾ ਹੈ ਤੇ ਪੜੋਸੀ ਵੀ ਖਾਣ ਤੇ ਜਾਏ ਹੁੰਦੇ ਨੇ ਇਹ ਕਿਹੜੀ ਮਿਸਾਲ ਦਿੱਤੀ ਇਹ ਬਜ਼ੁਰਗਾਂ ਨੇ ਕਿਹਾ ਪੜੋਸੀ ਖਾਣ ਤੇ ਜਾਏ ਹੁੰਦੇ ਨੇ ਅੱਲਾ ਜਾਣੇ ਤੇਰੇ ਕਿਹੜੇ ਬਜ਼ੁਰਗ ਸਨ ਹੁਣ ਤੂੰ ਮੇਰੇ ਘਰ ਆਏਂਗਾ ਤੇ ਮੈਂ ਤੈਨੂੰ ਬਾਹ ਉੱਤੇ ਆ ਉੱਤੇ ਮੈਂ ਕਿਹਾ ਕੀ ਚੱਕਰ ਹੈ ਮੈਂ ਕੋਈ ਤੀਜੀ ਚੌਥੀ ਵਾਰੀ ਸੁਣਨ ਲੱਗਾ ਮਾਸੂਮਾਂ ਦੇ ਬਾਰੇ ਕਿਉਂ ਝੂਠ ਬੋਲਦੀ ਭਾਈ ਜਾਨ ਤੁਸੀਂ ਫਿਕਰ ਨਾ ਕਰੋ ਮਾਸੂਮਾਂ ਨੂੰ ਕੱਲ ਹੀ ਮੈਂ ਬਾਬਾ ਕੋਲ ਲੈ ਜਾਗੀ ਤੇ ਦਮ ਕਰਾ ਲਵਾਂਗੀ ਇਨਸ਼ਾਅੱਲਾ ਮਾਸੂਮਾ ਬਿਲਕੁਲ ਠੀਕ ਹੋ ਜਾਏਗੀ ਯਾਨੀ ਤੁਹਾਡਾ ਮਤਲਬ ਹੈ ਔਲਾਦ ਦਮ ਨਾਲ ਠੀਕ ਹੁੰਦੀ ਹੁੰਦੀ ਹੈ ਜੀ ਜੇ ਇੱਕਦਮ ਹੋਇਆ ਹੋਵੇ ਓਏ ਗੱਲ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰ ਔਲਾਦਾਂ ਕਦੀ ਵੀ ਦਮ ਦਰੂਦ ਨਾਲ ਠੀਕ ਨਹੀਂ ਹੁੰਦੀਆਂ ਔਲਾਦਾਂ ਠੀਕ ਹੁੰਦੀਆਂ ਤਾਲੀਮ ਤੇ ਤਰਬੀਅਤ ਨਾਲ ਇਖਲਾਕੀਆਤ ਨਾਲ ਇਹ ਸਾਰਾ ਮਾਂ ਬਾਪ ਦਾ ਕਸੂਰ ਹੁੰਦਾ ਜਾਓ ਜਾ ਕੇ ਸੁਣ ਸਮਝਾਓ ਜਾ ਕੇ ਭਾਈ ਜਾਨ ਤੁਸੀਂ ਫਿਕਰ ਨਾ ਕਰੋ ਮੈਂ ਮਾਸੂਮਾਂ ਨਾਲ ਗੱਲ ਕਰਨੀ ਹੈ ਜਾ ਕੇ ਇਹਨੂੰ ਮੈਂ ਕਿਹਾ ਸੀ ਪਾਣੀ ਤੱਤਾ ਕਰਕੇ ਲਾਇਆ ਪਾਣੀ ਤੇ ਮੈਂ ਪਦੋਂਗਾ ਅੱਛਾ ਤੂੰ ਖੋਤੀ ਦਾ ਬੱਚਾ ਹੈ ਆ ਆ ਲੋ ਉਸਤਾਦ ਜੀ ਆ ਲੋ ਯਾ ਹੈ ਮੇਰੀ ਗੱਲ ਸੁਣ ਹਾਂਜੀ ਇਹ ਮਾਸੂਮਾਂ ਵਾਕਈ ਝੂਠ ਬੋਲਦੀ ਪਤਾ ਨਹੀਂ ਜੀ ਮੈਨੂੰ ਤੇ ਆਪ ਹੁਣ ਕੀ ਹੋਇਆ ਓਏ ਇਹ ਤੇ ਬਿਲਕੁਲ ਠੰਡਾ ਠਾਰ ਹੈ ਆ ਤੁਹਾਡੇ ਚਕੜੇ ਨੇ ਠੰਡਾ ਕੀਤਾ ਚੰਗਾ ਬੜਾ ਗਰਮ ਲੈ ਕੇ ਆਇਆ ਤੇ ਫੋਨ ਜਾ ਕੇ ਪਾਣੀ ਤੱਤਾ ਕਰਕੇ ਤੇ ਮੇਰੇ ਕਮਰੇ ਚ ਲੈ ਕੇ ਆ ਮੈਂ ਲੱਤਾਂ ਬੰਨ ਲੈਣਾ ਤੇਰੀ ਓਏ ਕੀ ਕਰਨਾ ਪਿਆ ਮੈਨੂੰ ਉਸਤਾਦ ਜੀ ਨੇ ਕਿਹਾ ਸੀ ਜੀ ਮੇਰੀ ਗੈਰ ਮੌਜੂਦਗੀ 'ਚ ਪਿੱਛੋਂ ਧਿਆਨ ਰੱਖਣਾ ਉਸਤਾਦ ਜੀ ਨੇ ਕਿਹਾ ਹੋਣਾ ਤੂੰ ਆਪਣੇ ਪਿੱਛੋਂ ਧਿਆਨ ਰੱਖਣਾ ਨਹੀਂ ਨਹੀਂ ਘਰ ਦਾ ਕਹਿੰਦੇ ਸਨ ਮੈਂ ਵੀ ਘਰ ਦਾ ਕਿਹਾ ਤੇਰੇ ਤੇ ਜ਼ੇਹਨ ਹੀ ਗੰਦਾ ਮੈਨੂੰ ਨਾ ਗੰਦਾ ਗੁੰਦਾ ਕਹਿਣਾ ਮਤਾਂ ਦੱਸੋ ਓ ਆਪਣੇ ਵੱਲੋਂ ਸ਼ਾਹਰੁਖ ਖਾਨ ਤੇ ਸ਼ਾਹਰੁਖੀ ਆ ਤੂੰ ਬੜੀ ਸ਼ਵੇਰੀਆ ਰਾਏ ਬਣੀ ਆ ਓ ਚੱਲ ਜਾ ਮੈਂ ਸ਼ਵੇਰੀਆ ਰਾਏ ਨੂੰ ਕੀ ਸਮਝਨੀ ਆ ਮੈਂ ਆ ਪਾਕਿਸਤਾਨੀ ਮੈਡੋਨਾ ਵਾਂ ਆ ਪਾਕਿਸਤਾਨੀ ਮੈਡੋਨਾ ਤੁਹਾਡੇ ਹੀ ਤੇ ਫਿਰ ਉਹਨਾਂ 'ਚ ਇੱਕ ਗੱਲ ਦਾ ਫਰਕ ਹੈ ਕੀ ਉਹਨਾਂ ਨੇ ਗਾਣਾ ਕਰਨਾ ਹੁੰਦਾ ਪੂਰਾ ਸਮੁੰਦਰ ਇਸਤੇਮਾਲ ਕਰਦੀਆਂ ਤੁਸੀਂ ਇੱਕ ਬਾਲਟੀ ਦਾ ਗਾਣਾ ਕਰ ਦਿੰਦੇ ਹੋ ਸਹੀ ਕਹਿ ਰਿਹਾ ਉਹਨਾਂ ਦੇ ਪੂਰੇ ਸਮੁੰਦਰ ਨੂੰ ਕੋਈ ਕੁਝ ਨਹੀਂ ਕਹਿੰਦਾ ਸਾਡਾ ਇੱਕ ਬਾਲਟੀ ਤੇ ਵੀ ਪਰਚਾ ਹੋ ਜਾਂਦਾ ਸਾਨੂੰ ਮਿਲੇ ਹੈ ਇਜਾਜ਼ਤ ਜੇ ਅੰਨੀ ਨਾ ਪਾ ਦਈਏ ਤੇ ਫੇਰ ਕਹੀ ਤੁਸੀਂ ਪਾ ਤੁਸੀਂ ਤਾਂ ਸਮੁੰਦਰ ਦਾ ਪਾਣੀ ਵੀ ਮੁਕਾ ਦਿਓ ਮਾਤੇ ਵੀ ਜੀ ਨਹੀਂ ਕਰਨੀ ਮੇਰੇ ਨਾਲ ਚੱਕਰ ਕੀ ਹੈ ਬਾਲਟੀ ਨਾਲ ਗਾਣਾ ਹੋ ਕਿਵੇਂ ਜਾ
ਟੈਕਨੀਕਲ ਗੱਲ। ਇਹ ਟੈਕਨੀਕਲ ਨਹੀਂ, ਜੀਓਗ੍ਰਾਫਿਕ ਚੈਨਲ ਹੈ। ਫਿਰ ਬਦਤਮੀਜ਼ੀ ਕਰ ਰਿਹਾ ਨਾ ਤੂੰ, ਇਸ ਘਰ ਦਾ ਨੌਕਰ ਹੈ, ਨੌਕਰ ਹੈ। ਤੇ ਨੌਕਰੀਆਂ ਕੀ ਹੋਇਆ? ਕੀ ਹੋਇਆ ਬਦਤਮੀਜ਼ੀ ਮੇਰੇ ਨਾਲ ਨਹੀਂ ਕਰੀ, ਮੈਂ ਛਿੱਤਰ ਪਵਾ ਰਿਹਾ ਕਿ ਤੈਨੂੰ ਪਰਸੋਂ ਦੇ ਛਿੱਤਰ ਭੁੱਲ ਗਿਆ? ਉਹ ਤੁਹਾਡੇ ਝੂਠ ਦੀ ਵਜ੍ਹਾ ਨਾਲ ਪਏ ਸੰਦਰ, ਰੋਜ਼ ਰੋਜ਼ ਝੂਠ ਨਹੀਂ ਚੱਲਦੇ। ਤੈਨੂੰ ਪਤਾ ਮੈਂ ਝੂਠ ਹੀ ਐਸਾ ਬੋਲਦੀ ਹਾਂ ਅਗਲਾ ਬੰਦਾ ਯਕੀਨ ਕਰ ਜਾਂਦਾ, ਮੈਂ ਤੇ ਸੀਰੀਅਸ ਹੋ ਕੇ ਝੂਠ ਬੋਲਨੀ ਆ। ਤੇ ਵੈਸੇ ਤੁਸੀਂ ਝੂਠ ਬੋਲਦੇ ਕਿਉਂ? ਕੁਛ ਮੈਂ ਤੁਹਾਨੂੰ ਕੀ ਦੱਸਾਂ, ਮੇਰੀ ਢਿੱਡ 'ਚ ਬੜੀ ਦਰਦ ਹੁੰਦੀ ਹੈ, ਮੇਰੀ ਢਿੱਡ 'ਚ ਨਾ ਕਉਮਾਂ ਹੁੰਦੀ ਰਹਿੰਦੀ ਹੈ, ਜਦੋਂ ਮੈਂ ਝੂਠ ਬੋਲ ਲੈਂਦੀ ਹਾਂ ਨਾ ਫਿਰ ਮੈਂ ਠੀਕ ਹੋ ਜਾਂਦੀ ਹਾਂ। ਇਹਦਾ ਮਤਲਬ ਹੈ ਜਦੋਂ ਤੁਸੀਂ ਝੂਠ ਬੋਲਣਾ ਹੋਵੇ ਤੁਹਾਡਾ ਢਿੱਡ ਫੜ ਕੇ ਰੱਖਣਾ ਚਾਹੀਦਾ। ਓਏ ਮਾਈ ਪਿੰਡੀ, ਮੈਂ ਪਿੰਡੀ ਤੇਰੀ ਮਾਂ, ਮੈਂ ਪਿੰਡੀ ਤੇਰੀ ਦਾਦੀ, ਮੈਂ ਪਿੰਡੀ ਤੇਰੀ ਨਾਨੀ ਆਪਣਿਆ। ਓ ਪਿੰਡੀ, ਤੂੰ ਪਿੰਡੀ, ਤੇ ਤੇਰਾ ਘਰ ਨੀ ਮਸੂਮਾ, ਤੇਰੇ ਸਾਹਮਣੇ ਖਲੋਤੇ ਮੈਨੂੰ ਕੀ ਕਹੀ ਜਾਂਦੇ ਆ? ਮੈਂ ਤੇਰਾ ਖਾਣਾ ਖਰਾਬ, ਤੇਰਾ ਸਾਥ ਨਾ ਕਰ, ਮੇਰੇ ਸਾਹਮਣੇ ਮਾਸੀ ਨੂੰ ਕੀ ਕਹਿਣਾ ਪਿੰਡੀ? ਤੂੰ ਵੀ ਉਹਦੇ ਨਾਲ ਰਲ ਗਈ ਹੈ? ਨਹੀਂ ਮਾਸੀ, ਮੈਂ ਤੇ ਕਿਹਾ ਰਾਵਲ ਪਿੰਡੀ। ਮੈਂ ਬੋਲਣਾ ਤੇਰੇ ਨਾਲ ਮਾਸੀ। ਵੈਸੇ ਪਿੰਡੀ ਵਾਲਾ ਵਾਕਿਆ ਕੀ ਮੈਂ ਦੱਸ ਤੇ ਸਹੀ, ਤੇਰੀ ਛੇੜ ਕਿਉਂ ਹੈ? ਨਾ ਤੁਸੀਂ, ਫਿਰ ਮੈਂ ਬਦਨਾਮ ਹੋ ਠੀਕ ਹੈ। ਇਹ ਚੁਗਲੀ ਮੈਂ ਭੁੱਖਾ ਲੱਗਿਆ ਹੋਇਆ।
ਝੂਠ ਬੋਲਿਆ ਮਨ ਸਕੂਨ ਮਿਲ ਗਿਆ ਤੇਰਾ ਪੇੜਾ ਹੁਣ ਮੈਂ ਜਾ ਰਹੀ ਹਾਂ ਆਪਣੀ ਸਹੇਲੀ ਦੇ ਵਿਆਹ ਤੇ ਠੀਕ ਹੈ ਆਪੇ ਨੂੰ ਦੱਸ ਦਈ ਮੈਂ ਆਪੇ ਦੀ ਜੇਬ ਚੋਂ 100 ਰੁਪਿਆ ਕੱਢਿਆ ਮੈਂ ਤਾਂ ਸਮਝ ਤੂੰ ਚੋਰੀ ਕਰ ਲਿਆ ਕਿਉਂਕਿ ਮੈਂ 100 ਰੁਪਿਆ ਐਸੇ ਹੀ ਕਿਹੜੇ ਮੈਂ ਵਾਪਸੀ ਤੇ ਸੀਡੀਆਂ ਲਿਆਣੀਆਂ ਨੇ ਸੀਡੀਆਂ ਲਿਆਣੀਆਂ ਨੇ ਟਿਪ ਟੌਪ ਦੀ ਸੀਡੀ ਲਿਆਣੀ ਹੈ ਅੱਛਾ ਹਾਂ ਤੈਨੂੰ ਸੀਡੀ ਲਿਆਉਣ ਦੀ ਕੀ ਲੋੜ ਕਿਉਂ ਤੂੰ ਇੱਥੇ ਫੋਨ ਕਰਨਾ ਹਾਲ ਰੋਡ ਤੇਰੇ ਕੋਲ ਆ ਜਾਣਾ ਚੱਲ ਹਾਂ ਸਾਰੇ ਵਾਕਫ ਨਹੀਂ ਮੇਰੇ ਸਾਰੇ ਟਾਈਮ ਸੀਡੀ ਵਾਲੇ ਟਿਪ ਟੌਪ ਵਾਲੇ ਸਕਾਈ ਸੀਡੀ ਵਾਲੇ ਸਾਰੇ ਮੇਰੇ ਵਾਕਫ ਨੇ ਹਾਂਜੀ ਤੁਹਾਡੀ ਮੈਂ ਸੀਡੀਆਂ ਹੀ ਇੰਨੀਆਂ ਖਰੀਦਣੀਆਂ ਔਰ ਕਿੱਡੀ ਚੰਗੀ ਗੱਲ ਹੈ ਕਿ ਤੁਹਾਡੀ ਵਜ੍ਹਾ ਨਾਲ ਸਾਡੇ ਵਾਕਫ ਨੇ ਹਾਂ ਮਤਲਬ ਨਹੀਂ ਨਹੀਂ ਮੇਰੇ ਨਾਲ ਅੱਛਾ ਮੈਂ ਹੁਣ ਜਾ ਰਹੀ ਹਾਂ ਮੇਰੇ ਅੱਬੇ ਨੂੰ ਪਤਾ ਨਾ ਲੱਗੇ ਮੈਂ ਝੂਠ ਬੋਲ ਕੇ ਗਈ ਹਾਂ ਮੈਂ ਨਹੀਂ ਦੱਸਦਾ ਮੇਰਾ ਬੰਨ ਨਾਰਾਜ਼ ਹੋ ਤੁਹਾਨੂੰ ਤਾਂ ਪਤਾ ਮੈਂ ਤੁਹਾਡਾ ਜਿਹੜਾ ਕਾਬੂ ਕਰਾਂ ਮੈਂ ਕੋ ਦੱਸਣਾ ਹਾਂ ਕੱਲ ਮੈਂ ਤੁਹਾਡਾ ਇੱਕ ਕੰਮ ਕੀਤਾ ਮੈਂ ਦੱਸਿਆ ਹੀ ਨਹੀਂ ਫੋਨ ਵਿੱਚ ਬਦਤਮੀਜ਼ ਤੂੰ ਕੀ ਕਹਿ ਰਿਹਾ ਹੈ ਮੈਂ ਤਾਂ ਬਸ ਅੱਬੇ ਨੂੰ ਪਤਾ ਨਾ ਲੱਗੇ ਮੈਂ ਜਾ ਰਹੀ ਵਿਆਹ ਤੇ ਅੱਛਾ ਜੀ ਸ਼ੁਕਰ ਹੈ ਮਜੂਰੀ ਚਲਾ ਮੇਰਾ ਪੁੱਤ ਚਲੀਏ ਥਾਣੇ ਹਰ ਕਿਸੇ ਦੀ ਫਿਰ ਤਰਲਾ ਕਰਦੇ ਆ ਕੋਈ ਚੱਲ ਕੇ ਨਾਲ ਸਾਡੇ ਸਮਾਨਤ ਕਰਾ ਦੇਵੇ ਮੈਂ ਨਹੀਂ ਜਾਣਾ ਥਾਣੇ ਨਾ ਮੇਰਾ ਬੱਚਾ ਆ ਸਾਲਾ ਮੈਂ ਨਹੀਂ ਜਾਣਾ ਪਰੇਸ਼ਾਨ ਹੈ ਗਿਆ ਮੈਂ ਇਹ ਤੇ ਦਿਲਦਾਰ ਦੀ ਆਵਾਜ਼ ਸੀ ਹਾਂ ਇਹਨੂੰ ਕੀ ਮਾਂ ਹੱਥ ਲਗਾ ਪਰ ਮਾਂ ਨਹੀਂ ਨਹੀਂ ਮਾਂ ਕਿਧਰੇ ਹੱਥ ਨਾ ਲਾ ਆਏ ਆ ਨਾ ਕਰ ਯਾਰ ਮੈਨੂੰ ਦੱਸ ਤਾ ਸੀ ਆ ਕੇ ਆ ਮਾਂ ਮੈਨੂੰ ਕਿਧਰੇ ਹੱਥ ਨਾ ਲਾ ਮੇਰਾ ਤੇ ਅੰਗ ਅੰਗ ਟੁੱਟਣ ਦੇ ਹੈ ਓਏ ਤੇ ਕਿਸੇ ਡਾਂਸਰ ਸਪਾਈ ਦੇ ਮਾਰ ਯਾਰ ਮੈਨੂੰ ਦਿਖਾ ਪਠਾਨ ਨੂੰ ਆਏ ਆ ਸਕੇ ਆ ਮੈਂ ਤਾਂ ਕਹਿੰਦਾ ਇੱਥੇ ਛਲੀਆਂ ਲਾ ਲੈ ਆਏ ਮੈਂ ਹੋਇਆ ਕੀ ਹੋ ਹੋਣਾ ਕੀ ਹੈ ਮਾਂ ਹਾਂ ਹੱਥ ਫੜ ਲੈ ਤੂੰ ਬਸ ਇੱਥੋਂ ਬਸ ਖਾਨਾ ਖਰਾਬ ਤੇ ਬੱਚਿਆ ਤੇ ਮੈਂ ਰਾਤ ਦੀ ਸਮਾਂ ਕਿ ਉਹਨਾਂ ਮੁੰਡਿਆਂ ਨਾਲ ਨਾ ਬੈਠਿਆ ਉੱਠਿਆ ਕਰ ਅੱਜ ਉਹਨਾਂ ਦੀ ਵਜ੍ਹਾ ਕਰਕੇ ਪੁਲਿਸ ਤੇ ਲੈ ਗਈ ਥਾਣੇ ਹਾਏ ਉਹਨਾਂ ਨੇ ਕਿਹਾ ਸੀ ਤੈਨੂੰ ਪੁੱਟ ਜਾਣੀ ਅੰਦਰ ਜਾਣੀ ਦੇ ਜੇ ਤੂੰ ਮਰ ਜਾਂਦਾ ਫੇਰ ਮੈਂ ਕੀ ਕਰਦੀ ਉਹ ਕਿਹੜੀ ਪੁਲਿਸ ਕਿਹੜਾ ਥਾਣਾ ਤੈਨੂੰ ਥਾਣੇ ਨਹੀਂ ਲੈ ਕੇ ਗਏ ਨਹੀਂ ਕੀ ਮਤਲਬ ਤੈਨੂੰ ਪੁਲਿਸ ਨੇ ਨਹੀਂ ਮਾਰਿਆ ਨਹੀਂ ਕਿਨੇ ਗਿਆ ਕਿਹਾ ਫਿਰ ਕੀ ਹੈ ਕਿਨੇ ਗਿਆ ਉਹ ਮਸੂਮਾ ਨੇ ਮੈਨੂੰ ਕਿਹਾ ਉਹ ਮਾਂ ਉਹ ਤੇ ਕਰਦੀ ਬਕਵਾਸ ਝੂਠ ਬੋਲਦੀ ਰਹਿੰਦੀ ਯਾਰ ਵੇਲੇ ਮੈਂ ਤਾਂ ਕਦੋਂ ਗਿਆ ਤੇ ਕੀ ਆਇਆ ਤੈਨੂੰ ਹੈ ਮੇਰਾ ਤੇ ਐਕਸੀਡੈਂਟ ਹੋਇਆ ਵਾ ਹੈ ਕਿਸ ਤਰ੍ਹਾਂ ਉਧਰ ਮੂੰਹ ਕਰਕੇ ਲੱਗਿਆ ਜਾ ਰਿਹਾ ਸੀ ਚਿੰਗਜੀ ਵਾਲੇ ਨੇ ਆਪਣਾ ਅਗਲਾ ਟਾਇਰ ਮੇਰੀਆਂ ਲੱਤਾਂ ਦੇ ਵਿੱਚ ਮਾਰਿਆ ਅੱਛਾ ਮੈਂ ਆਨਨ ਬਾਨਨ ਟੈਂਕੀ ਤੇ ਓਏ ਹੋਏ ਸੱਤਵੀਂ ਸਵਾਰੀ ਵਾਲੀ ਜਗ੍ਹਾ ਤੇ ਬਹਿ ਗਿਆ ਮੈਂ ਚੱਲ ਮੈਂ ਬੇਹੋਸ਼ ਆ ਮੈਨੂੰ ਨਹੀਂ ਪਤਾ ਚੱਲਿਆ ਬਾਅਦ ਵਿੱਚ ਇੱਕ ਮੁੰਡਾ ਮੈਨੂੰ ਚੁੱਕ ਕੇ ਹਸਪਤਾਲ ਲੈ ਗਿਆ ਡਾਕਟਰ ਨੇ ਕਿਹਾ ਜੀ ਐਕਸਰੇ ਹੋਏਗਾ ਮੈਂ ਕਿਹਾ ਛੇਤੀ ਕਰੋ ਮੈਨੂੰ ਬੜੀਆਂ ਦਰਦਾਂ ਹੋ ਰਹੀਆਂ ਨੇ ਉਹ ਮੈਨੂੰ ਨੇੜੇ ਵਾਲੇ ਕਮਰੇ 'ਚ ਲੈ ਗਿਆ ਮੈਂ ਕਿਹਾ ਐਕਸਰੇ ਲਾ ਲਓ ਕਹਿੰਦਾ ਤੂੰ ਸ਼ਰਟ ਲਾ ਦੇ ਮੈਂ ਸ਼ਰਟ ਲਾਈ ਗਈ ਮੈਂ ਕਿਹਾ ਡਾਕਟਰ ਸਾਹਿਬ ਕਿੱਥੇ ਰੱਖਾਂ ਕਹਿੰਦਾ ਜਿੱਥੇ ਮੇਰੀ ਪਈ ਹੈ ਚਪੇੜ ਮਾਰਾਂਗਾ ਸਿੱਧੀ ਤਰ੍ਹਾਂ ਕੋ ਮਾਂ
ਤੋਹਫਾ ਵੀ ਹੋ ਜਨਾ ਮਾਂ ਜੀ ਛੱਡੋ ਪਰੇ ਐ ਕਿਉਂ ਤੁਹਾਡਾ ਪੁੱਤ ਐਡਾ ਬੇਵਕੂਫ ਹੈ ਮੈਂ ਕਹਿੰਦਾ ਇਹਨੂੰ ਸੱਟਾ ਲੱਗੀ ਇਹਨੂੰ ਸ਼ੈਤਾਨ ਦੀ ਬੋਤਲ ਪਿਲਾ ਦਾਂ ਵਿੱਚ ਲੂਣ ਪਾ ਕੇ ਕਹਿੰਦਾ ਭੈਣ ਗੈਸ ਨਹੀਂ ਹੁੰਦੀ ਚਲੋ ਛੱਡੋ ਭੈਣ ਆਪੇ ਚੜਾਂਗਾ ਮੈਨੂੰ ਹੱਥ ਨਹੀਂ ਲਾਣਾ ਗੜਬੜ ਹੋ ਗਈ ਦਵਾਈ ਕਿਵੇਂ ਲਾਵਾਂਗੇ ਥੱਲੇ ਸ਼ੀਸ਼ਾ ਰੱਖ ਲਓ ਇਸ ਖੰਗ ਨੂੰ ਲਾ ਕੇ ਥੱਲੇ ਰੱਖ ਕੇ ਇੰਜ ਲਾਉਣਾ ਦਵਾਈ ਇੰਜ ਲਾਉਣਾ ਹੱਥਾਂ ਨਾਲ ਜ਼ੋਰ ਦੀ
ਛੇੜੀ ਦਿੱਤਾ ਛੇੜੀ ਦਿੱਤਾ ਕਿਵੇਂ ਛੇੜਿਆ ਦੱਸਾਂ
ਕਾਲੇ ਕਿਉਂ ਨਾ ਹੋ ਜਾਣ।
ਮੇਰੇ ਚੰਨ ਨੂੰ ਲੁਕਾ ਨਹੀਂ ਸਕਦੇ। ਸੱਚ ਮੁੱਚ ਦਿਲ ਤੇ ਮੇਰਾ ਕਰਦਾ ਹੈ। ਦਿਲ ਤੇ ਮੇਰਾ ਵੀ ਕਰਦਾ ਹੈ। ਸਾਡਾ ਫੌਰਨ ਵਿਆਹ ਹੋਏ, 28-30 ਬੱਚੇ ਹੋਣ। ਬਸ ਜਾਨੂ ਵਿਆਹ ਕਰਨਾ ਹੈ, ਪੋਲਟਰੀ ਫਾਰਮ ਨਹੀਂ ਖੋਲਣਾ। ਤੁਸੀਂ ਵੀ ਤੇ 28 ਤੋਂ ਸ਼ੁਰੂ ਹੋਏ ਹੋ। ਜਾਨੂ ਇੱਕ ਗੱਲ ਮੈਂ ਤੁਹਾਨੂੰ ਅੱਜ ਸਾਫ ਸਾਫ ਦੱਸਦੇ ਹਾਂ, ਤੂੰ ਬਕਾਇਦਾ ਇੱਕ ਜਨਤੀ ਔਰਤ ਹੈ। ਨਹੀਂ ਜਾਨੂ, ਤੁਹਾਨੂੰ ਗਲਤ ਇਤਲਾਹ ਹੈ। ਜਾਨੂ ਮੈਂ ਜੇ ਕਹਿ ਰਿਹਾ। ਨਹੀਂ ਜਾਨੂ ਮੈਂ ਜੋ ਕਹਿ ਰਹੀ, ਮੈਨੂੰ ਆਪਣਾ ਜ਼ਿਆਦਾ ਪਤਾ ਹੈ। ਲੇਕਿਨ ਮੈਂ ਕਹਿ ਰਿਹਾ ਕਿ ਤੂੰ ਜਨਤੀ ਹੈ। ਕਿਸ ਤਰ੍ਹਾਂ? ਤੂੰ 600-700 ਮੁਸਲਮਾਨਾਂ ਨੂੰ ਖੁਸ਼ ਕੀਤਾ। ਇਸ ਤੋਂ ਪਹਿਲੇ ਮੇਰਾ ਪਿਓ ਆ ਜਾਵੇ ਤੇ ਤੇਰੀ ਮਾਂ ਆ ਜਾਵੇ। ਜਾ ਐਵੇਂ ਜਾ। ਚਿਮਟੇ ਹੀ ਵਿੰਗੇ ਕਰਦੇ ਨੇ।
ਕੋਈ ਗੱਲ ਨਹੀਂ, ਤੂੰ ਵੇਖ ਰਿੰਗ ਪਿਸਟਮ ਤੇ ਠੀਕ ਹੈ ਨਾ? ਮੈਨੂੰ ਤੇ ਲੱਗਦਾ ਕੁੱਤੇ ਵੀ ਫੇਲ ਹੋ ਗਏ ਨੇ। ਇੱਕ ਫੇਲ ਹੋ ਗਿਆ। ਮੁਰਲੀ ਜੀ, ਹਾਂਜੀ, ਇਹ ਕੀ ਹੈ? ਇਹ ਮੇਰੇ ਖਿਆਲ ਦਾ ਗੋਇਆ ਹੈਗਾ। ਓਏ ਗੋਇਆ ਨਹੀਂ। ਅੱਛਾ ਅੱਛਾ, ਉਹ ਜਿਹੜੀ ਬਾਹਰ ਆ ਗਈ ਹੈ? ਨਹੀਂ, ਇੱਟ ਗਰਮ ਕਰਕੇ ਰੱਖੀ ਹੈ ਤਾਂ ਕਿ ਮੋਬਾਈਲ ਟਕੋਰ ਹੁੰਦੀ ਰਹੇ। ਹਾਏ, ਸਵਾਦ ਆ ਗਿਆ ਬਾਦਸ਼ਾਹ। ਇਹ ਸਾਰਿਆਂ ਨੂੰ ਇੰਨੀ ਮਾਰ ਪਈ ਹੈ, ਤੈਨੂੰ ਉਹਨਾਂ ਨੇ ਨਹੀਂ ਮਾਰਿਆ? ਮਾਰ ਤੇ ਮੈਨੂੰ ਵੀ ਬੜੀ ਪਈ ਹੈ, ਲੇਕਿਨ ਚੀਕਾਂ ਮਾਰਦਾ ਬੰਦਾ ਜਾਹਲ ਜਿਹਾ ਲੱਗਦਾ। ਆਏ, ਜਦੋਂ ਇਹਨੂੰ ਫੈਂਟੀ ਪੈਣ ਡਈ ਸੀ, ਮੈਂ ਕਿਹਾ ਤੂੰ ਚੀਕਾਂ ਕਿਉਂ ਨਹੀਂ ਮਾਰਦਾ? ਕਹਿੰਦਾ ਮੈਨੂੰ ਕਿਹੜੇ ਨਿਸ਼ਾਨ ਪੈਣੇ ਨੇ। ਉਹਨੇ ਮੈਨੂੰ ਆਏ ਨੇ ਦੋ ਚਾਰ ਬੰਦੇ ਮਾਰਨ। ਮੈਂ ਕਿਹਾ ਖਬਰਦਾਰ, ਵੀ ਕਿਸੇ ਜਾਹਲ ਬੰਦੇ ਨੇ ਮੈਨੂੰ ਹੱਥ ਲਾਇਆ। ਉਹਨਾਂ ਨੇ ਫਿਰ ਇੱਕ ਕੈਮਿਸਟਰੀ ਦਾ ਟੀਚਰ ਲਿਆਂਦਾ, ਉਹਨੇ ਕੁੱਟਿਆ ਮੈਨੂੰ। ਸ਼ੁਕਰ ਹੈ ਅੱਲਾ ਦਾ, ਉਹਦੇ ਸ਼ੁਕਰ ਹੈ ਅੱਲਾ ਦਾ, ਫੈਜ਼ਪੁਰ ਵਾਲੇ ਮੀਆਂ ਰਾਊਤ ਸਾਹਿਬ ਉੱਥੇ ਆ ਗਿਆ, ਉਹਨਾਂ ਨੇ ਆ ਕੇ ਸਾਡੀ ਜਾਨ ਛੁਡਾਈ। ਉਹ ਮੈਨੂੰ ਜਿੰਨਾ ਮਾਰਿਆ ਥਾਣੇ ਉਹ ਛਿੱਤਰ ਲਿਆਏ ਸਨ, ਏਡਾ ਵੱਡਾ। ਮੈਨੂੰ ਕਹਿੰਦੇ ਲੰਮਾ ਪਾਇਆ, ਮੈਂ ਕਿਹਾ ਮੇਰੀ ਨੀਂਦਰ ਪੂਰੀ। ਉਹਨਾਂ ਲੰਮਾ ਪਾ ਕੇ ਪਹਿਲਾ ਛਿੱਤਰ ਮਾਰਿਆ, ਮੇਰੀਆਂ ਚੀਕਾਂ ਨਿਕਲੀਆਂ। ਦੂਜੇ 'ਤੇ ਫਿਰ ਘੱਟ ਪੀੜ ਹੋਈ, ਤੀਜੇ 'ਤੇ ਫਿਰ ਥਾਂ ਸੌ ਗਈ। ਉਹ ਪਿੱਛੋਂ ਕੁੱਟਦੇ ਰਹੇ, ਮੈਂ ਅੱਗੋਂ ਸਿਗਰਟ ਲਾ ਲਿਆ। ਇੱਕ ਬੰਦੇ ਨੇ ਪਿੱਛੋਂ ਵੀ ਤਾਂ ਲਾਇਆ ਸੀ। ਪਹੁੰਚਾ ਨਹੀਂ ਵੱਡਾ ਕੀਤਾ ਉਹਨੇ।
ਕਹਿੰਦਾ ਸੀ ਪਹੁੰਚਾ ਕਿੰਨਾ ਰੱਖਾਂ, ਮੈਂ ਕਿਹਾ ਪਹੁੰਚਾ ਇੰਨਾ ਰੱਖ ਕੇ ਹੱਥ ਨਾ ਪਹੁੰਚਾ। ਆਏ ਚੱਕਰ ਆਉਣ ਡੈਣ ਫੁੱਫੀ, ਅੱਲਾ ਖੁਸ਼ੀ ਵਿਖਾਏਗਾ। ਟਾਈਮ ਨਾਲ ਆ ਕੇ ਬੋਲੀ ਪੀ ਲਈ। ਤੂੰ ਹਿੰਮਤ ਨਾ ਹਾਰੀ, ਮੈਂ ਪੀ ਜਾਣੀ ਹੈ। ਫੁੱਫੀ ਹਾਂਜੀ, ਮੈਂ ਪਿੱਛੋਂ ਮਸਰੇ ਛੇ ਨਹੀਂ ਲੱਗਦਾ। ਚਕੋਰੀ ਬੇਗਮ ਬੇਟਾ ਸਾੜੇ ਸਾੜੇ ਕਿਆ, ਮੇਰੀ ਟੋਰ ਅੱਲਾ ਨੇ ਮੋਰਾਂ ਵਰਗੀ ਕਰਤੀ। ਅੱਲਾ ਕਰੇ ਹਮੇਸ਼ਾ ਹੀ ਐਸੀ ਰਵੇ। ਓ ਸ਼ੇਰ ਆਈ ਬਹੁਤ ਅੱਛੀ। ਕਿਉਂ ਓਏ ਆਨਾ ਖਰਾਬ, ਤੂੰ ਕੀ ਪੁਕਾਨੇ ਪਾੜ ਗਈ? ਦਾਜੀ ਦੇ ਡਰਾਈਵਰਾ ਤੱਕ ਨਾ ਕੀ ਹੈ ਮੁੱਛਾਂ ਦਾ ਖੱਗਾ ਬੁੱਲਾ ਕਹਿੰਦੇ ਸੀ। ਲਾਲੀ ਦਾ ਪਿਓ ਸੀ। ਮੇਰਾ ਪਿਓ ਏ ਤੇ ਅੱਬਾ ਮੇਰਾ ਮਰ ਗਿਆ। ਇਹ ਦਾਦੇ ਨੂੰ ਅੱਬਾ ਕਹਿੰਦਾ ਸੀ। ਮੈਂ ਕੌਣ? ਮੈਂ ਉਸ ਬੱਚੀ ਦਾ ਪਿਓ। ਆ ਜੋ ਰੱਬਾ ਕਿੱਥੇ? ਮੈਂ ਉਸਦਾ ਅੱਬਾ। ਮੈਂ
ਮੈਂ ਛੇੜਨਾ ਸੀ, ਬਾਅਦ ਚ ਫੈਸਲਾ ਹੋ ਜਾਂਦਾ ਜੋ ਵੀ ਹੁੰਦਾ। ਇਹ ਦੱਸ ਵੀ ਇਸਨੇ ਤੈਨੂੰ ਛੇੜਿਆ ਸੀ? ਮੈਨੂੰ ਛੇੜ ਸਕਦਾ? ਕਿਉਂ, ਮੈਂ ਕਿਉਂ ਨਹੀਂ ਛੇੜ ਸਕਦਾ? ਮੈਂ ਕਣਕ ਨਹੀਂ ਖਾਂਦਾ। ਮੇਰੀ ਲਾਸ਼ ਲੈ ਕੇ ਜਾਏਗਾ ਤੂੰ? ਉਹਨਾਂ ਨੂੰ ਫੜ ਮਾਮਾ, ਮੈਨੂੰ ਫੜੀ ਜਾਂਦਾ। ਪੂਰੇ ਲਾਹੌਰ ਦੀ ਇਸਨੇ ਤੈਨੂੰ ਛੇੜਿਆ ਸੀ? ਪਹਿਲੇ ਬਿਸਤੀ ਕੱਟੇ ਨੇ, ਫਿਰ ਰੋਟੀਆਂ ਖਵਾਉਣ ਦੇ। ਗੱਲ ਸੁਣੋ, ਤੁਸੀਂ ਇਹ ਕੁਝ ਖਾਦਾ ਹੀ ਨਹੀਂ, ਤੁਹਾਡੇ ਵਾਸਤੇ ਖੀਰ ਲੈ ਕੇ ਆਵਾਂ? ਮੈਂ ਨਹੀਂ ਖੀਰ ਖੂ ਖਾਣੀ। ਕਿਉਂ? ਤੇਰੀ ਭੈਣ ਦੀ ਵਜ੍ਹਾ ਨਾਲ ਪੂਰੇ ਮਹੱਲੇ 'ਚ ਸਾਡੀ ਬਿਸਤੀ ਹੋਈ ਹੈ। ਅਸੀਂ ਮਹੱਲੇ ਸ਼ਰਮਿੰਦਾ ਸ਼ਰਮਿੰਦਾ ਫਿਰਦੇ ਹਾਂ। ਤੁਸੀਂ ਆਪ ਵੀ ਸ਼ਰਮਿੰਦਾ ਸ਼ਰਮਿੰਦਾ ਫਿਰੀ ਜਾ ਰਹੇ ਹੋ, ਵਿਆਹ ਕਰ ਲਓ, ਸਾਰੀ ਸ਼ਰਮ ਲੱਗ ਜਾਏਗੀ। ਵਿਆਹ ਤੋਂ ਬਾਅਦ ਸ਼ਰਮ ਉੱਠ ਜਾਂਦੀ ਹੈ? ਵਿਆਹ ਤੋਂ ਬਾਅਦ ਬੰਦਾ ਬੇਸ਼ਰਮ ਹੋ ਜਾਂਦਾ। ਮੈਂ ਨਹੀਂ ਕਹਾਂ, ਮੇਰਾ ਆਪਾ ਅੱਧੀ ਰਾਤੀ ਬਨੈਣ ਪਾ ਕੇ ਵਿਹੜੇ 'ਚ ਕਿਉਂ ਫਿਰਦਾ? ਉਹਦੀ ਸ਼ਰਮ ਉਤਰ ਗਈ ਹੋਣੀ ਨਾ ਜੀ। ਇਸ ਘਰ 'ਚ ਮੇਰੀ ਬੇਇੱਜ਼ਤੀ ਹੋਈ ਹੈ, ਮੈਨੂੰ ਬੜਾ ਅਫਸੋਸ ਹੈ। ਮੈਂ ਹੁਣ ਬਦਲਾ ਲਾਂਗਾ। ਉਹ ਕਿਵੇਂ? ਮੈਂ ਵਿਆਹ ਵੀ ਇਸੇ ਘਰ 'ਚ ਕਰਾਂਗਾ। ਅੱਛਾ, ਤੁਸੀਂ ਮਾਸੂਮਾ ਨਾਲ ਵਿਆਹ ਕਰੋਗੇ? ਤੋਬਾ ਤੋਬਾ ਤੋਬਾ, ਉਹ ਕੁੜੀ ਹੈ। ਕਿਉਂ? ਸ਼ੈਤਾਨ ਦੀ ਝੂਟੀ ਹੈ, ਝੂਠੀ ਜਾਣ ਦੀ। ਮੈਂ ਤੇ ਤੁਹਾਡੇ ਨਾਲ ਵਿਆਹ ਕਰਾਂਗਾ। ਸੱਚੀ? ਹਾਂ। ਤੁਹਾਨੂੰ ਤਬੂਲ ਹੈ? ਹਾਂ, ਮੈਨੂੰ ਤਬੂਲ ਹੈ। ਠੀਕ, ਤੇ ਫਿਰ ਗੱਲ ਸੁਣੋ, ਵਿਆਹ ਤੋਂ ਬਾਅਦ ਬੱਚੇ ਵੀ ਹੋਣਗੇ ਨਾ? ਹਾਂ, ਬੱਚੇ ਵੀ ਹੋਣਗੇ। ਆ ਬੱਚੇ ਕਿਉਂ ਹੋਣਦੇ ਨੇ? ਮੈਨੂੰ ਕੀ ਪਤਾ, ਹੁਣ ਮੇਰਾ ਕੋਈ ਵਿਆਹ ਥੋੜਾ ਹੋਇਆ। ਅੱਛਾ, ਤੇਰਾ ਵਿਆਹ ਨਹੀਂ ਹੋਇਆ? ਹਾਂ, ਅੱਡੇ ਸੋਹਣੇ ਸੋਹਣੇ ਬੱਚੇ ਹੋਣਗੇ। ਤੇ ਅੱਬਾ ਕਿਹਨੂੰ ਕਹਿਣਗੇ? ਤੈਨੂੰ ਕਹਿਣਗੇ, ਹੋਰ ਕਿਸੇ ਮਹੱਲੇ ਵਾਲੇ ਨੂੰ ਕਹਿਣਗੇ। ਜੇ ਮੈਨੂੰ ਅੱਬਾ ਕਹਿਣਗੇ ਤੇ ਪਿਓ ਕਿਹਨੂੰ ਕਹਿਣਗੇ? ਲਾੜੇ ਨੂੰ ਵੱਡੇ ਜੇ ਸੋਫੇ ਤੇ ਬੇਵਕੂਫ ਜਿਹਾ ਬਣਾ ਕੇ ਬਿਠਾ ਦਿੰਦੇ। ਫਿਰ ਮੌਲਵੀ ਸਾਹਿਬ ਆਂਡੇ ਨੇ,
ਉਹ ਕੁੜੀ ਤੇ ਮੁੰਡੇ ਨੂੰ ਕਬੂਲ ਕਬੂਲ ਕਰਾ ਦਿੰਦੇ ਨੇ। ਫਿਰ ਫਿਰ ਕੁੜੀ ਮੁੰਡੇ ਦੇ ਨਾਲ ਉਹਦੇ ਘਰ ਚਲੇ ਜਾਂਦੀ ਹੈ। ਫਿਰ ਇਹ ਕੁੜੀ ਤੇ ਮੁੰਡਾ ਕੀ ਹੋਇਆ ਇੱਕ ਕਮਰੇ ਦੇ ਅੰਦਰ ਬੰਦ ਹੋ ਜਾਂਦੇ। ਫਿਰ ਫਿਰ ਉਹਨਾਂ ਨੇ ਮੈਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਮੈਂ ਬਾਹਰੋਂ ਹੀ ਸਟੋਰੀਆਂ ਪੁੱਛ ਕੇ ਆ ਗਿਆ। ਅੱਛਾ ਗੱਲ ਸੁਣੋ, ਤੁਹਾਡੇ ਘਰ ਹੋਰ ਕੌਣ ਕੌਣ ਹੁੰਦਾ ਹੈ? ਮੇਰੇ ਘਰ ਇੱਕ ਮੇਰਾ ਅੱਬਾ ਹੁੰਦਾ ਹੈ, ਇੱਕ ਮੇਰੀ ਅੰਮੀ ਹੁੰਦੀ ਹੈ, ਇੱਕ ਮੇਰੀ ਭੈਣ ਹੈ ਤੇ ਵਿੱਚ ਮੈਂ ਵੀ ਪਿਆ ਹੁੰਦਾ। ਅੱਛਾ ਗੱਲ ਸੁਣੋ, ਤੁਹਾਡੇ ਅੱਬਾ ਜੀ ਚੰਗੇ ਤੁਹਾਡੇ ਨਾਲ ਪਿਆਰ ਕਰਦੇ ਨੇ? ਨਹੀਂ, ਬੜਾ ਮਾਰਦਾ ਹੈ ਮੈਨੂੰ। ਮੇਰੀ ਅੰਮੀ ਨੂੰ ਵੀ ਬੜਾ ਮਾਰਦਾ, ਸਾਰਾ ਦਿਨ ਕੁੱਟਦਾ ਰਹਿੰਦਾ, ਲੜਦਾ ਰਹਿੰਦਾ, ਪਤਾ ਨਹੀਂ ਸੁਲਾਹ ਕਦੋਂ ਕਰ ਲੈਂਦਾ। ਮੈਂ ਕਿਹਾ ਅੱਬਾ ਮੈਨੂੰ ਸੁਲਾਹ ਵਹਾ, ਤੇ ਮੈਨੂੰ ਵੀ ਮਾਰਿਆ। ਕਿਉਂ? ਕਹਿੰਦਾ ਕਿਸੇ ਦੀ ਸੁਲਾਹ ਨਹੀਂ ਦੇਖੀ ਦੀ ਹੁੰਦੀ। ਸਰਗੋਦੇ ਦਾ ਦੁੰਬਾ ਤੇਰੇ ਰਿਸ਼ਤੇ ਦੇ ਮੇਰਾ ਵਿਆਹ ਹੋਏਗਾ। ਮੇਰੀ ਭੈਣ ਹੈ, ਤੁਸੀਂ ਮਾਮੂ ਬਣੋਗੇ ਫਿਰ। ਸਮਝਾ ਦੇ, ਤੇਰੀ ਮਾਂ ਨੇ ਤੇ ਹੈਡਮਾਸਟਰ ਕੀਤਾ। ਦੱਸੇ ਇਹਦੇ ਨਾਲ ਬਦਤਮੀਜ਼ੀ ਨਹੀਂ ਕਰਨੀ, ਤੈਨੂੰ ਪਤਾ ਹੈ ਕੌਣ ਨੇ? ਕੌਣ ਨੇ? ਇਹ ਮੇਰੇ ਉਨਹੋ ਨੇ। ਹਾਂ ਉਨਹੋ, ਉਹ ਜਿਹੜੀਆਂ ਸਹੇਲੀਆਂ ਇੱਕ ਦੂਜੇ ਨੂੰ ਕਹਿੰਦੀਆਂ ਨੇ, ਉਹ ਜੋ ਮੇਰੇ ਉਨਹੋ ਹੈ ਨਾ, ਉਹਨਾਂ ਨੇ ਬੜੀ ਅੱਤ ਚੁੱਕੀ ਹੋਈ ਹੈ। ਦੱਸ ਐ, ਤੁਹਾਡੀਆਂ ਭੈਣਾਂ ਆ ਕੇ ਦੱਸ ਦਿੰਦੀਆਂ ਕਿ ਅੱਤ ਚੁੱਕੀ ਹੋਈ ਹੈ? ਮੈਨੂੰ ਚੰਗਾ ਸੀ ਇਧਰੋਂ ਕੋਈ ਭਾਈ ਫੇਰੂ ਵੱਲੋਂ ਲੱਭ ਲੈਂਦੇ, ਸਰਗੋਤੇ ਵੱਲੋਂ ਲੱਭ ਲਓ ਜਿਹੜੇ 72 ਸੀਟਰ ਤੇ ਖਿੱਚੀ ਫਿਰਦੇ ਨੇ। ਰਾਤੀ ਸੋਣਾ ਨਾ, ਮੈਂ ਤੁਹਾਡੀ ਖਾਬ ਜਾਣਾ। ਮੈਂ ਤੈਨੂੰ ਇੱਕ ਵਾਰੀ ਆਖ ਦਿੱਤਾ ਕਿ ਮੈਂ ਰੋਟੀ ਨਹੀਂ ਖਾਣੀ। ਉਸਤਾਦ ਜੀ, ਭੁੱਖ ਹੜਤਾਲ ਛੱਡ ਜਾਓ, ਰੋਟੀ ਖਾ ਲਓ। ਯਾਨੀ ਜਿਸ ਬੰਦੇ ਦੀ ਔਲਾਦ ਝੂਠ ਬੋਲਦੀ ਹੋਵੇ ਉਹਦੀ ਗੈਰਤ ਗਵਾਰਾ ਕਰਦੀ ਕਿ ਉਹ ਰੋਟੀ ਖਾਵੇ? ਉਹਨੂੰ ਬਚਪਨ ਚ ਆਦਤ ਹੈ ਝੂਠ ਮਾਰਨ ਦੀ। ਉਹਨੂੰ ਅੱਲਾ ਦਾ ਵਾਸਤੇ ਜਾ ਕੇ ਸਮਝਾ, ਜਦ ਤੱਕ ਝੂਠ ਨਹੀਂ ਛੱਡੇਗੀ ਮੈਂ ਰੋਟੀ ਨਹੀਂ ਖਾਣੀ। ਦਫਾ ਵਜਾ ਪਰ ਇਸ ਦਾ ਕੀ ਮਤਲਬ ਹੈ? ਮੈਂ ਤੈਨੂੰ ਮਾਰਾਂ? ਯਾਨੀ ਔਲਾਦ ਨੂੰ ਮਾਰ ਕੇ ਤੇ ਮਾਂ ਬਾਪ ਨੂੰ ਸਕੂਨ ਹਾਸਲ ਹੁੰਦਾ? ਅੱਲਾ ਜਾਣਦਾ ਔਲਾਦ ਦੇ ਜਿਸਮ ਦੇ ਉੱਤੇ ਕਿਧਰੇ ਸੂਈ ਵੀ ਚੁੱਭ ਜਾਵੇ ਤੇ ਮਾਂ ਪਿਓ ਦਾ ਕਲੇਜਾ ਹਿੱਲ ਜਾਂਦਾ।
ਅੱਲਾ ਤੈਨੂੰ ਜਦੋਂ ਔਲਾਦ ਦੇ ਸੀ ਨਾ ਮੋਰ ਤੈਨੂੰ ਪਤਾ ਲੱਗ ਸੀ ਔਲਾਦ ਦਾ ਦੁੱਖ ਕੀ ਹੁੰਦਾ ਤੂੰ ਡੰਡਾ ਲੈ ਕੇ ਆ ਗਈ ਕਿੰਨੀਆਂ ਤੂੰ ਅੱਗੋਂ ਗੱਲਾਂ ਕਰਨੀ ਤੈਨੂੰ ਹਜ਼ਾਰ ਨਹੀਂ ਆਉਂਦੀ ਕਿਉਂ ਝੂਠ ਬੋਲਨੀ ਅੱਬਾ ਜੀ ਮੈਂ ਕੀ ਕਰਾਂ ਮੇਰੇ ਢਿੱਡ 'ਚ ਦਰਦ ਹੁੰਦੀ ਹੈ ਜਦੋਂ ਮੈਂ ਝੂਠ ਬੋਲ ਲੈਂਦੀ ਨਾ ਫਿਰ ਢਿੱਡ ਦੀ ਦਰਦ ਠੀਕ ਹੋ ਜਾਂਦੀ ਤੂੰ ਮੈਨੂੰ ਦੱਸਣਾ ਸੀ ਮੈਂ ਇਸ ਦਾ ਇਲਾਜ ਕਰਦਾ ਉਹ ਕਿਵੇਂ ਮੈਂ ਤੈਨੂੰ ਲੈ ਜਾਂਦਾ ਆਰੇ ਦੇ ਉੱਤੇ ਚਰ ਵਿੱਚ ਮੈਂ ਝੂਠ ਵਾਲਾ ਪੀਸ ਕਢਾ ਲੈਂਦਾ ਬਾਅਦ 'ਚ ਮੁੜ ਜੋੜ ਦਿੰਦਾ ਅੱਬਾ ਜੀ ਅੱਬਾ ਜੀ ਵੇਖ ਲਓ ਤੁਸੀਂ ਇੰਝ ਤਾਂ ਗੁੱਸਾ ਨਾ ਕੱਢੋ ਰੋਟੀ ਨਹੀਂ ਖਾਧੀ ਤੁਹਾਨੂੰ ਦੋ ਦਿਨ ਹੋ ਗਏ ਨਾ ਤੁਸੀਂ ਰੋਟੀ ਨਹੀਂ ਖਾਧੀ ਹੁਣ ਕੱਲ੍ਹ ਦਾ ਦਿਨ ਤੁਸੀਂ ਕੱਢਣਾ ਨਹੀਂ ਬਹੁਤ ਅੱਛੇ ਯਾਨੀ ਅੱਗੇ ਮੈਂ ਰੋਟੀ ਤਾਂ ਜ਼ਿੰਦਾ ਨਹੀਂ ਅੱਬਾ ਜੀ ਤੁਹਾਡੀ ਸਿਹਤ ਇਜਾਜ਼ਤ ਨਹੀਂ ਦਿੰਦੀ ਕਿਉਂ ਤੂੰ ਝੂਠ ਬੋਲਣਾ ਨਹੀਂ ਛੱਡਦੀ ਅੱਬਾ ਜੀ ਹੁਣ ਛੱਡ ਦਾਂਗੀ ਮੈਂ ਵਾਅਦਾ ਕਰ ਲਿਆ ਆਪਣੇ ਦਿਲ 'ਚ ਹੁਣ ਨਹੀਂ ਮੈਂ ਝੂਠ ਬੋਲਾਂਗੀ ਵਾਅਦਾ ਕਰ ਮੈਨੂੰ ਪੱਕਾ ਅਗਰ ਮੈਂ ਝੂਠ ਬੋਲਾਂ ਅੱਲਾ ਕਰੇ ਮੈਂ ਤੁਹਾਡੇ ਵਰਗੀ ਹੋ ਜਾ ਯਾਨੀ ਹੋਰ ਹਸੀਨ ਹੋਣਾ ਚਾਹੁੰਦੀ ਬਹੁਤ ਅੱਛੇ ਬਈ ਔਰਤ ਦੀ ਲਾਲਚ ਨਹੀਂ ਜਾਂਦੀ ਮਾਸ਼ਾਅੱਲਾ ਅੱਲਾ ਨੇ ਤੈਨੂੰ ਕਿੱਡਾ ਸੋਹਣਾ ਬਣਾਇਆ ਫਿਰ ਹੋਰ ਹਸੀਨ ਹੋਣਾ ਚਾਹੀਦਾ ਅੱਲਾ ਦਾ ਵਾਸਤੇ ਮੇਰਾ ਬੱਚਾ ਇਹ ਝੂਠ ਛੋੜ ਦੇ ਠੀਕ ਹੈ ਅੱਬਾ ਜੀ ਹੁਣ ਝੂਠ ਨਹੀਂ ਬੋਲਾਂਗੀ ਪੱਕਾ ਤੁਸੀਂ ਰੋਟੀ ਖਾ ਲਵੋ ਰੋਟੀ ਖਾਧੀ ਹੈ ਤੁਸੀਂ ਨਹੀਂ ਨਾ ਖਾਧੀ ਮੈਂ ਵੀ ਦੋ ਦਿਨ ਤੋਂ ਰੋਟੀ ਨਹੀਂ ਖਾਧੀ ਜੀ ਤੇ ਸਵੇਰੇ ਕੀ ਖਾ ਰਹੀ ਸੀ ਉਹ ਤੇ ਚਾਵਲ ਸਨ ਅੱਛਾ ਜੀ ਚਾਵਲ ਰੋਟੀ ਨਹੀਂ ਹੁੰਦੀ ਨਹੀਂ ਵੇਖਿਆ ਜੀ ਤੂੰ ਮਾਸੂਮ ਹੈ ਗੱਲਾਂ ਤੂੰ ਮਾਸੂਮ ਕਰਨੀ ਹੁਣ ਬਾਹਰ ਜਾ ਕੇ ਝੂਠ ਬੋਲਨੀ ਅੱਬਾ ਜੀ ਹੁਣ ਨਹੀਂ ਬੋਲਾਂਗੀ ਪੱਕਾ ਵਾਦਾ ਵਾਦਾ ਚਲੋ ਠੀਕ ਹੈ ਹੁਣ ਮੈਂ ਰੋਟੀ ਖਾ ਲਵਾਂ ਹਾਂਜੀ ਅੱਬਾ ਜੀ ਮੈਂ ਤੁਹਾਡੀ ਰੋਟੀ ਸੁੱਟਾਈ ਆ ਕੀ ਸੁੱਟਾਈ ਬਾਜਰਾ ਅੱਬਾ ਜੀ ਬਹੁਤ ਅੱਛੀ ਯਾਨੀ ਮੈਂ ਬਾਜਰਾ ਖਾਣਾ ਰੋਟੀ ਸੁੱਟੀ ਦੀ ਨਹੀਂ ਹੁੰਦੀ ਮੇਰਾ ਬੱਚਾ ਰੋਟੀ ਲਾਈ ਦੀ ਹੁੰਦੀ ਮੈਂ ਲਾਤੀ ਅੱਬਾ ਜੀ ਅੱਛਾ ਜੀ ਹਾਂ ਕਿੱਥੇ ਕੜਿੱਕੀ 'ਚ ਟੇਸਟ ਕਿੱਡੀ ਝੂਠ ਨਾ ਬੋਲੀ ਅੱਜ ਤੋਂ ਬਾਅਦ ਠੀਕ ਹੈ ਬਾਜੀ ਮੇਰਾ ਪੁੱਤਰ ਹੁਣ ਤੂੰ ਨਿੱਕੀ ਨਹੀਂ ਹੁਣ ਤੂੰ ਵੱਡੀ ਹੋ ਗਈ ਮੈਂ ਵੱਡੀ ਹੋ ਗਈ ਹਾਂ ਇਸ ਗੱਲ ਦਾ ਤੈਨੂੰ ਪਤਾ ਹੈ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਹੁਣ ਗੱਲ ਹੀ ਕਿਸੇ ਨਾਲ ਨਹੀਂ ਕਰਦੀ ਤੈਨੂੰ ਕੀ ਹੋਇਆ ਹੈ ਕੀ ਨਹੀਂ ਮੈਂ ਗੱਲ ਹੀ ਨਹੀਂ ਕਰਨੀ ਕਿਉਂਕਿ ਮੈਂ ਬੋਲਾਂਗੀ ਫਿਰ ਮੈਂ ਝੂਠ ਬੋਲਾਂਗੀ ਝੂਠ ਬੋਲਾਂਗੀ ਅੱਬਾ ਨਾਰਾਜ਼ ਹੋਏਗਾ ਬਾਪੂ ਕਰੇਗਾ ਇਸ ਲਈ ਮੈਂ ਸੋਚ ਲਿਆ ਇੱਕ ਚੁੱਪ ਤੇ ਸੌ ਸੋ ਆਰਾਮ ਨਾਲ ਬਹਿ ਜਾ ਕਦੀ ਕਦੀ ਟਾਈਮ ਨਹੀਂ ਤਾਂ ਉਹ ਵੀ ਤੂੰ ਇੱਕ ਚੁੱਪ ਤੇ ਸੌ ਸੁੱਖ ਤੇ ਸੌ ਮੇਰੀ ਗੱਲ ਸੁਣ ਮੈਂ ਤੈਨੂੰ ਦੱਸ ਤੂੰ ਗੱਲ ਨਹੀਂ ਕਰਨੀ ਬਿਲਕੁਲ ਨਹੀਂ ਕਰਨੀ ਹੈ ਮੇਰੇ ਕੋਲ ਇੱਕ ਤਰੀਕਾ ਕਿਉਂ ਸੁਣੀ ਸਾਹਿਬ ਬੋਲਦੀ ਨਹੀਂ ਮੈਂ ਵੇਖਣਾ ਕਿਵੇਂ ਨਹੀਂ ਬੋਲਦੀ ਸ਼ਾਬਾਸ਼ ਮੈਂ ਮਾਰ ਖਾਣੀ ਐਵੇਂ ਨਾ ਲਾਈ ਐਦਾਂ ਪਹਾੜੀਏ ਹਯਾ ਕਰ ਟੇਪਾਂ ਲਾ ਲਾ ਕੇ ਕੁੜੀਆਂ ਨਚਾਉਣ ਦੇ ਲਾਂਤੀਆ ਸ਼ਰਮ ਕਰ ਸ਼ਰਮ ਕਰ ਕੀ ਚਾਚਾ ਤੂੰ ਆਪਣੀ ਉਮਰੇ ਸਾਰਾ ਕੁਛ ਨਹੀਂ ਕਰਦਾ ਰਿਹਾ ਮੈਂ ਕੁਛ ਨਹੀਂ ਕੀਤਾ ਮੈਂ ਸਾਦਾ ਹੀ ਰਿਹਾ ਲੈ ਐਦਾਂ ਸਾਦਾ ਰਿਹਾ ਤੂੰ ਐਡਾ ਤੂੰ ਆ ਗਿਆ ਸ਼ਰਮ ਕਰ ਸ਼ਰਮ ਕਰ ਆਰਾਮ ਚਾਚਾ ਅਸੀਂ ਪਿਆਰ ਮੁਹੱਬਤ ਕਰ ਰਹੇ ਹਾਂ ਤੂੰ ਅੰਦਰ ਚਲਾ ਜਾ ਤੂੰ ਇਕੱਲਾ ਹੀ ਪਿਆਰ ਮੁਹੱਬਤ ਕਰਨ ਵਾਲਾ ਜੰਮਿਆ ਸ਼ਰਮ ਯਾਦ ਕਰ ਚਾਚਾ ਆਪਣੀ ਉਮਰ ਵੇਖ ਤੇ ਆਪਣੇ ਸ਼ੌਕ ਵੇਖ ਉਮਰ ਨਾ ਵੇਖ ਕੰਫੀਡੈਂਸ ਵੇਖ
ਹਿੰਮਤ ਵੇਖ, ਇਰਾਦੇ ਵੇਖ। ਤੂੰ ਐਂ ਕਰ, ਤੂੰ ਤੇ ਜਾ, ਮੈਂ ਤੇਰਾ ਨਿਬੜੀ। ਸ਼ਿਕਾਇਤ ਲਾ ਦੇਗਾ ਤੂੰ? ਮੈਂ ਤੇਰੀ ਮਾਂ ਨੂੰ, ਉਹ ਡਰਮ ਜਿਹਾ ਨਾ, ਉਹਨੂੰ ਸ਼ਿਕਾਇਤ ਲਾਵਾਂਗਾ। ਖਬਰਦਾਰ, ਮੇਰੀ ਮਾਂ ਨੂੰ ਕੁਛ ਕਿਹਾ, ਸ਼ਿਕਾਇਤ ਲਾਹੇਗਾ। ਮਾਂ ਕਿਸੇ ਸੰਡੇ ਦਾ ਬੱਚਾ ਲੱਗਦਾ, ਤੇਰੇ ਪਿਓ ਨੂੰ ਵੀ ਕਹਾਂਗਾ ਉਹ ਮੁੱਛਾਂ ਦਾ ਬਗਲਾ ਜਿਹੜਾ ਹੈਗਾ। ਜਿੰਮੀ ਜਲ ਜਲ, ਮੈਂ ਨਹੀਂ ਜਾ ਬੋਲਦਾ ਤੇਰੇ ਨਾਲ। ਮੈਨੂੰ ਮੈਂ ਗੁੱਲੂਕਾਰੀ ਨਹੀਂ ਕਰ ਸਕਦਾ। ਮੈਂ ਤੈਨੂੰ ਬਹੁਤ ਪਿਆਰ ਕਰਨੀ ਆ, ਅੱਜ ਤੇ ਮੈਂ ਤੈਨੂੰ ਕਹਿਣਾ ਸੀ ਆਈ ਲਵ ਯੂ ਜਿੰਮੀ। ਆਈ ਭੈਣੀ ਤੂੰ ਮੇਰੀ ਜਿੰਮੀ। ਹਾਂ, ਕੰਨੀਆਂ ਕੰਨੀਆਂ ਗੱਲਾਂ ਨਾ ਕੰਮ ਨੂੰ ਗਾਣਾ ਸੀ ਗਾਣਾ ਪਿਆਰ ਦੀ ਕੰਡੇਲੀ ਚੁੱਪ ਲੈ ਗੜਵੀ ਦੁੱਧ ਵਾਲੀ ਇੱਕੋ ਹੀ ਡੀਕ ਚ ਪੀ ਲੈ ਗੜਵੀ ਤੇਰੇ ਕੋਲ ਪੜਦੀ ਗਈ। ਬਸ ਇਹ ਬਸ ਇਹੋ ਹੀ ਸਹੂਲਤ ਨਹੀਂ ਹੈਗੀ। ਏ ਬਹਾਰੋ ਗਵਾਰੇ ਕੀ ਹੋਇਆ ਫਿਟੇ ਮੂੰਹ? ਓਏ ਮਸਤਾ ਮੇਰਾ ਪਾੜੀਏ, ਕੀ ਹੋਇਆ? ਪੈਰ ਮੁੜ ਗਿਆ। ਚੀਕਾਂ ਨਾ ਮਾਰ, ਵੇਖ ਲਵਾਂ ਕੋਈ ਆ ਹੀ ਨਾ ਜਾਵੇ। ਨਹੀਂ ਆਂਦਾ ਕੋਈ, ਆ ਜਾ ਨਾ ਜਾਨੂ। ਜਾਨੂ ਕੀ ਗੱਲ ਹੈ? ਗਰਮ ਕਰ ਕਰਕੇ ਪੋਲਿਆ 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 ਆਰਾਮ ਆਰਾਮ ਨਾਲ ਆਇਓ ਟੈਕਸਾਂ ਲਈ ਆਵਾਂ। ਮਸਾਜ ਕਰੋ? ਉਹਦੇ ਨਾਲ ਮਸਾਜ ਕਰਾਂਗਾ ਕੋਟਿਆਂ ਨਾਲ। ਤੁਹਾਨੂੰ ਮਸਾਜ ਆਉਂਦਾ ਹੈ? ਹਾਂਜੀ। ਕਿੱਥੋਂ ਸਿੱਖਿਆ? ਬੈਂਕਾਕ ਤੋਂ। ਇਹ ਜਿੰਨੇ ਵੀ ਪਾਕਿਸਤਾਨ ਦੇ ਸ਼ਰੀਫ ਨੇ ਨਾ, ਉੱਥੇ ਜਾ ਕੇ ਸਭ ਕੁਝ ਆਹੋ ਸੱਚੀ। ਹਾਂਜੀ, ਇੱਥੇ ਸ਼ਰੀਫ ਹੁੰਦੇ। ਫਿਰ ਜਲਦੀ ਨਾਲ ਆਇਓ, ਟੈਕਸ ਲਿਆਓ ਨਾ, ਮਸਾਜ ਨਹੀਂ ਲੈ ਕੇ ਆ ਜਾਈ ਨਾ। ਜਲਦੀ ਜਲਦੀ ਆਣਾ ਜਾਨੂੰ, ਮੇਰਾ ਦਿਲ ਨਹੀਂ ਲੱਗਦਾ ਤੁਹਾਡੇ ਬਗੈਰ। ਆਖਰ ਹਮਾਰਾ ਵੀ ਤਾਂ ਦਿਲ ਹੈ ਨਾ, ਸ਼ਿਕਾਇਤ ਲਾਵਾਂਗਾ। ਵੇਖ ਤੇ ਸੀ ਤੇਰੇ ਨਾਲ ਮੈਂ ਕਰਨੀ ਕੀ ਆ ਬਾਬਿਆ ਬਗਲਿਆ ਜਿਹਾ। ਮੇਰੀ ਭੈਣ ਹੈ, ਤੈਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਚੀਕਾਂ ਨਾ ਮਾਰ। ਕੀ ਹੋਇਆ ਵੀਰਾ? ਮੈਂ ਬੜੀ ਪਰੇਸ਼ਾਨ ਆ। ਮੈਂ ਆਪਣੀ ਭੈਣ ਨੂੰ ਵੇਖ ਕੇ ਪਰੇਸ਼ਾਨ ਹੋ ਗਿਆ। ਮੈਂ ਸਦਕੇ ਜਾਵਾਂ ਆਪਣੇ ਵੀਰ ਤੇ ਮੇਰਾ ਗੈਰਤਾਰਾ ਵੀਰ, ਭੈਣ ਜੀ ਵੀ ਜਰਾ ਪਰੇਸ਼ਾਨ ਹੋਇਆ ਨਾ। ਤੇ ਹੋਰ, ਮੇਰੀ ਸਟੱਡੀ ਦਾ ਟਾਈਮ ਹੈ, ਤੂੰ ਰੌਲਾ ਪਾਇਆ। ਬੇਟਾ ਤੂੰ, ਤੇਰਾ ਮਰਾਸੀਆ, ਤੇਰਾ ਖਾਣਾ ਖਰਾਬ ਹੋਏ ਬੇਟਾ। ਤੂੰ ਜਿਹੜਾ ਬੀਏ ਕਰ ਰਿਹਾ ਨਾ, ਪਤਾ ਹੈ ਮੈਨੂੰ ਸਾਰਾ।
ਖਾਨਾ ਖਰਾਬਾ, ਸ਼ਕਲ ਤੇਰੀ ਮਰੀਦ ਕੀ ਹੋ ਗਈ, ਗੱਲਾਂ ਤੂੰ ਨਿਊਯਾਰਕ ਦੀਆਂ ਕਰ ਲੈ ਬੇੜਾ ਪਰੇ ਤੇਰਾ, ਕਦੇ ਨਿਊਯਾਰਕ ਜਾਣ ਦਾ ਜਹਾਜ਼ ਵੇਖੇ? ਮੈਂ ਨਹੀਂ ਵੇਖਿਆ, ਮੇਰੀ ਬਾਜੀ ਨੇ ਤਾਂ ਵੇਖਿਆ। ਬਾਜੀ ਬਾਜੀ ਕੀ ਫਾਇਦਾ ਤੇਰੇ ਤਲਕਾਤ ਦਾ, ਜਰਾਬਾ ਮੇਰੇ ਕੋਲ ਹੈ ਕੋਈ ਨਹੀਂ। ਜਿਹੜਾ ਬੰਦਾ ਤਰੱਕੀ ਕਰ ਜਾ, ਤੁਸੀਂ ਉਹਨੂੰ ਬਗੈਰਤ ਹੀ ਕਹਿੰਦੇ ਹੋ। ਸਾਨੂੰ ਗੈਰਤ ਨਾ ਆਵੇ, ਅੱਜ ਤੂੰ ਸਾਡੇ ਕੋਲ ਨਹੀਂ ਬਚ ਸਕਦਾ। ਦੇਖੋ ਚਕਰਮ,
ਚੱਕਰਮ ਕਹਿ ਜਾਂ ਵਿਕਰਮ, ਅੱਜ ਨਹੀਂ ਬਚੇਗਾ। ਬਕਵਾਸ ਕਰਦਾ ਪਹਾੜੀਆ, ਓਏ ਅੰਨੀ ਜਿਹਾ ਬੱਚਿਆ, ਉਹ ਤੇਰੀ
ਬਾਬਾ ਜੀ ਮਾਂ ਸਾਡੀ ਫੌਤ ਹੋ ਗਈ ਹੈ, ਪਿਓ ਨੂੰ ਜੱਫੀਆਂ ਪਾ ਪਾ ਕੇ ਉਹਦੀ ਤਬੀਅਤ ਨਾਵਾਜ਼ਾਰ ਕਰੋ। ਓਏ ਪਿੱਛੋਂ ਕਿ ਬਹਿ ਜਾ, ਗੱਲ ਕਰੋ ਭਾਜੀ। ਇਹ ਸੱਚੀ ਗੱਲ ਹੈ ਕਿ ਤੂੰ ਮੇਰੀ ਬੱਚੀ ਨਾਲ ਇੱਥੇ ਗਾਣੇ ਕਰ ਰਿਹਾ ਸੀ, ਡਾਂਸ ਕਰ ਰਿਹਾ ਸੀ? ਚਾਚਾ ਜੀ ਮੈਂ ਤੁਹਾਡੀ ਬੱਚੀ ਦੇਖੀ ਨਹੀਂ, ਮੈਂ ਗਾਣਾ ਕਿਵੇਂ ਕਰ ਸਕਣਾ? ਤੂੰ ਮੇਰੀ ਬੱਚੀ ਵੇਖੀ ਨਹੀਂ? ਨਹੀਂ ਵੇਖੀ, ਬੁਲਾਓ ਜ਼ਰਾ। ਬੁਲਾਓ ਜੀ ਜ਼ਰਾ, ਬੁਲਾ ਬੁਲਾ ਮੇਰੀ ਭੈਣ ਨੂੰ ਇੱਥੇ ਆਵੇ, ਅਸੀਂ ਕੋਈ ਬਗੈਰਤ ਨਹੀਂ। ਨਾ ਮਸੂਮਾ, ਮਸੂਮਾ ਨੂੰ ਬੁਲਾ ਕੇ ਲਾਇਆ। ਮਸੂਮਾ ਜਰਾ ਬਾਹਰ ਆ, ਪਾਣੀ ਦਾ ਪਾਣੀ ਹੋ ਜਾ ਸੀ। ਉਰੇ ਆ ਮੇਰਾ ਬੱਚਾ। ਸਦਕੇ ਜਾਵਾਂ ਤੁਸੀਂ ਈਰਾਨ ਚੱਲੇ ਹੋ, ਬੜੇ ਹਜਾ ਬੰਨੇ ਹੋਏ ਨੇ। ਨਾਜ਼ਰੀਨ ਅਬ ਆਪ ਅਲ ਜਜ਼ੀਰਾ ਟੀਵੀ ਸੇ ਖਬਰੇ ਸੁਣੇਂਗੇ। ਅਰੇ ਮਹਾਰ ਤਿਲਕਾ ਵੀ ਸ਼ੌਦ ਮਹਾਰ ਵਿਸ਼ੇ ਦੀ ਅਜੀ ਸੇ ਸ਼ੌਦ ਦਾ ਫੈਜ਼ ਵਾਲੀ ਸਾ। ਅਰੇ ਮਾ ਤੇ ਅਲਬ ਅਜ ਬਾਜ ਅਲਬ ਹਲਈਆ ਹਬੀਬ ਹਈਆ ਹਈਆ ਤੁ ਸਾਲ ਮੈਂ ਪਨਵਾਇਆ ਹਾਜ਼ਾ ਅਜ ਬਾਜ ਅਲਬ ਅਜ ਤੇ ਲੈ ਲੈ ਹਾਜ਼ਾ ਯਹੂਦਾ ਸ਼ਹੀਦਾ। ਅੱਲਾ ਯੋ ਅੱਬਾ ਜੀ ਮੈਨੂੰ ਕਿਉਂ ਬੁਲਾਇਆ ਜੇ ਮੈਂ ਅੰਦਰ ਵਜ਼ੂ ਕਰ ਰਹੀ ਸਾਂ? ਅੱਲਾ ਉਹ ਕਿਹੜਾ ਵਜ਼ੂ ਸੀ? ਨਮਾਜ਼ ਪੜ੍ਹਿਆ ਕਰ ਭੈਣ ਮੇਰੀ। ਅੱਲਾ ਦੀ ਕਸਮ ਪਹਿਲਾ ਬਗਾਲਤ ਪਠਾਨ ਹੈਗਾ। ਮੇਰੀ ਬੱਚੀ ਤੇ ਇਲਜ਼ਾਮ ਲਾਈ ਜਾਂਦੇ ਐ। ਖੈਰ ਆਪਣੇ ਪਿਓ ਦੇ ਸਿਰ ਤੇ ਹੱਥ ਰੱਖ ਕੇ ਕਸਮ ਖਾ। ਹਾਏ ਅੱਬਾ ਜੀ ਕੀ ਹੋਇਆ? ਮੈਨੂੰ ਗੈਰ ਮਹਿਰਮ ਨੇ ਹੱਥ ਲਾਇਆ, ਮੇਰਾ ਵਜ਼ੂ ਟੁੱਟ ਗਿਆ। ਅੱਲਾ ਓਏ ਕਿਹੜਾ ਵਜ਼ੂ ਸੀ? ਓਏ ਕਿਹੜਾ ਵਜ਼ੂ ਸੀ? ਕਿਹੜਾ ਵਜ਼ੂ ਸੀ? ਓਏ ਕਿਹੜਾ ਵਜ਼ੂ ਸੀ? ਨਹੀਂ ਬਾਬਾ ਜੀ ਤੂੰ ਬਾਲਾਗਾ ਇਤਨਾ ਤੋ ਉਸਕਾ ਹੱਕ ਬਣਤਾ ਹੈ। ਕਰ ਮੇਰਾ ਪੁੱਤਰ ਤੁਝੇ ਜੀ ਮਰਜ਼ੀ ਕਰ। ਬੜਾ ਮੁਤਮਈਨ ਬਗਾ ਦਿੰਦੇ ਭਈਆ। ਅੱਬਾ ਜੀ ਜੀ ਮੈਂ ਜੋ ਕਵਾਂਗੀ ਸੱਚ ਕਵਾਂਗੀ, ਸੱਚ ਦੇ ਸਿਵਾ ਕੁਛ ਨਹੀਂ ਕਵਾਂਗੀ। ਹਾਂ ਠੀਕ ਹੈ। ਮਨੈ ਦੀ ਕਸਮ ਹੈ ਉਹ ਮੇਰਾ ਭਰਾ ਲੱਗਦਾ, ਜੇ ਮੈਂ ਝੂਠ ਕਵਾਂ ਅੱਲਾ ਕਰੇ ਮੁਰਲੀ ਮਾਰ ਜਾਏ। ਅੱਬਾ ਜੀ ਕੀ ਹੋਇਆ ਪੁੱਤਰ? ਤੂੰ ਅੱਬਾ ਨਹੀਂ ਸਾਲਿਆਂ ਵਾਲਾ ਮੂੰਹ ਹੈ ਤੇਰਾ। ਅੱਛਾ ਅੱਬਾ ਕਿੱਥੇ ਆ? ਅੱਗ ਲੱਗ ਗਈ ਕੋਈ? ਅੱਗ ਲੱਗੀ ਨਹੀਂ, ਲੱਗਣ ਵਾਲੀ ਹੈ। ਅੱਬੂ ਜੀ ਅੱਬੂ ਜੀ ਅੱਬੂ ਜੀ ਅੱਬੂ ਬੁਲਾ ਲਓ। ਮੈਂ ਅੱਬੂ ਨੂੰ ਸੱਦਿਆ, ਵੈਸਟ ਇੰਡੀਜ਼ ਦਾ ਸੂਰ ਆ ਗਿਆ। ਚਾ ਅੱਬੂ ਜੀ ਅੱਬੂ ਜੀ ਹਾਂਜੀ ਕਈ ਮੌਤ ਪੈ ਗਈ ਤੈਨੂੰ? ਹਾਂਜੀ ਇਹ ਤੁਹਾਨੂੰ ਕੋਈ ਅੰਦਰੋਂ ਖਿੱਚ ਲੈਂਦਾ? ਅੱਬਾ ਜੀ
ਤੁਹਾਡੇ ਨਾਲ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਚਾਹੁੰਦਾ। ਵੱਡਾ ਵੱਡਾ ਕਿਉਂਕਿ ਇਸ ਤੋਂ ਬਾਅਦ ਤੂੰ ਮਰ ਜਾਣਾ। ਮਸੂਮਾਂ ਦਾ ਵਿਆਹ ਕਰਦੇ ਹੋ? ਐਡਾ ਤੂੰ ਵੱਡਾ ਹੋ ਗਿਆ ਘਰ ਦੇ ਵਿੱਚ। ਬਸ ਮੈਂ ਕਹਿਤਾ ਨਾ ਸ਼ਾਦੀ ਕਰਦੇ ਹੋ। ਅੱਬਾ ਜੀ, ਬਾਜੀ ਦੀ ਸ਼ਾਦੀ ਨਹੀਂ ਕਰਨੀ ਚਾਹੀਦੀ। ਵਜ੍ਹਾ? ਵਾਵਾ ਮੱਲੇ 'ਚ ਰੌਣਕ ਲੱਗੀ। ਕਿਹੜੇ ਉਹਨੇ ਪੰਗੂੜੇ ਲਾਏ ਨੇ? ਤੂੰ ਚੁੱਪ ਕਰਕੇ ਖਲੋ ਓਏ। ਮੈਂ ਚੱਲਿਆ ਖਾਨ ਜਮਾਲੀ ਦੇ ਪੁੱਤਰ ਨਾਲ ਉਸਦੀ ਮੰਗਣੀ ਕਰਨ ਵਾਸਤੇ। ਅੱਛਾ ਜੀ, ਹੁਣ ਕੁੜੀ ਜਮਾਲੀਏ 'ਚ ਵਿਆਹ ਹੋ ਗਈ। ਵਜ੍ਹਾ? ਚੰਗਾ ਭਲਾ ਕਾਟ ਟਵਾਣਾ ਫਿਰਨ ਡਿਆ। ਕਰਦਾ ਕੀ? ਟਵਾਣਾ ਨਹੀਂ, ਤੂੰ ਪੁਰਾਣਾ। ਖਾਨ ਜਮਾਲੀ ਦੇ ਪੁੱਤਰ ਨੇ ਬੜੀ ਅੱਛੀ ਢੋਲਕੀ ਸਿੱਖ ਲਈ ਹੈ, ਬੜੀ ਅੱਛੀ ਢੋਲਕੀ ਵਜਾਉਂਦਾ। ਗਾਂ ਦਾ ਵਾਸਤਾ ਜੇ ਐਵੇਂ ਗਲਤ ਮਲਤ ਵਜਾ ਦੇਗਾ। ਅੱਬਾ ਜੀ, ਵੈਸੇ ਕੀ ਤੁਸੀਂ ਕੰਟਰਾਸਟ ਪੈਦਾ ਕੀਤਾ ਹੈ? ਇਹ ਵੇਖੋ, ਇੱਕ ਪੁੱਤਰ ਸ਼ੇਰ ਜੰਮ ਕੇ ਦੂਜਾ ਸੂਰ ਜੰਮ ਲਿਆ ਜੀ। ਨਹੀਂ, ਆਹ ਪੁੱਤਰ ਮੇਰਾ ਸ਼ੇਰ ਹੈ ਜੀ। ਆ ਪਿਛਲੇ ਹਫ਼ਤੇ ਦੀ ਪੂਛਲ ਵਢਾਈ ਹੈ ਭਲਾ। ਕਿਉਂ ਕਿਉਂ? ਇਹ ਘੜੀ ਮੁੜੀ ਮੂੰਹ ਚ ਪਾਉਂਦਾ ਸੀ। ਸ਼ੁਕਰ ਕਰ, ਤੈਨੂੰ ਪਿਓ ਕਹਿੰਦੇ ਆ, ਨਹੀਂ ਤੇ ਤੇਰੀ ਸਿੱਧ ਪੁੱਠ ਦਾ ਪਤਾ ਨਹੀਂ ਲੱਗਦਾ। ਸਮਣ ਮੈਂ ਤੈਨੂੰ ਕਲਾਉ ਸਾਜ ਛੱਡੂਣੀ। ਮੇਰੇ ਨਾਲ ਚੱਲ ਖਾਲ ਜਮਾਨੀ ਦੇ ਘਰ, ਤੇ ਤੂੰ ਸਾਡੇ ਨਾਲ ਨਾ ਆਵੀਂ। ਕਿਉਂ ਜੀ? ਤੇਰੀ ਵਜ੍ਹਾ ਤੋਂ ਸਾਨੂੰ ਰਕਸ਼ਿਆ ਵਾਲਾ ਨਿਭਾਉਣ ਦਾ। ਚੱਲ ਗਿਆ ਸਾਜ ਜੀ। ਤੂੰ ਕਿਹੜਾ ਪਰਿੰਦਾ ਵੀ ਕੋਠੇ ਤੇ ਬੋਲੇ ਤੇ ਕਹਿੰਦੇ ਪ੍ਰਾਹੁਣੇ ਆਉਂਦੇ? ਕਾਂ। ਓਏ ਦਫਾ ਹੋ ਜਾ, ਚੱਲ ਜਾ ਗਿਆ। ਚਲੋ ਜੀ। ਸਮਝ ਨਹੀਂ ਆਉਣ ਡਈ ਮੈਨੂੰ, ਕਿੰਨਾ ਦੇ ਘਰ ਪੈਦਾ ਹੋ ਗਿਆ ਮਰਾਸੀਆਂ ਦੇ। ਚੰਗਾ ਭਲਾ ਬੱਟਾਂ ਨਾਲ ਮੇਰੀ ਗੱਲ ਚੱਲਣ ਡਈ ਸੀ। ਕਹਿੰਦੇ ਸਾਡੇ ਵੱਲ ਜੰਮ ਪਈ, ਤੈਨੂੰ ਵੈਸਪਾ ਵੀ ਦੇਵਾਂਗੇ। ਫਿਰ ਇਹਨੇ ਖਿੱਚ ਕੇ ਆਪਣੇ ਘਰ ਜਮਾ ਲਿਆ। ਹਾਂ, ਕੀ ਗੱਲ? ਅੱਬਾ ਕਿੱਥੇ ਤੇਰਾ? ਅੱਬਾ ਮਸੂਮਾ ਦਾ ਰਿਸ਼ਤਾ ਵੇਖਣ ਗਿਆ। ਵੇ ਲਾਲੀ ਤੇ ਉਹਦੇ ਘਰ ਵਾਲੇ ਆ ਰਹੇ ਨੇ ਬਿੱਲਾ ਦਾ ਰਿਸ਼ਤਾ ਵੇਖਣ ਲਈ। ਅੱਛਾ ਤੇ ਅੱਬਾ ਤੇਰਾ ਘਰ ਨਹੀਂ, ਮਹਿਮਾਨ ਆਉਂਦੇ ਨੇ, ਤੇਰਾ ਕੰਪਨੀ ਦੇ ਦੀ ਉਹਨਾਂ ਨੂੰ। ਕੰਪਨੀ ਦੇਣੀ ਹੈ ਤੇ ਹੋਰ ਕੀ? ਮਹਿਮਾਨਾਂ ਦੀ ਇੱਜ਼ਤ ਨਹੀਂ ਕਰਨੀ? ਚਲੋ ਆ ਜਾਂ ਦੇ ਦੇ। ਲਾਂਗਿਆ ਬਈ। ਅਸਲਾਮ ਅਲੈਕੁਮ ਬਈ। ਵਾਲੇਕੁਮ ਸਲਾਮ ਜਨਾਬ। ਟੁੜੀ ਟੱਡੋ, ਇੱਕ ਮਿੰਟ ਗੱਲ ਕਰਕੇ ਫਿਰ ਗੱਲ ਕਰਾਂਗੇ। ਓ ਟੂ ਗੱਲ ਕਰ ਲੈ ਟੁੜੀ ਟੱਡੋ। ਇਹ ਕੌਣ ਹੈ? ਲਾਲੀ। ਅੱਛਾ, ਜਿੰਨਾ ਰਿਸ਼ਤਾ ਦੇਣਾ। ਭਾਈ ਨੇ ਟੁੜੀ ਟੱਡੋ। ਟੁੜੀ ਟੱਡੋ? ਹਾਂ, ਟੁੜੀ ਟੱਡੋ। ਮਾਮਾ ਨਹੀਂ ਬਣਨਾ? ਅੱਛਾ, ਮਾਮਾ ਇੱਥੇ ਥੋੜਾ ਬਣਾਉਣਾ, ਅੰਦਰ ਜਾ ਕੇ ਬਣਾਉਣਾ। ਕੋਈ ਜਗ੍ਹਾ ਬਣੀ ਹੁੰਦੀ ਹੈ? ਮੇਰੀ ਅੰਮੀ ਨੂੰ ਬੜਾ ਮਾਰਦਾ। ਇੱਕ ਵਾਰੀ ਮੇਰੀ ਅੰਮੀ ਲੜ ਕੇ ਦੁਬਈ ਚਲੇ ਗਈ। ਅੱਛਾ, ਉੱਥੇ ਪੈਟਰੋਲ ਪੰਪ ਤੇ ਨੌਕਰੀ ਕਰਦੀ ਰਹੀ। ਫਿਰ ਅੱਬਾ 6 ਮਹੀਨੇ ਬਾਅਦ ਗਿਆ, ਅੰਮੀ ਨੂੰ ਲਿਆਇਆ ਨਾਲ, ਨਿਰਿਆਲ ਲਿਆਇਆ। ਲਿਆਇਆ ਨੀ, ਮੈਂ ਝੂਠ ਬੋਲਾਂ ਹੁਣ? ਸੜ ਗਿਆ ਮੈਂ ਤੇ ਸੜ ਗਿਆ। ਉਹ ਹਾਲੇ ਉੱਠਦਾ ਹੀ ਹੈ ਦੁਨੀਆ ਦੀ ਹਰ ਪਿੰਡ ਚ ਲਈ ਨੂੰ ਹੱਥ ਲਾ। ਇਹ ਮੇਰਾ ਚਾਚਾ ਹੈ, ਚਾਚੀ ਐਲਸ ਚੋਂ। ਕਿਹੜੀ ਐਲਸ? ਇਹ ਲਾੜਾ ਅੱਬੇ ਨੇ ਇੱਕ ਕੀਤੀ ਨਹੀਂ ਸੀ? ਅੱਛਾ, ਵਿਆਹ ਮੁੰਡੇ ਨਹੀਂ ਬੋਲਦੇ ਪਾਉਂਦਾ? ਅੱਛਾ, ਇਹ ਲਾੜਾ ਢਿੱਡ ਦਾ ਇਹ ਮਿੱਟੀ ਖਾਂਦਾ। ਦੱਸਣੀਆਂ ਉੱਥੇ ਸਾਰੀਆਂ ਦੱਸਣੀਆਂ ਤੇਰੀਆਂ ਗੱਲਾਂ। ਇਹ ਚਾਚਾ ਮੇਰਾ ਇਹ ਲੁੱਕ ਝੂਪਦਾ। ਉਹ ਇੱਕ ਵਾਰੀ ਕੀਤਾ ਉਹਨੇ, ਕੀ ਹੋ ਗਿਆ? ਹਾਂਜੀ, ਇਹਦੀ ਸ਼ਾਦੀ ਕਰਨੀ ਹੈ ਜੀ।
ਇਹਦੀ ਧੀ ਹੈ। ਇਹਦੀ ਧੀ ਹੈ, ਫਸਾ ਲੈ ਚਾਚਾ ਇਹਨੂੰ, ਫਸਾ ਲੈ, ਤੇਰੇ ਨਾਲ ਤੇ ਬੜੀਆਂ ਝੰਗੜੀਆਂ ਫਸਦੀਆਂ। ਅੱਛਾ ਬਹੁਤੇ ਗੌਰ ਨਾਲ ਇੱਧਰ ਨਹੀਂ ਵੇਖਣਾ, ਡੱਬ ਪੈ ਜਾਣਗੇ, ਡੱਬ ਪੈ ਜਾਣਗੇ। ਇਹ ਕੁੜੀ ਦੀ ਮਾਂ ਹੈ? ਹਾਂਜੀ। ਅੱਛਾ ਅੱਛਾ, ਚਲੋ ਦਿਲ ਲੱਗਾ ਰਹੇਗਾ, ਕੋਈ ਗੱਲ ਨਹੀਂ, ਉਹਦੀ ਮਾਂ ਹੈ, ਵੀਡੀਓ ਗੇਮ ਨਹੀਂ, ਦਿਲ ਲੱਗਾ ਰਹੇਗਾ। ਇੱਥੇ ਵਿਆਹ ਕਰਨਾ ਆਇਆ, ਬਰਕਤਾ ਕੀ ਹੋ ਗਿਆ ਤੇਰੇ? ਵਿਆਹ ਹੀ ਕਰਨਾ ਹੈ, ਹੋਰ ਕੀ ਕਰਨਾ ਹੈ, ਵਿਆਹ ਹੀ ਕਰਨਾ ਆਇਆ। ਪੁੱਤਰ ਦਾ ਵਿਆਹ ਕਰ। ਹੋਰ ਮੁੰਡਾ ਕੀ ਕਰਦਾ ਜੀ? ਮੁੰਡਾ ਉਲਟੀਆਂ ਕਰਦਾ ਜੀ। ਨਹੀਂ ਨਹੀਂ, ਨਾਲ ਮੈਂ ਫਿਰ ਸਿੱਧੀਆਂ ਵੀ ਕਰਨਾ। ਕਾਰੋਬਾਰ ਕਾਰੋਬਾਰ ਉਮਰ ਕਿੰਨੀ ਮੁੰਡੇ ਦੀ? ਉਮਰ ਦੱਸ ਚਾਚਾ, ਤੈਨੂੰ ਤੇ ਪਤਾ, ਤੇਰਾ ਵੀ ਸੁਣਿਆ ਚੱਕਰ ਰਿਹਾ। ਕਿੰਨੀ ਦੱਸਾਂ, 48 ਸਾਲ? ਕਿੰਨੀ ਉਮਰ? ਕਿੰਨੀ ਹੈ ਮੇਰੀ? 28 ਸਾਲ 28। ਹਾਂ, ਰਾਤਾਂ ਕੱਢ ਕੇ 28 ਸਾਲ ਦੀ ਉਮਰ ਦੀ ਉਂਝ ਹੀ ਲੱਗਦਾ। ਅੱਛਾ, ਉਂਝ ਹੀ ਲੱਗਦਾ, 28 ਸਾਲਾਂ ਦਾ। ਮੇਰੀ ਮੇਰੀ ਵੀ 10 18 ਸਾਲ। ਇਹਨੂੰ ਤੇ ਅਕਲ ਦਵਾ, ਤੂੰ ਆਪਣੀ ਦੱਸ ਲੈ, ਤੂੰ ਦੱਸ ਲੈ ਇਹ ਕੌਣ ਹੈ ਭਾਈ? ਬਸ ਮੇਰਾ ਭਰਾ, ਬਦਕਿਸਮਤੀ ਨਾਲ ਬਸ ਕਿੱਥੋਂ ਮਿਲਦਾ ਸੀ ਮੈਨੂੰ ਭਰਾ ਮੇਰਾ। ਮੇਰਾ ਕੀ ਲੱਗਦਾ, ਤੇਰਾ ਪਿਓ ਆ ਮੈਂ? ਅੱਛਾ, ਪੁੱਠਾਈ ਪੁੱਠਾਈ। ਉਹ ਡੈਮੋ ਬੱਸ ਚੜ੍ਹ ਲਗਾ, ਉਹਨੇ ਧੱਕੇ ਦੇ ਕੇ ਥੱਲੇ ਲਾਤਾ। ਕਿਉਂ? ਹਾਂ, ਤੇ ਆਪ ਆਪ ਨੇ ਫਿਰ ਬਦਲਾ ਲਿਆ ਉਹਨਾਂ ਕੋਲ? ਕਿਸ ਦਾ? ਮੈਂ ਕਿਹਾ ਤੂੰ ਬਦਲਾ ਕੀ ਲਿਆ? ਕਹਿੰਦਾ ਮੈਂ ਇੱਕ ਦਿਨ ਟਿਕਟ ਲੈ ਕੇ ਗਿਆ ਹੀ ਨਹੀਂ। ਡਰਾਈਵਰ ਤੇ ਵਿੱਚ ਹੈ ਹੀ ਕੋਈ ਨੀ। ਮੇਰੀ ਗੱਲ ਛੱਡ ਯਾਰ, ਲਾੜੇ ਦੀ ਗੱਲ, ਮੇਰੀ ਕੀ ਗੱਲ ਕਰਨਾ, ਮੇਰੀ ਕੀ ਗੱਲ ਕਰਨਾ, ਮੈਂ ਤਾਂ ਮੋਟਰਸਾਈਕਲ ਤੇ ਬਹਿ ਜਾਣਾ। ਮੈਨੂੰ ਸਪਾਹੀ ਰੋਕ ਕੇ ਤੇ ਨੀ ਕਹਿੰਦਾ ਕਾਗਜ਼ ਲਿਆ? ਮੈਨੂੰ ਜਿਹੜਾ ਸਪਾਹੀ ਰੋਕਦਾ ਮੈਨੂੰ ਇਹ ਕਹਿੰਦਾ, ਉਹ ਤੂੰ ਕਿੱਥੋਂ ਲੈ ਲਈ ਉਹ ਮੋਟਰਸਾਈਕਲ? ਮੋਟਰਸਾਈਕਲ ਤਾਂ ਪੱਲਿਓਂ ਲਈ ਪੁਲਿਸ ਨੇ ਮਜ਼ਾਕ ਬਣਾਇਆ। ਹੁਣ ਤਾਂ ਮੇਰੇ ਭਰਾ ਨੇ ਗੱਡੀ ਲੈ ਲਈ ਆ। ਮੁੰਡੇ ਦਾ ਵਿਆਹ ਕਰਨਾ ਹੈ। ਚਾਚਾ ਮੇਰਾ ਬੜਾ ਕਾਰੀਗਰ ਹੈ। ਅੱਛਾ ਜੀ, ਗੱਡੀਆਂ ਖਲੋਤੀਆਂ, ਉਹਨਾਂ ਵੀਲ ਕੱਪ ਲਾ ਲੈਂਦਾ। ਸਾਰੀਆਂ ਗੱਲਾਂ ਨਾ ਦੱਸ, ਸਾਰੀਆਂ ਗੱਲਾਂ ਦੱਸ ਹੁਣ। ਅੱਛਾ ਜੀ, ਤੁਸੀਂ ਇਹਨਾਂ ਨਾਲ ਗੱਲ ਕਰੋ ਰਿਸ਼ਤੇ ਦੀ। ਗੋਪੀ ਜੀ, ਹਾਂਜੀ, ਢੁੜੀ ਤੇ ਠੇਵੇ ਬੇਟਾ ਸਿਹਰੇ ਲਾ ਕੇ ਆ ਗਿਆ, ਤੈਨੂੰ ਇਹਨਾਂ ਨੇ ਦੱਸਿਆ ਨਹੀਂ, ਮੰਗਣੀ ਤਾਂ ਸਿਹਰੇ ਦੀ ਲਾਈ ਦੇ। ਮੈਂ ਕਿਹਾ ਚਲੋ ਇੱਕੋ ਵਾਰੀ ਹੋ ਆਵਾਂਗੇ, ਬਾਰ ਬਾਰ ਜਾਂਦੇ ਆ ਚੰਗਾ ਤੇ ਨਹੀਂ ਨਾ ਲੱਗਦਾ ਬੰਦਾ। ਇਹ ਕੁੜੀ ਦੀ ਮਾਂ ਹੈ? ਹਾਂ, ਇਹ ਲੱਗਦਾ ਲੱਗਦਾ ਦਾਦਾ ਇੱਧਰ ਵੀ ਆਉਂਦਾ ਰਿਹਾ। ਓਏ, ਕੌਣ ਵੀਡੀਓ ਗੇਮ ਦਾ ਚੋਰ? ਰਿਸ਼ਤੇਦਾਰੀ ਆਪ ਚੰਗੜੇ ਸੀ ਬਾਟਾ ਮਸੂਲੀ ਜਨਾਬ ਤੁਹਾਨੂੰ ਇੰਨੀ ਛੇਤੀ ਕੀ ਹੈ? ਅਸਲ ਵਿੱਚ ਗੱਲ ਇਹ ਵੇ ਮੁੰਡਾ, ਉਹ ਜਾ ਲੁਕ ਜੋ ਹੈ ਬੱਚੇ, ਡਰਨੜੇ ਲੁਕ ਜਾ, ਦੌੜ ਜਾ, ਤੇ ਤੂੰ ਤੇ ਆਪਣੇ ਘਰ ਚਲੇ ਜਾ। ਤੇਰਾ ਪੁੱਤਰ ਆ ਕੇ ਇਹਦੀ ਮਾਂ ਨੂੰ, ਆਪਣੀ ਮਾਂ ਨੂੰ ਕਹਿੰਦਾ ਅੰਮੀ ਉਹ ਕੱਲ੍ਹ ਵਾਲਾ ਭਾਈ ਫੇਰ ਆਇਆ। ਤੈਨੂੰ ਵੇਖ ਕੇ ਹੈਰਾਨ ਹੁੰਦੇ ਬੱਚੇ, ਕਿੱਡਾ ਰੰਗੀਨ ਲੜਾ ਪਹਿਲੀ ਵਾਰ ਵੇਖਿਆ। ਚਲੋ ਕੋਈ ਗੱਲ ਨੀ ਬੇਟਾ, ਕੋਈ ਗੱਲ ਨੀ, ਕੁਛ ਨੀ ਕਹੇਗਾ ਗਿੱਜਾ ਆਏ, ਕੁਛ ਨੀ ਕਹੇਗਾ। ਸਹੀ ਕਹਿੰਦਾ ਗੁੱਪੀ ਜੀ, ਢੂੜੀ ਉਹ ਕੁੜੀ ਕੱਢੋ, ਕਾਹਦੀ ਛੇਤੀ ਹੈ ਤੁਹਾਨੂੰ? ਆਏ ਮੈਂ ਕਿਹਾ ਬੇਟਾ ਅੰਮੀ ਕਿੱਥੇ ਗਈ? ਅੰਮੀ ਮੇਰੀ? ਹਾਂ, ਉਹ ਬਾਹਰ ਖਲੋਤੀ ਹੈ, ਟਾਂਗੇ ਵਾਲਾ ਪੁਰਾਣਾ ਵਾਕਵ ਨਿਕਲ ਆਇਆ ਸੀ। ਅੱਛਾ, ਤਬਾਹ ਹੋ ਜਾ।
ਵਾਕਫ ਨਹੀਂ ਹੈ ਆ ਘਾਟੀਆਂ ਗੱਲਾਂ ਕਰਨ ਦੇ ਆ ਤੇ ਘਾਟੀਆਂ ਹੁਣ ਵਾਕਫ ਹੈਗਾ ਤਾਂ ਦੱਸਾਂ ਨਾ ਉਹਨਾਂ ਨੂੰ ਅੱਛਾ ਜੀ ਇਹ ਵਾਕਫ ਹੈਗਾ ਹੈਗਾ ਜੀ ਮੈਂ ਤੇ ਕਹਿ ਮੰਨ ਲਓ ਚਲੋ ਛੱਡੋ ਚਲੋ ਛੱਡੋ ਕੁੱਤੇ ਦਾ ਭਰਾ ਸ਼ੇਰ ਹੋਏਗਾ ਤੇ ਕੁੱਤਿਆਂ ਦਾ ਪੁੱਤਰ ਵੀ ਕੁੱਤਾ ਹੀ ਹੋਏਗਾ ਪਾਇਨਾ ਮੇਰਾ ਚਾਚਾ ਪਾਇਨਾ ਉਹ ਤੁਹਾਡੀ ਟੈਕਸੀ ਵਾਲਾ ਬੁਲਾ ਰਿਹਾ ਉਹ ਕਹਿੰਦਾ ਕਿਰਾਇਆ ਦਿਓ ਪਹਿਲੋ ਇੱਕ ਮਿੰਟ ਦੇ ਗਿਆ ਹੁਣ ਇਧਰੋਂ ਦਿਓ ਨਾ ਕਿਰਾਇਆ ਦੋ ਮਿੰਟ ਮੇਰਾ ਪਾਇਨਾ ਚਾਚਾ ਮੇਰਾ ਸ਼ੇਰ ਹੈ ਸ਼ੇਰ ਚਾਚਾ ਤੂੰ ਸ਼ੇਰ ਹੈ ਨਾ ਹਾਂ ਭੌਂਕਦਾ ਕੁੱਤਿਆਂ ਦੀ ਤਰ੍ਹਾਂ ਚਾਚਾ ਜੀ ਟੈਕਸੀ ਦੇ ਪੈਸੇ ਦੇ ਚਲੋ ਤੂੰ ਕੌਣ ਅੰਨੀਆਂ ਫਿਲਮਾਂ ਵੇਖਣਾ ਤੂੰ ਕੌਣ ਆਪਣਾ ਦੱਸ ਆ ਤੈਨੂੰ ਕਹਿੰਦਾ ਚੱਲ ਚੱਲ ਕਰ ਚੱਲ ਆਪਣੀਆਂ ਮਸ਼ਹੂਰੀਆਂ ਮੱਛੀ ਵਾਲੀ ਦੁਕਾਨ ਤੇ ਲਾਓ ਯਾਰ ਤੈਨੂੰ ਅਸੀਂ ਰਿਸ਼ਤਾ ਤੇ ਦੇ ਦਈਏ ਤੇਰੇ ਆਪਣੇ ਆਰਾਮ ਦੇ ਦਿਨ ਨੇ ਕੁੜੀ ਡਿੱਠੇ ਕੁੜੀ ਅੰਦਰ ਏ ਆ ਜਾ ਦੇਖ ਲੈ ਮਾਮਾ ਕਿਸ ਤਰ੍ਹਾਂ ਬਣੀ ਦਾ ਚੱਲ ਚੰਗੜ ਹੋ ਗਿਆ ਬੋਲੀ ਸਾਂਦੇ ਵਾਲੀ ਠੀਕ ਆ ਤੇਰਾ ਕੀ ਹਾਲ ਏ ਦੱਸ ਕਿੱਡੇ ਅਦਬ ਨਾਲ ਮੈਂ ਕਿਹਾ ਏ ਜੀ ਤੇ ਅੱਗੋ ਤੂੰ ਕਹਿ ਕੈਸੀ ਹੋ ਬੋਲੀ ਅਜੀਬ ਤੇਰੀ ਕਲੀਨ ਸ਼ੇਵ ਕਰਾ ਲਈ ਪਹਿਲਾਂ ਚਿੰਗ ਚੀ ਨਹੀਂ ਸੱਚ ਲਾਉਂਦਾ ਆ ਸਵਾਰੀ ਬਣ ਕੇ ਲਾਰੀ ਅੱਡੇ ਛੇ ਖਿੱਚ ਕੇ ਯਾਦਗਾਰ ਲੈ ਜਾਂਦੀ ਸੀ ਬੜੀ ਗੱਲ ਏ ਹੋਰ ਕੀ ਹਾਲ ਏ ਇਹ ਕੀ ਇਹ ਕੱਲ ਦਾ ਵਾਕਿਆ ਭਾਜੀ ਇੱਥੇ ਖਲੋਂਦਾ ਤੈਨੂੰ ਮੈਂ ਅੱਜ ਦਾ ਸੁਣਾਉਂਦਾ ਕੱਲ ਏ ਤੂੰ ਕੀ ਗੁਨਾਹ ਕੀਤਾ ਤੈਨੂੰ ਛਿੱਤਰ ਮਾਰ ਕੇ ਗਿਆ ਨਹੀਂ ਜੀ ਮੈਂ ਤੇ ਕੋਈ ਗੁਨਾਹ ਨਹੀਂ ਕੀਤਾ ਔਰ ਅੰਮਾ ਬੈਠੋ ਤੁਸੀਂ ਵੇ ਮੇਰੀ ਧੀ ਨਾਲ ਤਮੀਜ਼ ਨਾਲ ਗੱਲ ਕਰ ਕਿਉਂ ਤਮੀਜ਼ ਮੇਰੀ ਕੱਲੀ ਕੱਲੀ ਧੀ ਏ ਤੈਨੂੰ ਬੈਂਕ 'ਚ ਰੱਖ ਅਗਲੇ ਸਾਲ 3 ਲੈ ਲਈ ਲੈ ਦੱਸ ਕੱਲੀ ਕੱਲੀ ਧੀ ਤੇਰਾ ਕੀ ਕਰਨਾ ਕੀ ਹੂ ਲੈਡੀ ਸੋਹਣੀ ਦੇ ਮੇਰੀ ਧੀ ਕੀ ਕਰਨਾ ਲੈ ਸੋਹਣੀ ਇਹਦੀ ਟਿੰਡ ਕਰਾ ਕੇ ਨਾ ਤੈਨੂੰ ਰਾਵੀ ਤੇ ਭਾ ਦੇ ਉਹ ਲੋਕਾਂ ਕੋਲੋਂ 100-100 ਲੈ ਕੇ ਆਕੜੇ ਦੇ ਨੰਬਰ ਦੱਸਿਆ ਕਰੇ ਦਾਦਾ ਬਕਵਾਸ ਨਹੀਂ ਕਰਨੀ ਅੱਛਾ ਲੈ ਤੇਰੇ ਵਰਗੀਆਂ ਕੁੜੀਆਂ ਅਕਬਰੀ ਮੰਡੀ ਫਿਰਨ ਡਈਆਂ ਹੁੰਦੀਆਂ ਇਹ ਹਾਜੀ ਸਾਹਿਬ ਗੱਤੇ ਚਾਲਵਾ
ਅੱਗੋਂ ਹਾਜੀ ਸਾਹਿਬ ਵੀ ਖੋਚਲ ਹੁੰਦੇ, ਪਿਛਲੇ ਕਮਰੇ 'ਚ ਵੀ ਪਏ ਨੇ। ਬੋਲ ਤੇ ਸਹੀ, ਉੱਚੀ ਬੋਲ, ਪਿੱਛੇ ਤੇਰੀ ਆਵਾਜ਼ ਨਹੀਂ ਜਾਂਦੀ। ਉੱਚੀ ਬੋਲ ਭਾਈ, ਪਿੱਛੇ ਆਵਾਜ਼ ਆ ਰਹੀ ਹੈ? ਨਹੀਂ ਤੇ 500 ਖਰਚ ਕੇ ਇੱਥੇ ਮਰ ਜਾਂਦਾ। ਤੇਰੇ ਵਰਗੀਆਂ
ਬੰਬ ਰੱਖ ਕੇ ਕੋਲ ਬਹਿ ਜਾਂਦੀਆਂ। ਅੱਜ ਚੱਲ ਸੀ ਤੇ ਉੱਠ ਸਾਂ ਜਵਾਈਆਂ ਨਾਲ ਫਿਲਮ ਵੇਖਣ ਜਾਂਦੀ ਹੈ।
ਕਿਉਂ ਜੀ ਜਵਾਈਆਂ ਨਾਲ ਫਿਲਮ ਵੇਖਣ ਜਾਂਦੀ? ਇੱਕ ਵਾਰੀ ਗਈ ਹੈ ਜੀ। ਕੀ ਹੋਇਆ ਕੀ ਹੋਇਆ? ਇੱਕ ਵਾਰੀ ਚ ਕੀ ਹੁੰਦਾ? ਜਾਣਦੀ ਜੈ ਜਿਹੜੀ ਔਰਤ ਹੈ ਨਾ ਪੱਕੇ ਸਿਗੜ ਪੀਂਦੀ ਜੇ ਬਾਅਦ ਚ ਨਸ਼ੇ ਦੇ ਵਿੱਚ ਨਾ ਗੰਦੇ ਸ਼ੇਰ ਜੋੜਦੀ ਮੇਰਾ ਆਪਾ ਜਿਹੜਾ ਨਾ ਇਹ ਆਪਣੀ ਧੀ ਨੂੰ ਲੈ ਕੇ ਪਿੰਡੀ ਜਾਂਦਾ, ਮੈਨੂੰ ਨੀ ਲੈ ਕੇ ਜਾਂਦਾ। ਵਡਾਰੀ ਕਿਸਮ ਕਿਉਂ ਪਿੰਡੀ ਲੈ ਕੇ ਜਾਂਦਾ? ਇੱਕ ਵਾਰੀ ਗਿਆ ਸਨ ਯਾਰ, ਸੈਰ ਕਰਾਈ ਮੈਨੂੰ, ਕੀ ਹੋਇਆ ਤੁਹਾਨੂੰ? ਮੁਤਮਿਨ ਵਗੈਰਾ ਤੇ ਤੂੰ ਸੈਲ ਕਰਾਈ ਤੇ ਜਿਹਦੇ ਪੈਸੇ ਲੱਗੇ ਉਹਦਾ ਨਾਮ ਹੀ ਦੱਸਣਾ ਤੂੰ ਸੈਲ ਕਰਾਈ। ਵੀਰਾ ਮੇਰੇ ਨਾਲ ਹੀ ਵਿਆਹ ਕਰਨਾ ਹੈ। ਹਾਂ ਇਹਦੇ ਨਾਲ ਵੀਰਾ, ਮੈਨੂੰ ਇਹ ਲੈ ਦੇ ਭੈਣਾ। ਲੈ ਦੇਵਾਂਗਾ, ਜ਼ਰਾ ਪਾ ਡੇਗ ਲੈਂਦੇ ਭੈਣ। ਹਾਂ ਪਾਣੀ ਨਹੀਂ ਡਿੱਗਣਾ, ਉਹਨੇ ਦਵਾਈ ਖਾਧੀ ਹੈ। ਕਿਹੜੀ ਦਵਾਈ ਖਾਧੀ? ਨਜ਼ਰੇ ਵੀ ਤੂੰ ਗਲਤ ਹੈ ਨਾ, ਤੇਰਾ ਜ਼ਿਹਨ ਵੀ ਗਲਤ ਹੈ। ਆਜ ਮੈਂ ਤੇ ਦਵਾਈ ਖਾ ਕੇ ਆਇਆ ਜੀ। ਅੱਛਾ ਜੀ, ਫਿਕਰ ਵਾਲੀ ਗੱਲ ਨਹੀਂ। ਮੈਂ ਹੁਣ ਕੀ ਤੇ ਛੋਇਆ, ਮੇਰੀ ਤਾਂ ਢੁੰਨੀ ਖਿੱਚੀ ਗਈ। ਚਲੋ ਫੇਰ ਸ਼ੁਰੂ ਤੋਂ ਹੁਣ ਤੂੰ ਛੋਇਆ, ਤੇਰੇ ਨਾਲ ਲਈ ਤੇ ਮਰਨ ਵਾਲੀ ਹੋਈ ਹੈ। ਖੁਦਾ ਦੀ ਕਸਮੇ, ਉਹਦੀਆਂ ਅੱਖਾਂ 'ਚ ਅੰਗਰੇਜ਼ੀ ਫਿਲਮ ਨਜ਼ਰ ਆ ਰਹੀ ਹੈ। ਇਹ ਉਂਗਲਾਂ ਲੜਾ ਰਹੀਆਂ ਜੇ, ਇਹ ਲੜਾਉ। ਕੀ ਹੋਇਆ ਮਾਰੋ ਭਾਜੀ, ਪਤਾ ਨਹੀਂ ਕੌਣ ਹੈਗਾ, ਮਾਰੋ। ਉਹ ਜਾ ਕੰਮ ਕਰ, ਪਤਾ ਨਹੀਂ ਭਾਈ ਮਾਰੋ ਇਹਨੂੰ, ਰੋਜ਼ਾਨਾ ਸਾਡੇ ਘਰ ਆ ਜਾਂਦਾ। ਮੇਰਾ ਆਪਾ ਜਿਹੜਾ ਨਾ ਮੈਨੂੰ ਰਾਤੀ ਕਹਿੰਦਾ ਛੇਤੀ ਸੋਇਆ, ਮੈਨੂੰ ਨੀਂਦ ਵੀ ਨਹੀਂ ਆਈ ਤੇ ਮੈਨੂੰ ਮਾਰਦਾ ਕਹਿੰਦਾ ਬੰਦ ਕਰ ਕੰਮ ਬੰਦ ਕਰ। ਔਰ ਰਾਤੀ ਨਾ ਅੰਮੀ ਮੇਰੀ ਨੂੰ ਨਾ ਉਹ ਹਰੇ ਰੰਗ ਦਾ ਸ਼ਰਬਤ ਪਿਆਂਦਾ, ਖਾਂਸੀ ਦਾ ਸ਼ਰਬਤ, ਖਾਂਸੀ ਦਾ ਤੇ ਉਹ ਡਿਗਦੀ ਕਿਉਂ ਫਿਰਦੀ ਹੈ, ਖਾਂਸੀ ਦਾ ਅੱਲਾ ਦੀ ਕਸਮ। ਅੱਛਾ ਜੀ, ਉਹ ਸ਼ਰਬਤ ਪਿਆਉਂਦੇ ਹੋ? ਇੱਕ ਵਾਰੀ ਪਿਆ ਜੀ। ਚਲੋ ਪਿੱਛੇ ਰਹਿ ਕੀ ਗਿਆ ਸ਼ਰਬਤ? ਮੈਨੂੰ ਨਹੀਂ ਪਤਾ, ਮੈਂ ਇਸੇ ਕੁੜੀ ਨਾਲ ਵਿਆਹ ਕਰਾਂ। ਇਸ ਕੁੜੀ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਨਹੀਂ ਹੋ ਸਕਦਾ ਭਾਈ, ਕਸ ਫੇਰ ਉਹ ਗੱਲ ਦੱਸਾਂਗਾ ਮੈਂ, ਇੱਕ ਗੱਲ ਦੱਸਾਂਗਾ ਭਾਈ। ਹਾਂ ਇਹ ਰਾਤੀ ਦੋਨੋਂ ਇਹ ਭਾਈ ਅਤੇ ਔਰਤ ਜਿਹੜੀ ਹੈ ਨਾ ਰਾਤੀ ਰੋਜ਼ਾਨਾ ਅੰਗਰੇਜ਼ੀ ਫਿਲਮ ਵੇਖਦੇ ਜੇ, ਖੁਦਾ ਦੀ ਕਸਮ। ਅੱਛਾ ਜੀ, ਹਾਂ ਅੰਗਰੇਜ਼ੀ ਫਿਲਮ ਵੇਖਦੇ ਹੋ? ਇੱਕ ਵਾਰੀ ਵੇਖ ਬੈਠਾ ਜੀ।
ਨਾਲੇ ਆ ਔਰਤ ਜਿਹੜੀ ਹੈ ਨਾ ਵੱਡੇ ਸਟੋਰਾਂ ਤੋਂ ਜਾ ਕੇ ਨਾ ਚੀਜ਼ਾਂ ਚੁੱਕਦੀ ਹੈ, ਨਾਲੇ ਮੋਟੀ ਨੀ ਹੋਈ ਹੋਈ, ਇਹਨੂੰ ਛੰਡੋ ਬੜੀਆਂ ਚੀਜ਼ਾਂ ਡਿੱਗਣਗੀਆਂ। ਸੋਹਣੀ ਲੈ ਕੇ ਦੇਗੀ, ਆਪਣੇ ਲਈ ਕੀ ਲੱਭੇ ਆਈ, ਮੈਨੂੰ ਨੀ ਪਤਾ, ਸ਼ਰਮ ਨੀ ਆਈ ਕਾਦੀ, ਨਵੀਂ ਆਪਣੀ ਭੈਣ ਦਾ ਸੁਹਾਗ ਬਚਾਓ, ਸੁਹਾਗ ਬਚਾਓ, ਇਹਨਾਂ ਤੇ ਬੜੀਆਂ ਮਿੰਤਾਂ ਨਾਲ ਰਿਸ਼ਤੇ ਮੰਗੇ ਸੀ ਤੇ ਫੁੱਫੀ ਇਹ ਨਾ ਕਿਉਂ ਕਰ ਗਏ ਨੇ? ਅੱਲਾ ਹੀ ਜਾਣੇ, ਚੰਗੇ ਭਲੇ ਮਹਿਮਾਨ ਮੰਗਣੀ ਕਰਨ ਆਏ ਨੇ, ਰਿਸ਼ਤਾ ਤੋੜ ਕੇ ਟੁਰ ਗਏ ਨੇ। ਗੱਲ ਸੁਣੋ, ਮਾਸੂਮਾ ਕਿੱਥੇ ਵੇ? ਨਹੀਂ, ਮਾਸੂਮਾ ਵਿਚਾਰੀ ਅੰਦਰ ਸੁੱਤੀ ਪਈ ਏ ਜੀ। ਉਹ ਅੰਦਰ ਸੁੱਤੀ ਪਈ ਏ ਤੇ ਫਿਰ ਇਹਨਾਂ ਨੂੰ ਕੀ ਹੋਇਆ? ਫਿਰ ਕੀ ਹੋਇਆ ਜੇ ਮਾਸੂਮਾ ਵੀ ਨਹੀਂ ਮਿਲੀ? ਹੈਲੋ, ਤੁਸੀਂ ਕਹਿੰਦੇ ਹੋ ਅੰਦਰ ਸੁੱਤੀ ਪਈ ਏ, ਉਹ ਅਗਲੀ ਅੰਬ ਚੂਪਦੀ ਫਿਰਦੀ ਏ। ਕਿਉਂ ਇਹ ਭੈਣਾ, ਕਿਹੜਾ ਬਾਗ ਏ ਜਿਹੜਾ ਤੈਨੂੰ ਹੀ ਨੇੜੇ ਪੈਂਦਾ? ਮਾਸੂਮਾ, ਤੈਨੂੰ ਰਿਸ਼ਤੇ ਵਾਲੇ ਮਿਲੇ ਸੀ? ਹਾਂ ਮਿਲੇ ਸਰ। ਤੁਸੀਂ ਕਿਹਾ ਮਾਸੂਮਾ ਅੰਦਰ ਸੁੱਤੀ ਹੋਈ ਏ, ਤੈਨੂੰ ਪਤਾ ਤੇਰੀ ਵਜ੍ਹਾ ਨਾਲ ਅੱਜ ਮੇਰਾ ਰਿਸ਼ਤਾ ਤੋੜ ਗਏ ਨੇ। ਮੇਰੀ ਵਜ੍ਹਾ ਨਾਲ ਐਵੇਂ ਤੇਰੀ ਆਪਣੀਆਂ ਕਰਤੂਤਾਂ ਦੀ ਵਜ੍ਹਾ ਨਾਲ ਤੋੜ? ਕਿਉਂ ਕੀ ਨਾ ਜੀ, ਆਪਣਾ ਵਿਆਹ ਕਰਨਾ ਤਾਂ ਮੇਰਾ ਆਉਂਦਾ, ਕੋਈ ਗੱਲ ਨਹੀਂ ਜਿਹੜਾ ਆਉਂਦਾ ਉਹ ਹੀ ਹਮੇਸ਼ਾ ਇੰਝ ਕਰਦੀ ਏ। ਚਲੋ ਫਿਰ ਅਸੀਂ ਆਪਸ 'ਚ ਹੀ ਮੁੱਕ ਲਈਏ। ਮਾਸੂਮਾ, ਫੁੱਫੀ, ਮਹਿਮਾਨਾਂ ਦਾ ਕਿੰਨਾ ਸ਼ੌਕ ਹੈ ਤੇਰੀ ਧੀ ਨੂੰ ਵਿਆਹ ਕਰਨ ਦਾ? ਬੇਟਾ, ਕੋਈ ਐਸੀ ਗੱਲ ਤਾਂ ਨਹੀਂ ਕੀਤੀ ਮਹਿਮਾਨਾਂ ਦੇ ਨਾਲ ਤੂੰ? ਨਹੀਂ, ਮੈਂ ਤਾਂ ਸਿਰਫ ਇੰਨਾ ਹੀ ਕਿਹਾ ਕੁੜੀ 3 ਵਾਰੀ ਘਰੋਂ ਦੌੜੀ ਏ। ਤੇਰਾ ਬੇੜਾ ਕਰ ਦਿਆ ਮਾਸੂਮਾ, ਕਦਾ ਝੂਠ ਬੋਲਣਾ ਛੱਡੇਗੀ? ਕਹਿੰਦੀ ਵਾਜਦਾ ਜਿਹੜਾ ਟੁੱਟ ਗਿਆ, ਪਤਾ ਨਹੀਂ ਇਹਨੂੰ ਕਦੋਂ ਝੂਠ ਬੋਲਣੇ ਚੀਟਿੰਗ ਮੈਂ ਕਰਦੀ। ਮੇਰੇ ਢਿੱਡ 'ਚ ਦਰਦ ਹੋ ਰਹੀ ਸੀ, ਮੈਂ ਰਿਸ਼ਤਿਆਂ ਲੈ ਕੇ ਮੈਂ ਉਹਨਾਂ ਨਾਲ ਹੀ ਝੂਠ ਬੋਲਤਾ, ਕੁੜੀ ਠੀਕ ਨਹੀਂ ਗੀ, ਅਗਲੇ ਰਿਸ਼ਤਾ ਤੋੜ ਗਿਆ, ਮੇਰਾ ਕੀ ਕਸੂਰ? ਪਹਿਲੇ ਤਾਂ ਮੈਂ ਲੋਕਾਂ ਦੇ ਮੂੰਹ 'ਚ ਸੁਣਦਾ ਸਾਂ, ਅੱਜ ਮੈਂ ਆਪਣੇ ਕੰਨੀ ਸੁਣ ਲਿਆ, ਝੂਠ ਮਾਰੇ ਝੂਠ ਮਾਰ ਕੇ ਤੂੰ ਮੇਰੀ ਭੈਣ ਦੀ ਧੀ ਦਾ ਘਰ ਬਰਬਾਦ ਕਰ ਦਿੱਤਾ, ਤੈਨੂੰ ਹਯਾ ਨਹੀਂ ਆਈ? ਖਬਰਦਾਰ, ਅੱਜ ਤੋਂ ਬਾਅਦ ਮੈਨੂੰ ਅੱਬਾ ਨਾ ਆਖੀ। ਮਰ ਗਿਆ ਤੇਰਾ ਪਿਓ, ਸਾਰੀ ਦੁਨੀਆ ਪਹਿਲੇ ਮੈਨੂੰ ਆਖਦੀ ਸੀ ਝੂਠ ਬੋਲਦਾ ਝੂਠ ਬੋਲਦਾ, ਹੁਣ ਸਾਰੀ ਦੁਨੀਆ ਤੈਨੂੰ ਆਖਦੀ ਝੂਠ ਬੋਲਦੀ। ਖਬਰਦਾਰ, ਮੈਨੂੰ ਅੱਬਾ ਆਖਿਆ, ਕੋਈ ਪੁੱਛੇ ਨਾ ਤੇਰਾ ਅੱਬਾ ਕਿੱਥੇ, ਆਖੀ ਮਰ ਗਿਆ ਮੇਰਾ ਅੱਬਾ, ਮਰ ਗਿਆ ਤੇਰਾ ਪਿਓ। ਸ਼ਕਰਮ, ਹਾਂਜੀ,
ਤੇਰਾ ਉਸਤਾਦ ਮਰ ਗਿਆ। ਅੱਜ ਫੇਰ ਮਰ ਗਿਆ? ਮੁਰਲੀ ਰਾਮ ਤੇਰਾ ਪਿਓ ਮਰ ਗਿਆ ਲਾਂਤੀ। ਸ਼ੁਕਰ ਹੈ ਮੇਰਾ ਪਿਓ ਮਰ ਗਿਆ, ਮੇਰਾ ਪਿਓ ਮਰ ਗਿਆ। ਮਾਂ ਮੇਰੇ ਪਿਓ ਦੇ ਜਨਾਜ਼ੇ ਨੂੰ ਮੱਝਾਂ 'ਚ ਨਾ ਰੋਲੋ। ਹੁਣ ਮੈਂ ਅੱਬਾ ਕਿਹਨੂੰ ਕਵਾਂਗਾ? ਮੈਂ ਹੂੰ ਨਾ ਚਾਚਾ, ਤੇਰੀ ਤੇ ਅਕਲ ਪਤਾ ਨਹੀਂ ਕਿੱਥੇ ਚਲੀ ਜਾਂਦੀ। ਮੇਰਾ ਭਰਾ ਮਰੇ, ਖਾਮਦ ਨਹੀਂ ਮਰਿਆ। ਆ ਮੇਰੀ ਮਰਿਆ ਤੈਨੂੰ ਕਾਹੇ ਜੈ ਸਾਲਕ। ਤੁਹਾਰੇ ਪਾਪਾ ਮਰ ਗਏ। ਸ਼ਿਟ, ਉਹ ਮੈਂ ਮਰ ਗਿਆ ਜੀ। ਕੀ ਹੋਇਆ ਤੈਨੂੰ? ਕੀ ਹੋਇਆ? ਉਹ ਸਾੜ ਦਿੱਤਾ ਮੈਨੂੰ ਇਹਨੇ। ਅੱਲਾ ਬਖਸ਼ੇ ਮੈਨੂੰ ਕਹਿੰਦਾ ਸੀ, ਅੱਲਾ ਬਖਸ਼ੇ ਮੈਨੂੰ ਕਹਿੰਦੇ ਅਸੀਂ ਗਜ਼ਾਲਾ ਕਿ ਸਾਥ ਮਰਾਂਗੇ ਸਾਥ ਜੀਏਂਗੇ। ਸ਼ੁਕਰ ਕਰੋ ਮੈਂ ਉੱਤੇ ਸਾਂ। ਸ਼ੁਕਰ ਹੈ ਚਾਚਾ ਉੱਤੇ ਸੀ। ਮਾਂ ਘਰ ਹੈ, ਮਰਗ ਵਾਲਾ ਘਰ ਹੈ, ਗੋਹਾ ਨਾ ਕਰਦੇ। ਮੇਰਾ ਪਿਓ ਮਰ ਗਿਆ ਜੀ।
ਭੈਣਾ ਮੇਕਅਪ ਹੋਰ ਤੇਜ਼ ਕਰ ਲਿਆ। ਕੁੜੀ ਦੀ ਤਬੀਅਤ ਨਹੀਂ ਠੀਕ ਹੈਗੀ, ਮੇਰਾ ਖਿਆਲ ਨਿੰਬੂ ਲਿਆ, ਨਿੰਬੂ ਨਿੰਬੂ। ਖੁਦਾ ਵੇਲੇ ਜੋੜੀਆਂ ਜੋੜੀਆਂ ਹੋ ਜਾ। ਅੱਧ ਪਚੱਦਾ, ਅੱਧ ਪਚੱਦਾ, ਨਾ ਨਾ ਅੱਧ ਪਚੱਦਾ, ਅਫਸੋਸ ਨਾ ਕਰ, ਪੂਰਾ ਕਰ। ਉਸਤਾਦ ਮਰ ਗਿਆ, ਉਸਤਾਦ ਮਰ ਗਿਆ, ਕੋਲ ਬਹਿਣ ਲਈ ਜਗ੍ਹਾ ਹੀ ਦਿਓ। ਭਾਜੀ ਅਸੀਂ ਤੇ ਸ਼ਿਮਲਾ ਪਹਾੜੀ ਕੋਲ ਬੈਠੇ ਹਾਂ। ਆਹ ਕੋਈ ਦੁੱਖ ਦੀ ਗੱਲ ਨਾ ਕਰਿਓ, ਉਹ ਮੇਰੀ ਭੈਣ ਦੇ ਵੈਨ ਡੁੱਲ ਡੁੱਲ ਪੈਣ ਡਿਆ ਹੈ ਜੀ। ਹਾਂ ਮੈਂ ਮਰ ਗਿਆ। ਤੂੰ ਨਹੀਂ ਮਰ ਗਈ, ਤੂੰ ਨਹੀਂ ਮਰੀ, ਤੂੰ ਨਹੀਂ ਮਰੀ, ਤੂੰ ਨਹੀਂ ਮਰੀ, ਸੂਫੀ ਮਰਨ ਵਾਲਾ ਹੋਇਆ। ਉਹ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ, ਤੇ ਨਿੱਕੇ ਬਾਲ ਨੂੰ ਝੂਠ ਤੋਂ ਰੋਕੀਏ ਨਾ,
ਪੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਤੇ ਬੁੱਢੇ ਬੰਦੇ ਦੀ ਹੋਵੇ ਨਾ ਟਹਿਲ ਸੇਵਾ, ਉਹ ਰਹਿੰਦਿਆਂ ਰਹਿੰਦਿਆਂ ਰਹਿ ਜਾਂਦਾ। ਤੈਨੂੰ ਹਜ਼ਾਰ ਨਹੀਂ ਆਏ, ਤੇਰੀ ਝੂਠ ਦੀ ਵਜ੍ਹਾ ਤੋਂ ਪਹਿਲੇ ਇਹ ਘਰ ਬਰਬਾਦ ਹੋ ਗਿਆ। ਮੈਂ ਖਾਨ ਜਮਾਲੀ ਦੇ ਪੁੱਤਰ ਕੋਲ 15 ਦਿਨ ਦਾ ਟਾਈਮ ਲੈ ਕੇ ਆਇਆ ਸੀ, ਲੇਕਿਨ ਨਹੀਂ, ਤੂੰ ਘਰ ਰੱਖਣ ਦੇ ਕਾਬਿਲ ਹੀ ਨਹੀਂ। ਮੈਂ ਇੱਕ ਦਿਨ ਦੇ ਅੰਦਰ ਤੇਰੀ ਬਰਾਤ ਲੈ ਕੇ ਆਵਾਂਗਾ। ਏਡਾ ਅੱਛਾ ਬੱਚਾ, ਏਡਾ ਸੋਹਣਾ ਤਬਲਾ ਵਜਾਉਂਦਾ, ਤੈਨੂੰ ਲੱਗ ਪਤਾ ਜਾਏਗਾ। ਮਾਸੀ, ਹਾਂ ਮਾਸੀ, ਤੇਰੇ ਪੁੱਤਰ ਨੇ
ਸਰਕ ਵਾਲਿਆਂ ਨੂੰ ਬਚਾ ਲਾ ਮਾਸੀ। ਨੀ ਜਾ ਨੀ ਝੂਠੀਆਂ ਜਾਣਦੀਏ, ਹੁਣ ਤਾਂ ਤੇਰਾ ਝੂਠਾ ਤੋਂ ਸ਼ੈਤਾਨ ਨੇ ਵੀ ਤੇਰੇ ਅੱਗੇ ਹੱਥ ਜੋੜ ਲਿੱਤੇ ਨੀ। ਮਾਸੀ ਮੈਂ ਪਹਿਲੀ ਵਾਰੀ ਸੱਚ ਕਹਿ ਰਹੀ ਹਾਂ, ਤੇਰੇ ਮਸਾਂ ਦਾ ਵਾਸਤਾ ਹੈ ਮਾਸੀ। ਮੈਂ ਮਾਸੀ ਮੇਰੇ ਖਾਨ ਜਮਾਲੀ ਮੈਨੂੰ ਘਰ ਨਹੀਂ ਮਿਲਿਆ, ਨਹੀਂ ਤਾਂ ਮੈਂ ਹੁਣੇ ਬਰਾਤ ਲੈ ਕੇ ਆਣੀ ਸੀ ਤੇਰੀ। ਅੱਪਾ ਜੀ ਹੁਣ ਕੀ ਹੋਇਆ? ਅੱਪਾ ਜੀ ਇਹਦੇ ਪੁੱਤਰ ਨੇ ਮੇਰੇ ਪਿੱਛੇ ਜ਼ਹਿਰ ਖਾ ਲਿਆ ਅੱਪਾ ਜੀ, ਹੁਣ ਬਚਾ ਲਓ ਅੱਪਾ ਜੀ। ਕਿਸਦੇ ਪੁੱਤਰ ਨੇ? ਇਹਦੇ ਪੁੱਤਰ ਨੇ। ਕਹਿੰਦੀ ਹੈ ਮੇਰੇ ਪੁੱਤਰ ਨੇ ਜ਼ਹਿਰ ਖਾ ਲਿਆ। ਕਿੱਥੇ ਖੋਤੀ ਦਾ ਪੁੱਤਰ? ਜ਼ਹਿਰ ਹੀ ਖਵਾਏ ਕਿ ਆਪਣੇ ਫਾਇਦੇ ਲਈ ਕੋਈ ਦਵਾਈ ਖਵਾਤੀ ਆ? ਮੇਰਾ ਵਿਆਹ ਹੋਣ ਲੱਗਾ, ਮੈਂ ਹੁਣ ਦੱਸਦਾ, ਕਹਿੰਦਾ ਮੈਂ ਮਰ ਜਾਂਗਾ ਜੇ ਤੂੰ ਕਿਧਰੇ ਹੋਰ ਵਿਆਹ ਕਰੇਗੀ। ਮੈਂ ਕਿਹਾ ਮਰ ਜਾ, ਕਹਿੰਦਾ ਕੁਝ ਲਿਆ ਕੇ ਦੇ, ਮੈਂ ਗੋਲੀ ਲਿਆ ਕੇ ਦਿੱਤੀ, ਉਹਨੇ ਖਾ ਲਈ। ਲੇਕਿਨ ਸਹੀ ਸਹੀ ਗੱਲ ਦੱਸਾਂ ਬਾਜੀ, ਸਹੀ ਦੱਸ ਅੱਬਾ ਜੀ, ਉਹ ਜ਼ਹਿਰ ਦੀ ਗੋਲੀ ਨਹੀਂ ਸੀ, ਉਹ ਤੇ ਕਾਰਮੀਨਾ ਸੀ। ਕਿਉਂ ਜੀ? ਇਹ ਹੈ ਹੀ ਝੂਠੀ। ਮੇਰਾ ਬੱਚਾ, ਮੈਨੂੰ ਤੁਹਾਡੀਆਂ ਆਵਾਜ਼ਾਂ ਕਿਉਂ ਆ ਰਹੀਆਂ ਨੇ? ਨਹੀਂ ਜ਼ਹਿਰ ਦੇ ਪੁੱਤਰ, ਤੂੰ ਡਰਾਮੇ ਬਾਜ਼ ਐਵੇਂ ਦੀ। ਕਿਹੜੀ ਗੋਲੀ ਸੀ? ਮੇਰਾ ਪੁੱਤਰ, ਉਹ ਕਾਰਮੀਨਾ ਦੀ ਗੋਲੀ ਸੀ। ਤਦੀ ਮੈਂ ਕਹਾਂ ਮੈਨੂੰ ਡਕਾਰ ਕਿਉਂ ਆ ਰਹੇ ਨੇ? ਲੋ ਜੀ, ਚਾਰ ਡਕਾਰ ਮੈਂ ਮਾਰੇ ਨੇ, ਦੋ ਮੂੰਹ ਤੋਂ। ਓਏ, ਬਾਕੀ ਦੋ ਵੀ ਮੂੰਹ ਤੇ ਪਾ ਦੇ। ਦੋ ਨੱਕ ਤੋਂ ਮਾਰੇ ਨੇ। ਮੇਰਾ ਪੁੱਤ, ਮੈਂ ਅੱਜ ਤੱਕ ਤੈਨੂੰ ਸਜ਼ਾ ਤਾਂ ਨਹੀਂ ਦਿੱਤੀ, ਲੇਕਿਨ ਅੱਜ ਮੇਰਾ ਦਿਲ ਕਰਦਾ ਕਿ ਤੈਨੂੰ ਸਜ਼ਾ ਦੇਵਾਂ। ਤੇਰਾ ਵਿਆਹ ਜਮਾਲੀ ਸਾਹਿਬ ਦੇ ਪੁੱਤਰ ਨਾਲ ਨਹੀਂ, ਇਸ ਖੋਤੀ ਦੇ ਪੁੱਤਰ ਨਾਲ। ਚਾਚਾ ਜੀ, ਇਹ ਕੀ ਹੋ ਰਿਹਾ? ਇਹ ਕੀ ਹੈ? ਇਹ ਖੁਸ਼ੀ ਦਾ ਮਿਊਜ਼ਿਕ। ਤਮੀਜ਼ ਹੀ ਨਹੀਂ, ਤੂੰ ਮਰਾਸੀ ਨਹੀਂ। ਜਸ਼ਨ ਹੋਏਗਾ ਜੀ, ਮੈਂ ਦੋਸਤ ਬੁਲਾਏ ਨੇ।